ਸੀਐਸਪੀ 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ ਹਰਜੀਤ ਗਿੱਲ ਸ਼ੋਅ ਦਾ ਸਮਾਂ ਹੋ ਗਿਆ ਸਵੇਰ ਦੇ 9:09 ਹੋਏ ਨੇ ਸਾਡੇ ਸਟੂਡੀਓ ਦੀ ਘੜੀਆਂ ਤੇ 4 ਨਵੰਬਰ ਦਾ ਦਿਨ ਅੱਜ ਵੀਰਵਾਰ ਦਾ ਦਿਨ ਹੈ 4 ਨਵੰਬਰ ਤਰੀਕ ਹੈ ਔਰ ਅੱਜ ਦੇ ਪ੍ਰੋਗਰਾਮ 'ਚ ਕਾਫੀ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਨਵਕਿਰਨ ਪੱਤੀ ਨਾਲ ਪੰਜਾਬ ਤੋਂ ਗੱਲਬਾਤ ਹੋਏਗੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਿਪੋਰਟਰ ਨੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਪੰਜਾਬ ਦੀ ਖਬਰਸਾਰ ਲਈ ਜਾਏਗੀ ਦਿੱਲੀ ਦਰਬਾਰ ਬਾਰੇ ਜਾਣਕਾਰੀ ਹਾਸਲ ਕੀਤੀ ਜਾਏਗੀ ਬਹੁਤ ਸਾਰੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਧਰਨਾ ਜਿਹੜਾ ਉਹ ਲਗਾਇਆ ਗਿਆ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਧਰਨੇ ਵਿੱਚ ਕੀ ਕੁਝ ਰਿਹਾ ਅਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਇਆ ਗਿਆ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਕਿਹੋ ਜਿਹੀ ਹੈ ਇਹਦੇ ਬਾਰੇ ਵੀ ਖਾਸ ਗੱਲਬਾਤ ਕਰਾਂਗੇ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ 31 ਕਿਸਾਨ ਜਥੇਬੰਦੀਆਂ ਦੀ ਗੱਲਬਾਤ ਕਿਹੋ ਜਿਹੀ ਰਹੀ ਕੋਈ ਨਤੀਜਾ ਨਿਕਲਿਆ ਜਾਂ ਨਹੀਂ ਇਸ ਬਾਰੇ ਵੀ ਚਰਚਾ ਚੱਲੇਗੀ ਸੁਮੇਧ ਸਿੰਘ ਸੈਣੀ ਦੇ ਕੇਸ ਦੇ ਵਿੱਚ ਹੁਣ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਦੇ ਨਾਲ ਭਾਰਤ ਦੇ ਵਿੱਚ ਰਿਪਬਲਿਕ ਭਾਰਤ ਟੀਵੀ ਦੇ ਜਿਹੜੇ ਸੰਪਾਦਕ ਨੇ ਜਰਨਲਿਸਟ ਨੇ ਅਰਨਬ ਗੋਸਵਾਮੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਬੰਬੇ ਦੇ ਵਿੱਚ ਉਸ ਗ੍ਰਿਫਤਾਰੀ ਨੂੰ ਲੈ ਕੇ ਹੁਣ ਕਾਫੀ ਹੋ ਹੱਲਾ ਜਿਹੜਾ ਉਹ ਮੱਚ ਰਿਹਾ ਮੀਡੀਆ ਦੇ ਹਲਕਿਆਂ ਦੇ ਵਿੱਚ ਗ੍ਰਿਫਤਾਰੀ ਕਿਉਂ ਹੋਈ ਔਰ ਅੱਗੇ ਕੀ ਕੁਝ ਹੋ ਸਕਦਾ ਇਸ ਬਾਰੇ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲੇਗੀ ਔਰ ਉਸ ਤੋਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਕੋਵਿਡ-19 ਦੇ ਬਾਰੇ 'ਚ ਕਿ ਕੋਵਿਡ-19 ਨੂੰ ਲੈ ਕੇ BC ਦੇ ਵਿੱਚ ਹਾਲਾਤ ਕੀ ਨੇ ਕੈਨੇਡਾ ਦੇ ਵਿੱਚ ਹਾਲਾਤ ਕੀ ਨੇ ਪੂਰੀ ਦੁਨੀਆ ਦੇ ਵਿੱਚ ਕੋਵਿਡ-19 ਨੂੰ ਲੈ ਕੇ ਹਾਲਾਤ ਕੀ ਚੱਲ ਰਹੇ ਨੇ ਔਰ ਖਾਸ ਤੌਰ 'ਤੇ ਸਾਡਾ ਧਿਆਨ ਅੱਜ ਕੇਂਦਰਿਤ ਰਹੇਗਾ US ਇਲੈਕਸ਼ਨਸ ਦੇ ਨਤੀਜਿਆਂ ਵਾਲੇ ਪਾਸੇ ਨਤੀਜੇ ਹਾਲਾਂਕਿ ਅਜੇ ਤੱਕ ਸਾਫ਼ ਜਿਹੜੇ ਨੇ ਉਹ ਸਾਹਮਣੇ ਨਹੀਂ ਆ ਰਹੇ ਪਰ ਜ਼ਿਆਦਾ ਇਲੈਕਟੋਰਲ ਵੋਟ ਕਿਸ ਪਾਸੇ ਜਾ ਰਹੇ ਨੇ ਜ਼ਿਆਦਾ ਪਾਪੂਲਰ ਵੋਟ ਕਿਸ ਪਾਸੇ ਜਾ ਰਹੇ ਨੇ ਇਹਨਾਂ ਦੇ ਉੱਤੇ ਨਿਗਾਹ ਅਸੀਂ ਬਣਾ ਕੇ ਰੱਖਾਂਗੇ ਔਰ ਕਈ ਪਹਿਲੂ ਇਸ ਇਲੈਕਸ਼ਨ ਦੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਡਾਕਟਰ ਕਾਂਗ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਕੇ ਗਏ ਨੇ ਉਹਨਾਂ ਨੇ ਦੱਸਿਆ ਕਿ ਕਿਸ ਕਿਸਮ ਦੇ ਨਾਲ ਜਦੋਂ ਬਾਕੀ ਦੇ ਮੁਲਕ ਇਸ ਤਰ੍ਹਾਂ ਦੀ ਕਦੀ ਗੱਲਬਾਤ ਸਾਹਮਣੇ ਆਉਂਦੀ ਹੈ ਕਿ ਬਾਹਰਲੀਆਂ ਤਾਕਤਾਂ ਜਿਹੜੀਆਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੀਆਂ ਔਰ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਜਗਮੀਤ ਸਿੰਘ ਦਾ ਬਿਆਨ ਹੈ ਉਹਨੂੰ ਇਸ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਕਿ ਕਿਸ ਕਿਸਮ ਨਾਲ ਉਹਨਾਂ ਨੇ ਨਤੀਜਿਆਂ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਕਿ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਰੂਪ 'ਚ ਦੇਖਿਆ ਜਾ ਰਿਹਾ ਜਾਂ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਦਖਲ ਅੰਦਾਜ਼ੀ ਜਿਹੜੀ ਹੈ ਕਿਸੇ ਹੋਰ ਜਿਹੜਾ ਮੁਲਕ ਹੈ ਸੋਵਰਨ ਕੰਟਰੀ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਬਾਰੇ ਚਰਚਾ ਚੱਲੇਗੀ ਪਰ ਨਾਲ ਦੇ ਨਾਲ ਚਰਚਾ ਇਸ ਗੱਲ 'ਤੇ ਵੀ ਚੱਲੇਗੀ ਕਿ ਇਸ ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਨੇ ਉਹ ਕਿਹੋ ਜਿਹੇ ਹੋਣਗੇ ਔਰ ਰਿਜ਼ਲਟਸ ਦੇ ਵਿੱਚ ਖਾਸ ਤੌਰ 'ਤੇ ਜੋ ਡੋਨਲਡ ਟਰੰਪ ਨੇ ਕਿਹਾ ਜੋ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਜੋ ਕਿਹਾ ਕਿ ਮੈਂ ਇਸ ਇਲੈਕਸ਼ਨ ਨੂੰ ਕੋਰਟ ਤੱਕ ਲੈ ਕੇ ਜਾਵਾਂਗਾ ਸੋ ਕੀ ਵਾਕਈ ਇਹ ਇਲੈਕਸ਼ਨ ਜਿਹੜਾ ਕੋਰਟ ਤੱਕ ਪਹੁੰਚੇਗਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਬਣੇ ਰਹੋ ਸ਼ੇਰੇ ਪੰਜਾਬ CKSP 600 AM ਦੇ ਨਾਲ CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ ਔਰ ਗੱਲਬਾਤ ਹੁਣ ਕਰਾਂਗੇ ਪੰਜਾਬ ਤੋਂ ਸਾਡੇ ਸਾਥੀ ਰਿਪੋਰਟਰ ਨਵਕਿਰਨ ਪੱਤੀ ਹੋਣਾਂ ਦੇ ਨਾਲ ਜੋ ਕਿ ਤਾਜ਼ਾ ਜਾਣਕਾਰੀਆਂ ਸਾਡੇ ਤੱਕ ਲੈ ਕੇ ਆਏ ਨੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਦਿੱਲੀ ਦਰਬਾਰ ਦੀ ਖਬਰਸਾਰ ਦੇ ਨਾਲ ਨਾਲ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਨਵਕਿਰਨ ਪੱਤੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸੁਮੀਰ ਕੌਸ਼ਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਕੌਸ਼ਲ ਜੀ, ਸਾਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਇੱਕ ਧਰਨਾ ਆਯੋਜਿਤ ਕੀਤਾ ਗਿਆ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਧਰਨਾ ਦਿੱਤਾ ਜਾਣਾ ਸੀ, ਉਹਦੇ 'ਚ ਕੀ ਕੁਝ ਖਾਸ ਰਿਹਾ, ਕਿਹੜੇ ਕਿਹੜੇ ਜਿਹੜੇ ਮਿਨਿਸਟਰਸ ਨੇ ਉਹ ਸ਼ਾਮਿਲ ਹੋਏ ਆ, ਕਾਂਗਰਸ ਦੇ ਕਿਹੜੇ ਕਿਹੜੇ ਲੀਡਰ ਸ਼ਾਮਿਲ ਹੋਏ ਆ, ਔਰ ਇਸ ਧਰਨੇ ਦਾ ਕੀ ਇੰਪੈਕਟ ਰਿਹਾ? ਜੀ ਜੀ ਕੌਸ਼ਲ ਜੀ, ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਧਰਨਾ ਅੱਜ ਦਿੱਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ਼। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰਾਂ ਤੋਂ ਸਮਾਂ ਮੰਗਿਆ ਸੀ ਮਿਲਣ ਲਈ, ਉਹਨਾਂ ਨੇ ਸਮਾਂ ਨਹੀਂ ਦਿੱਤਾ ਔਰ ਪੰਜਾਬ ਦੇ ਵਿੱਚ ਰੇਲ ਗੱਡੀਆਂ ਨਹੀਂ ਚੱਲੀਆਂ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਵਜ਼ਾਰਤ ਦੇ ਨਾਲ ਆਪਣੇ ਵਿਧਾਇਕਾਂ ਦੇ ਨਾਲ ਦਿੱਲੀ ਦੇ ਵਿੱਚ ਧਰਨਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਰੀ ਸਭ ਤੋਂ ਪਹਿਲਾਂ ਰਾਜਘਾਟ ਪਹੁੰਚੇ, ਉੱਥੇ ਉਹਨਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਦੇ ਉੱਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਸ ਤੋਂ ਬਾਅਦ ਜੰਤਰ ਮੰਤਰ ਦੇ ਵਿੱਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਧਰਨਾ ਦਿੱਤਾ ਗਿਆ। ਉਸ ਧਰਨੇ ਦੇ ਵਿੱਚ ਕੌਸ਼ਲ ਜੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜਿੰਨੇ ਮੈਂਬਰ ਪਾਰਲੀਮੈਂਟ ਨੇ, ਰਵਨੀਤ ਬਿੱਟੂ ਸਮੇਤ, ਉਹ ਸਾਰੇ ਹਾਜ਼ਰ ਹੋਏ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਨਾਲ ਸੰਬੰਧਿਤ ਨੇ। ਇਸ ਤੋਂ ਇਲਾਵਾ ਪੰਜਾਬ ਦੇ MLA ਜੇ, ਜਿਹਨਾਂ 'ਚ ਅਮਰਿੰਦਰ ਸਿੰਘ ਰਾਜਾ ਵੜੈਂਗ, ਨਵਜੋਤ ਸਿੰਘ ਸਿੱਧੂ, ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਮੋਸਟਲੀ MLA ਜੇ ਹਾਜ਼ਰ ਹੋਏ। ਦੋ ਜਿਹੜੇ ਚਰਚਿਤ ਚਿਹਰੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਾਜ਼ਰੀ ਦੇ ਵਿੱਚ ਪਹੁੰਚੇ, ਉਹਨਾਂ 'ਚੋਂ ਇੱਕ ਸੀਗਾ ਸੁਖਪਾਲ ਸਿੰਘ ਖਹਿਰਾ, ਉਹ ਆਪਣੇ ਬਾਗੀ ਵਿਧਾਇਕਾਂ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਨੇ ਕਮਾਲੂ ਵੀ, ਉਹਨਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠਿਆ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਪਰਮਿੰਦਰ ਸਿੰਘ ਢੀਂਡਸਾ ਬੈਠੇ, ਉਹ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਪਾਲ ਖਹਿਰਾ ਦਾ ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੰਗ ਕੇਂਦਰ ਖਿਲਾਫ਼ ਧਰਨੇ 'ਚ ਬੈਠਣਾ, ਉਹ ਵੀ ਉਸ ਸਮੇਂ ਜਦੋਂ ਜਿਹਨਾਂ ਪਾਰਟੀਆਂ 'ਚੋਂ ਇਹ ਦੋਨੇ ਵਿਧਾਇਕ ਬਾਗੀ ਹੋਏ ਨੇ, ਉਹ ਦੋਨੇ ਪਾਰਟੀਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਤੁਰੀਆਂ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਧਰਨਾ ਦਿੱਤਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿੱਲੀ ਨਹੀਂ ਗਏ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣੇ ਧਰਨਾ ਦਿੱਤਾ, ਉਹ ਨਹੀਂ ਗਏ। ਦੋਨਾਂ ਦੇ ਬਾਗੀ ਵਿਧਾਇਕ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜ ਕੇ ਬੈਠੇ ਉਸ ਧਰਨੇ ਦੇ ਵਿੱਚ, ਔਰ ਉਸ ਧਰਨੇ ਦੀ ਖਾਸੀਅਤ ਇਹ ਰਹੀ ਕਿ ਉਸ ਧਰਨੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ। ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਪਹਿਲਾਂ ਦਿੱਲੀ ਦੇ ਐਂਟਰੀ ਪੁਆਇੰਟ ਦੇ ਉੱਤੇ ਰੋਕਿਆ ਗਿਆ, ਜਦੋਂ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਜਾ ਰਿਹਾ ਸੀ। ਉੱਥੇ ਕਾਫੀ ਆਪਸ ਦੇ ਵਿੱਚ ਕਹਾਸੁਣੀ ਹੋਈ, ਨਵਜੋਤ ਸਿੰਘ ਸਿੱਧੂ ਦਾ ਟਕਰਾਅ ਵੀ ਆਇਆ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ, ਔਰ ਉੱਥੇ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਗੱਲ ਕਰਨ ਦੇ ਲਈ ਕੇਂਦਰ ਕੋਲੇ ਜਾ ਰਹੇ ਹਾਂ, ਅਸੀਂ ਰੁਕਾਂਗੇ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜਾਣ ਦਿੱਤਾ ਗਿਆ ਔਰ ਨਵਜੋਤ ਸਿੰਘ ਸਿੱਧੂ ਨੇ ਉੱਥੇ ਧਮਾਕੇ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਾਜ਼ਰੀ ਦੇ ਵਿੱਚ ਦਿੱਤਾ। ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ ਤੇ ਪਰਮਿੰਦਰ ਢੀਂਡਸਾ ਤਿੰਨਾਂ ਦਾ ਹੀ ਭਾਸ਼ਣ ਆ ਜਿਹੜਾ ਉਹ ਕੇਂਦਰ ਦੇ ਖਿਲਾਫ਼ ਸਿੱਧਤ ਰਿਹਾ, ਪੰਜਾਬ ਦੇ ਮੰਗਾਂ ਮਸਲਿਆਂ ਦੇ ਉੱਤੇ ਕੇਂਦਰਿਤ ਰਿਹਾ, ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਔਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ, ਖੇਤੀ ਕਾਨੂੰਨਾਂ ਦੇ ਖਿਲਾਫ਼ ਤਿੰਨਾਂ ਦਾ ਭਾਸ਼ਣ ਆ ਜਿਹੜਾ ਉਹ ਕੇਂਦਰਿਤ ਰਿਹਾ। ਵੈਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਕਾਫੀ ਰਗੜੇ ਨੇ ਜਿਹੜੇ ਉਹ ਲਾਏ। ਜੀ ਕੌਸ਼ਲ ਜੀ, ਨਵਕਿਰਨ ਜੀ, ਅਸੀਂ ਇਸ ਤੋਂ ਪਹਿਲਾਂ ਤੁਹਾਨੂੰ ਅਗਲਾ ਸਵਾਲ ਕਰੀਏ, ਅਸੀਂ ਚਾਹਾਂਗੇ ਥੋੜਾ ਜਿਹਾ ਤੁਸੀਂ ਰੇਂਜ 'ਚ ਰੇਂਜ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੋ, ਤੁਹਾਡੀ ਆਵਾਜ਼ ਸਾਡੇ ਤੱਕ ਕਾਫੀ ਘੱਟ ਕੇ ਆ ਰਹੀ ਹੈ। ਜੀ ਨਵਕਿਰਨ ਪਤੀ ਜੀ, ਅਸੀਂ ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਜਿੱਥੇ ਕਾਂਗਰਸ ਨੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਇਆ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਲੀ ਜਾਣ ਦੀ ਬਜਾਏ ਲੁਧਿਆਣਾ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਲਾਇਆ, ਉਹਨਾਂ ਦਾ ਧਰਨਾ ਕਿਹੋ ਜਿਹਾ ਰਿਹਾ? ਜੀ ਜੀ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਧਰਨਾ ਗਾ ਜਿਹੜਾ ਉਹ ਲੁਧਿਆਣਾ ਦੇ ਵਿੱਚ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ
ਵਿੱਚ ਸੁਖਵੀਰ ਬਾਦਲ ਮੁੱਖ ਰੂਪ ਦੇ ਵਿੱਚ ਕੇਂਦਰਿਤ ਰਹੇ ਔਰ ਸੁਖਵੀਰ ਬਾਦਲ ਹੋਰਾਂ ਨੇ ਉੱਥੇ ਜਿਹੜਾ ਧਰਨਾ ਲਾਇਆ ਉਹ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਲਾਇਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਜ਼ਾਰਤ ਦਾ ਅਹਿਮ ਮੰਤਰੀ ਆ ਔਰ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਾਏ ਕਿ ਭਾਰਤ ਭੂਸ਼ਣ ਆਸ਼ੂ ਆ ਜਿਹੜਾ ਉਹ ਸਿੱਧੇ ਤੌਰ ਤੇ ਉੱਤੇ ਰਾਸ਼ਨ ਘਟਾਲੇ ਦੇ ਵਿੱਚ ਮੌਜੂਦ ਹੈ ਕਰਕੇ ਉਹਦਾ ਅਸਤੀਫਾ ਜਿਹੜਾ ਉਹ ਲੈਣਾ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਥੇ ਸਵਾਲ ਵੀ ਖੜੇ ਹੁੰਦੇ ਨੇ ਕਿ ਜਦੋਂ ਅੱਜ ਪੂਰਾ ਸੂਬਾ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਿਹਾ, ਜਦੋਂ ਪੂਰਾ ਸੂਬਾ ਕੇਂਦਰ ਸਰਕਾਰ ਦੇ ਖਿਲਾਫ ਇਕਜੁੱਟ ਨਜ਼ਰ ਆ ਰਿਹਾ, ਤਾਂ ਅਜਿਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਨਾਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਜ਼ਾਰਤ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਖਾਸ ਧਰਨਾ ਲੈ ਗਿਆ। ਐਸਸੀ ਐਸਟੀ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮਸਲਾ ਹੈਗਾ ਜਿਹੜਾ ਉਹ ਨਾਭੇ ਦੇ ਵਿੱਚ ਜਾ ਕੇ ਉਠਾਇਆ ਗਿਆ। ਹੁਣ ਜਦੋਂ ਦਿੱਲੀ ਦੇ ਖਿਲਾਫ ਫਿਰ ਐਜੀਟੇਸ਼ਨ ਦੇ ਦਿੱਤਾ ਤਾਂ ਉਦੋਂ ਲੁਧਿਆਣਾ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਜ਼ਾਰਤ ਦੇ ਅਹਿਮ ਮੰਤਰੀ ਆ ਉਹਦੇ ਖਿਲਾਫ ਧਰਨਾ ਜਿਹੜਾ ਉਹ ਲਾਇਆ ਗਿਆ। ਯਾਰਾ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਜ਼ਾਰਤ ਵਿੱਚ ਬਹੁਤ ਸਾਰੇ ਅਜਿਹੇ ਮੰਤਰੀ ਨੇ ਜਿਨ੍ਹਾਂ ਦੀ ਛਤਰ ਛਾਇਆ ਹੇਠ ਕਈ ਘੁਟਾਲੇ ਚੱਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਘੁਟਾਲਿਆਂ ਨੂੰ ਉਠਾ ਰਿਹਾ, ਪਰ ਬਹੁਤ ਸਾਰੇ ਲੋਕ ਸਵਾਲ ਇਹ ਕਰ ਰਹੇ ਨੇ ਕਿ ਇਹ ਮੌਕਾ ਨਹੀਂ ਹੈ ਘੁਟਾਲੇ ਉਠਾਉਣ ਦਾ, ਇਹ ਮੌਕਾ ਕੇਂਦਰ ਖਿਲਾਫ ਸੰਘਰਸ਼ ਦਾ ਹੈ। ਪੰਜਾਬ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਘੁਟਾਲੇ ਨੇ, ਉਹਨਾਂ ਨੂੰ ਇਸ ਤੋਂ ਬਾਅਦ ਵੀ ਉਠਾਇਆ ਜਾਊਗਾ। ਇਹ ਘੁਟਾਲੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੇਲੇ ਵੀ ਚੱਲਦੇ ਆਏ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇੱਕ ਮੰਤਰੀ ਦਾ ਅਸਤੀਫਾ ਦੇਣਾ ਪਿਆ ਸੀ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ। ਸੋਰੀ ਜੀ ਕੌਸ਼ਲ ਜੀ, ਨਵਕਿਰਨ ਪੱਤੀ ਜੀ ਸਾਨੂੰ ਇਹ ਜਾਣਕਾਰੀ ਦਿਓ, ਬੇਸ਼ੱਕ ਭਾਵੇਂ ਧਰਨਾ ਦਿੱਲੀ ਚਲਾਇਆ ਜਾਏ ਭਾਵੇਂ ਧਰਨਾ ਲੁਧਿਆਣਾ ਚਲਾਇਆ ਜਾਏ, ਧਰਨੇ ਜਿਹੋ ਜਿਹੇ ਮਰਜ਼ੀ ਚੱਲੇ, ਪਰ ਪੰਜਾਬ ਦੀ ਸਥਿਤੀ ਜਿਹੜੀ ਇਸ ਵੇਲੇ ਬਣੀ ਹੋਈ ਹੈ, ਬਿਜਲੀ ਦੀ ਸਪਲਾਈ ਨੂੰ ਲੈ ਕੇ ਲੋਕ ਜਿਹੜੇ ਪੇਸ਼ੋ ਪੇਸ਼ 'ਚ ਫਸੇ ਨੇ, ਉਹਦੇ ਵਿੱਚ ਕੀ ਸਰਕਾਰ ਕੋਈ ਇਮੀਡੀਏਟ ਹੈਲਪ ਦੇ ਵੱਲ ਤੁਰੀ ਹੋਈ ਹੈ? ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਸਪਲਾਈ ਦੀ ਸਥਿਤੀ ਕਿਹੋ ਜਿਹੀ ਹੈ? ਕਿੰਨੀ ਕੁ ਕਿੱਲਤ ਅਜੇ ਵੀ ਆ ਰਹੀ ਹੈ? ਜੀ ਕੌਸ਼ਲ ਜੀ, ਬਹੁਤ ਜ਼ਿਆਦਾ ਕਿੱਲਤ ਪੰਜਾਬ ਦੇ ਵਿੱਚ ਬਿਜਲੀ ਦੀ ਆ ਰਹੀ ਹੈ। ਜਿਹੜੀ ਮੇਰੀ ਜਿਹੜੀ ਰੇਂਜ ਟੁੱਟ ਰਹੀ ਹੈ ਬੋਲਣ ਦੀ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਕੰਮ ਕਰਦੀ ਹੈ, ਕਿਉਂਕਿ ਜਿੰਨੇ ਵੀ ਟਾਵਰ ਨੇ ਉਹ ਸਾਰਿਆਂ ਦੇ ਉੱਤੇ ਬਿਜਲੀ ਹੈ ਜਿਹੜੀ ਉਹ ਪੂਰਾ ਦਿਨ ਬਲੈਕਆਊਟ ਰਹੀ ਹੈ। ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ 2% ਹੈ ਜਿਹੜੀ ਉਹ ਆਈ ਹੈ। ਕਹਿਣ ਨੂੰ ਕਿਹਾ ਜਾ ਰਿਹਾ ਕਿ 3 ਤੋਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਲਾਇਆ ਸੀ ਕਿ 3 ਤੋਂ 4 ਘੰਟੇ ਦੇ ਬਿਜਲੀ ਕੱਟ ਨੇ ਜਿਹੜੇ ਉਹ ਦਿਨ ਸਮੇਂ ਲੱਗਣਗੇ, ਤਾਂ 3 ਤੋਂ 4 ਘੰਟੇ ਦਾ ਮਤਲਬ ਆ ਕਿ ਜਦੋਂ 24 ਘੰਟੇ ਸਰਕਾਰ ਕਹਿੰਦੀ ਹੁੰਦੀ ਹੈ ਕਿ 24 ਘੰਟੇ ਬਿਜਲੀ ਸਪਲਾਈ ਆਊਗੀ, ਪੰਜਾਬ ਦੇ ਪਿੰਡ ਦੇਖਿਆ ਕਿ ਉਦੋਂ ਵੀ ਜਿਹੜੀ ਬਿਜਲੀ ਸਪਲਾਈ ਆ ਉਹ 24 ਘੰਟਿਆਂ ਦੀ ਬਜਾਏ 16-17 ਘੰਟੇ ਮਿਲਦੀ ਹੈ ਲੋਕਾਂ ਨੂੰ। ਹੁਣ ਜਦੋਂ ਆਪ ਸਰਕਾਰ ਮੰਨ ਰਹੀ ਹੈ ਕਿ 3 ਤੋਂ 4 ਘੰਟੇ ਦੇ ਅਸੀਂ ਬਿਜਲੀ ਕੱਟ ਲਾ ਰਹੇ ਹਾਂ, ਤਾਂ ਉਦੋਂ ਬਿਜਲੀ ਸਪਲਾਈ ਦਾ ਹਾਲ ਬਹੁਤ ਮੰਦਾ ਗਾ, ਸ਼ਹਿਰਾਂ ਦੇ ਵਿੱਚ ਵੀ ਬਿਜਲੀ ਸਪਲਾਈ ਦਾ ਹਾਲ ਮੰਦਾ ਗਾ। ਤਿਉਹਾਰਾਂ ਦੇ ਦਿਨ ਨੇ, ਦੁਸਹਿਰੇ ਦਾ ਤਿਉਹਾਰ ਲੰਘ ਕੇ ਗਿਆ, ਦੀਵਾਲੀ ਦਾ ਤਿਉਹਾਰ ਆਉਣ ਵਾਲਾ ਗਾ, ਤਿਉਹਾਰਾਂ ਦਿਨਾਂ ਦੇ ਵਿੱਚ ਦੁਕਾਨਦਾਰ ਬਹੁਤ ਔਖੇ ਨੇ, ਇੰਡਸਟਰੀ ਬਹੁਤ ਔਖੀ ਹੈ। ਪੰਜਾਬ ਦੇ ਪਿੰਡਾਂ 'ਚ ਬਿਜਲੀ ਸਪਲਾਈ ਨਾ ਆਉਣ ਕਰਕੇ ਜਿੱਥੇ ਖੇਤੀ ਖੇਤਰ, ਖਾਸ ਕਰਕੇ ਸਬਜ਼ੀਆਂ ਦੇ ਕਿਸਾਨ ਔਖੇ ਨੇ, ਉੱਥੇ ਹੀ ਪਿੰਡਾਂ ਦੇ ਵਿੱਚ ਪਾਣੀ ਭਰਨਾ ਲੋਕਾਂ ਨੂੰ ਔਖਾ ਹੋਇਆ ਪਿਆ, ਇਨਵਰਟਰ ਵੀ ਬਹੁਤਾ ਸਮਾਂ ਨਹੀਂ ਕੱਢਦੇ, ਜਿਸ ਕਰਕੇ ਸਮੱਸਿਆਵਾਂ ਲੋਕਾਂ ਨੂੰ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ। ਇੰਟਰਨੈਟ ਸਪੀਡ ਬਹੁਤ ਸਲੋ ਹੋਈ ਹੋਈ ਹੈ, ਬਹੁਤੇ ਲੋਕਾਂ ਦਾ ਕੰਮ ਅੱਜ ਕੱਲ੍ਹ ਜਿਹੜਾ ਵਰਕ ਫਰੋਮ ਹੋਮ ਚੱਲ ਰਿਹਾ, ਇੰਟਰਨੈਟ ਸਪੀਡ ਦੇ ਉੱਤੇ ਨਿਰਧਾਰਿਤ ਹੈ। ਸੋ ਇਸ ਕਰਕੇ ਸਮੱਸਿਆ, ਇੱਕ ਵੱਡੀ ਕਿੱਲਤ ਦਾ ਸਾਹਮਣਾ ਪੰਜਾਬ ਆ ਜਿਹੜਾ ਉਹ ਕਰ ਰਿਹਾ। ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਸਿਆਸਤ ਕਰ ਰਹੀਆਂ ਨੇ, ਭਾਰਤੀ ਜਨਤਾ ਪਾਰਟੀ ਤੋਂ ਸਿਆਸਤ ਰਹੀ ਹੈ, ਕਾਂਗਰਸ ਅੱਡ ਤੋਂ ਕਰ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਅੱਡ ਤੋਂ ਸਿਆਸਤ ਕਰ ਰਹੀ ਹੈ, ਆਮ ਆਦਮੀ ਪਾਰਟੀ ਅਲੱਗ ਤੋਂ ਸਿਆਸਤ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਹਿੱਤਾਂ ਦਾ,
ਜਿਹੜਾ ਫਾਇਦਾ ਹੈਗਾ ਉਹ ਬਹੁਤ ਘੱਟ ਨਜ਼ਰ ਆ ਰਿਹਾ। ਕਹਿੰਦੇ ਜੇ ਪੰਜਾਬ ਦੇ ਹਿੱਤਾਂ ਦਾ ਫਾਇਦਾ ਹੋਵੇ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੇਂਦਰ ਦਾ ਬੂਹਾ ਖੜਕਾਉਣ ਔਰ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਕੋਲੇ ਦੀ ਕਿੱਲਤ ਆ ਵੀ ਰਹੀ ਆ। ਦੇਖੋ ਅੰਬਾਲੇ ਤੱਕ ਕੌਸ਼ਲ ਜੀ ਗੱਡੀਆਂ ਚੱਲਦੀਆਂ ਨੇ, ਅੰਬਾਲਾ ਕੋਈ ਬਹੁਤੀ ਦੂਰ ਨੀ ਹੈ, ਉੱਥੋਂ ਟਰੱਕਾਂ ਦੇ ਪੰਜਾਬ ਸਰਕਾਰ ਆ ਜਿਹੜੀ ਉਹ ਕੋਲਾ ਲਿਆਉਣ ਦਾ ਪ੍ਰਬੰਧ ਥਰਮਲ ਪਲਾਂਟਾਂ ਤੱਕ ਕਰ ਸਕਦੀ ਆ। ਜੇ ਪੰਜਾਬ ਸਰਕਾਰ ਚਾਹੇ ਤਾਂ ਜਿਹੜੇ ਅਸਲ ਦੇ ਵਿੱਚ ਕੇਂਦਰੀ ਪੂਲ ਦੇ ਵਿੱਚੋਂ ਨੈਸ਼ਨਲ ਗ੍ਰਿੱਡ ਤੋਂ ਬਿਜਲੀ ਆ ਜਿਹੜੀ ਉਹ ਖਰੀਦ ਕੇ ਲੋਕਾਂ ਨੂੰ ਬਿਜਲੀ ਪ੍ਰੋਵਾਈਡ ਕਰ ਸਕਦੀ ਆ। ਬਾਕੀ ਇੱਥੇ ਨੀਤੀ ਦਾ ਵੀ ਸਵਾਲ ਖੜਾ ਹੁੰਦਾ, ਪੰਜਾਬ 'ਚ ਨਹਿਰਾਂ ਦਾ ਜਾਲ ਵਿਛਿਆ ਹੋਇਆ, ਪੰਜਾਬ 'ਚ ਤਾਂ ਸਾਨੂੰ ਕੇਂਦਰ ਕਨੀ ਝਾਕਣ ਦੀ ਲੋੜ ਹੀ ਨਹੀਂ ਸੀ। ਪੰਜਾਬ 'ਚ ਤਾਂ ਜਿਹੜਾ ਪਣ ਬਿਜਲੀ ਪ੍ਰੋਜੈਕਟ ਨੇ ਉਹ ਥਾਂ ਥਾਂ ਲੱਗ ਸਕਦੇ ਸੀ, ਦਸ ਦਸ ਵੀਹ ਕਿਲੋਮੀਟਰ ਦੇ ਫਰਕ ਦੇ ਨਾਲ ਛੋਟੇ ਪਣ ਬਿਜਲੀ ਪ੍ਰੋਜੈਕਟ ਆ ਜਿਹੜੇ ਉਹ ਨਹਿਰਾਂ ਦੇ ਉੱਤੇ ਲਾਏ ਜਾ ਸਕਦੇ ਸੀ। ਇਸ ਤੋਂ ਇਲਾਵਾ ਸੋਲਰ ਪੈਨਲ ਲਾਏ ਜਾ ਸਕਦੇ ਸੀ। ਪੰਜਾਬ ਦੇ ਵਿੱਚ ਤਾਂ ਵਾਤਾਵਰਨ ਬੜਾ ਵਧੀਆ ਰਹਿੰਦਾ, ਟੈਂਪਰੇਚਰ ਜਾਂਦਾ, ਤਾਂ ਇੱਥੇ ਜਿਹੜਾ ਉਹ ਸੂਰਜੀ ਊਰਜਾ ਦੇ ਨਾਲ ਵੀ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ ਲਾਏ ਜਾ ਸਕਦੇ ਸੀ। ਫਿਰ ਪਰਾਲੀ ਦਾ ਮਸਲਾ ਬੜਾ ਅਹਿਮ ਮਸਲਾ, ਅਸੀਂ ਤਾਂ ਕੋਲ ਦੀ ਥਾਂ ਤੇ ਪਰਾਲੀ ਵਰਤ ਸਕਦੇ ਹਾਂ, ਨਾਲੇ ਤਾਂ ਸਾਡਾ ਧੂੰਆਂ ਖਤਮ ਹੁੰਦਾ, ਨਾਲੇ ਕਿਸਾਨਾਂ ਦੀ ਸਮੱਸਿਆ ਖਤਮ ਹੁੰਦੀ ਹੈ, ਨਾਲੇ ਪੰਜਾਬ ਜਿਹੜੀ ਉਹ ਸਸਤੀ ਵੀ ਪ੍ਰੋਵਾਈਡ ਹੋਊਗੀ। ਕੇਂਦਰ ਸਰਕਾਰ ਨੇ ਇੱਕ ਪ੍ਰੋਜੈਕਟ ਵੀ ਭੇਜਿਆ ਪਿੱਛੇ ਪੰਜਾਬ ਸਰਕਾਰ ਨੂੰ ਕਿ ਜਿਹੜਾ ਬਠਿੰਡੇ ਆ ਸਰਕਾਰੀ ਥਰਮਲ ਤੁਸੀਂ ਕਰ ਰਹੇ ਹੋ ਉਹਨੂੰ ਪਰਾਲੀ ਦੇ ਬੇਸ ਦੇ ਉੱਤੇ ਤੁਸੀਂ ਚਲਾਓ, ਅਸੀਂ ਤੁਹਾਡਾ ਸਹਿਯੋਗ ਆ ਜਿਹੜਾ ਕਰ ਸਕਦੇ ਹਾਂ। ਪਰ ਗੇਂਦ ਕੇਂਦਰ ਵਾਲੇ ਪਾਸੇ, ਸੂਬੇ ਵਾਲੇ ਪਾਸੇ, ਸੂਬੇ ਵਾਲੇ ਪਾਸੇ ਕੇਂਦਰ ਵਾਲੇ ਪਾਸੇ, ਜਿਹੜੀ ਉਹ ਸਿਆਸਤ ਦੇ ਵਿੱਚ ਪਰਾਲੀ ਦਾ ਮਸਲਾ ਵੀ ਨਜਿੱਠਿਆ ਗਿਆ ਔਰ ਬਿਜਲੀ ਦਾ ਮਸਲਾ ਹੁਣ ਵੱਡਾ ਮੂੰਹ ਅੱਡੀ ਖੜਾ ਹੈ। ਜੀ ਕੌਸ਼ਲ ਜੀ, ਨਵਕਿਰਨ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਅਜੇ ਵੀ ਬਹੁਤ ਕੱਟ ਕੇ ਆ ਰਹੀ ਹੈ। ਅਸੀਂ ਇੱਕ ਵਾਰ ਦੁਬਾਰਾ ਤੋਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਸੰਪਰਕ ਜਿਹੜਾ ਉਹ ਬਣਾਇਆ ਜਾਏ। ਬਾਕੀ ਜਿਹੜੀ ਗੱਲਬਾਤ ਹੈ ਉਹ ਇਸ ਬ੍ਰੇਕ ਤੋਂ ਬਾਅਦ ਇੱਦਾਂ ਹੀ ਜਾਰੀ ਰਹੇਗੀ। CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ। ਗੱਲਬਾਤ ਕਰ ਰਹੇ ਸੀ ਨਵਕਿਰਨ ਪੱਤੀ ਹੁਣ ਦੇ ਨਾਲ ਪੰਜਾਬ ਤੋਂ, ਔਰ ਜਾਣਕਾਰੀਆਂ ਉਹਨਾਂ ਦੇ ਕੋਲੋਂ ਹੋਰ ਲੈਂਦੇ ਹਾਂ। ਨਵਕਿਰਨ ਜੀ, ਸਾਨੂੰ ਇਹ ਜਾਣਕਾਰੀ ਵੀ ਦਿਓ ਕਿ ਭਾਰਤ ਦੇ ਵਿੱਚ ਰਿਪਬਲਿਕ TV ਹੈ ਜਿਹੜਾ, ਉਹਦੇ ਸੰਪਾਦਕ ਨੂੰ ਗ੍ਰਿਫਤਾਰ ਕੀਤਾ ਗਿਆ, ਕਿਉਂ ਗ੍ਰਿਫਤਾਰ ਕੀਤਾ ਗਿਆ ਔਰ ਕੀ ਸਾਰਾ ਮਾਮਲਾ? ਜੀ ਜੀ, ਭਾਰਤ ਦੇ ਵਿੱਚ ਰਿਪਬਲਿਕਨ TV ਦੇ ਸੰਪਾਦਕ ਪੱਤਰਕਾਰ ਜਿਹੜੇ ਕਾਫੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਤੋਂ ਬਣੇ ਹੋਏ ਨੇ, ਅਰਨਵ ਗੋਸਵਾਮੀ, ਉਹਨਾਂ ਨੂੰ ਅੱਜ ਮੁੰਬਈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ 2 ਸਾਲ ਪੁਰਾਣਾ ਮਾਮਲਾ ਗਾ, ਇੱਕ 53 ਸਾਲਾ ਇੰਟੀਰੀਅਰ ਡਿਜ਼ਾਈਨਰ ਦੇ ਵੱਲੋਂ ਖੁਦਕੁਸ਼ੀ ਕਰੀ ਗਈ ਸੀ 2 ਸਾਲ ਪਹਿਲਾਂ, ਔਰ ਉਹਦੇ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਸ਼ ਲਾਏ ਗਏ ਸੀ ਕਿ ਅਰਨਵ ਗੋਸਵਾਮੀ ਨੇ ਜਿਹੜਾ ਰਿਪਬਲਿਕਨ TV ਦਾ ਮੇਨ ਦਫ਼ਤਰ ਹੈ ਉਹਦਾ ਡਿਜ਼ਾਈਨ ਉਹ ਤੋਂ ਤਿਆਰ ਕਰਵਾਇਆ ਸੀ ਔਰ ਲੱਖਾਂ ਰੁਪਏ ਦਾ ਬਿੱਲ ਆ ਜਿਹੜਾ ਉਹ ਚੁੱਕਤਾ ਨਹੀਂ ਕੀਤਾ ਸੀ, ਬਿੱਲ ਨਾ ਦੇਣ ਕਰਕੇ ਉਹ ਪਰੇਸ਼ਾਨ ਹੋਇਆ, ਆਰਥਿਕ ਤੌਰ ਦੇ ਉੱਤੇ ਮੁਸੀਬਤ ਦੇ ਵਿੱਚ ਆਇਆ। ਫਿਰ ਉਹਨੇ ਜਦੋਂ ਗੇੜੇ ਮਾਰਨੇ ਸ਼ੁਰੂ ਕੀਤੇ ਅਰਨਵ ਗੋਸਵਾਮੀ ਕੋਲੇ ਤਾਂ ਉਹਨੂੰ ਤੰਗ ਪਰੇਸ਼ਾਨ ਕੀਤਾ ਗਿਆ, ਜਿਸ ਤੋਂ ਬਾਅਦ ਉਹ ਖੁਦਕੁਸ਼ੀ ਕਰ ਗਿਆ। ਉਸ ਦਾ ਮਸਲਾ ਚਰਚਾ ਦਾ ਵਿਸ਼ਾ ਬਣਿਆ, ਲੇਕਿਨ 1 ਸਾਲ ਬਾਅਦ ਪਿਛਲੇ ਵਰੇ ਉਹ ਕੇਸ ਨੂੰ ਬੰਦ ਕਰ ਦਿੱਤਾ ਗਿਆ। ਫਿਰ ਉਸਦੀ ਬੇਟੀ ਨੇ ਦੁਬਾਰੇ ਗੁਹਾਰ ਲਾਈ, ਦੁਬਾਰੇ ਐਪਲੀਕੇਸ਼ਨ ਲਾਈ, ਤਾਂ ਮੁੰਬਈ ਦੇ ਮਹਾਰਾਸ਼ਟਰ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਕੇਸ ਨੂੰ ਦੁਬਾਰੇ ਖੋਲਿਆ, ਕੇਸ ਦੀ ਜਾਂਚ PID ਨੂੰ ਦਿੱਤੀ, PID ਨੇ ਕੇਸ ਦੀ ਜਾਂਚ ਕੀਤੀ ਤਾਂ ਅੱਜ ਅਰਨਵ ਗੋਸਵਾਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਰਨਵ ਗੋਸਵਾਮੀ ਨੂੰ ਗ੍ਰਿਫਤਾਰ ਕਰਨ ਸਮੇਂ ਪੁਲਿਸ ਨਾਲ ਕਾਫੀ ਹੱਥੋਪਾਈ ਹੋਈ ਔਰ ਇੱਕ ਕੇਸ ਅਰਨਵ ਗੋਸਵਾਮੀ ਦੇ ਉੱਤੇ ਉਦੋਂ ਬਾਅਦ ਇਹ ਵੀ ਦਾਇਰ ਕਰ ਲਿਆ ਗਿਆ। ਲੇਕਿਨ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਕਹਾਉਂਦੇ ਆਗੂਆਂ ਦੇ, ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ, ਉਹਨਾਂ ਨੇ ਵੀ ਬਿਆਨ ਦਿੱਤਾ ਕਿ ਅਰਨਵ ਗੋਸਵਾਮੀ ਦੀ ਗ੍ਰਿਫਤਾਰੀ ਬਹੁਤ ਮੰਦਭਾਗੀ ਆ, ਇਹ ਮੀਡੀਆ ਤੇ ਹਮਲਾ ਹੈ, ਜਮਹੂਰੀਅਤ ਦੇ ਉੱਤੇ ਹਮਲਾ ਹੈ। ਸੋ ਉਹ ਲੋਕ ਜਿਨ੍ਹਾਂ ਦੇ ਰਾਜ ਦੇ ਦੌਰਾਨ
83 ਸਾਲਾਂ ਉਮਰ ਦੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਚਿੰਤਕਾਂ, ਪ੍ਰੋਫੈਸਰਾਂ, ਡਾਕਟਰਾਂ, ਸੰਪਾਦਕਾਂ ਤੱਕ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਹੈ। ਗੈਰ ਕਾਨੂੰਨੀ ਗਤੀਵਿਧੀਆਂ ਰੁਕੂ ਐਕਟ ਲਾਏ ਹੋਏ ਨੇ। ਉਹਨਾਂ ਨੇ ਝੱਟ ਦੇ ਕੇ ਜਿਹੜਾ ਅਰਨਬ ਗੋਸਵਾਮੀ ਦੇ ਮਸਲੇ ਦੇ ਉੱਤੇ ਬਿਆਨ ਦੇਣੇ ਸ਼ੁਰੂ ਕੀਤੇ। ਕੰਗਣਾ ਰਣੌਤ ਨੇ ਬੋਲਣਾ ਸ਼ੁਰੂ ਕਰ ਦਿੱਤਾ ਇਸ ਮਸਲੇ ਦੇ ਉੱਤੇ ਮਹਾਰਾਸ਼ਟਰ ਸਰਕਾਰ ਦੇ ਖਿਲਾਫ। ਸੋ ਅਰਨਬ ਗੋਸਵਾਮੀ ਹੈ ਜਿਹੜਾ, ਉਹ ਲਗਾਤਾਰ ਚਰਚਾ ਦਾ ਵਿਸ਼ਾ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੋਇਆ। ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਚਰਚਾ ਹੋਰ ਜ਼ਿਆਦਾ ਭੜਕੀ ਹੈ। ਜੀ ਜੀ, ਸਾਨੂੰ ਜਾਂਦੇ ਜਾਂਦੇ ਜਾਣਕਾਰੀ ਇਹ ਵੀ ਦਿਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੀ ਪੰਜਾਬ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ, ਉਹਦਾ ਕੀ ਨਤੀਜਾ ਨਿਕਲਿਆ ਜੀ? ਜੀ, ਅੱਜ ਪੰਜਾਬ ਦੇ ਤਿੰਨ ਮੰਤਰੀਆਂ ਜਿਨ੍ਹਾਂ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁਖ ਰੰਧਾਵਾ ਕਰ ਰਹੇ ਸੀ, ਉਹਨਾਂ ਦੇ ਨਾਲ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ। ਮੀਟਿੰਗ ਦੇ ਦੌਰਾਨ ਇਹ ਫੈਸਲਾ ਹੋਇਆ ਕਿ ਕਿਸਾਨ ਜਥੇਬੰਦੀਆਂ ਆਲਰੇਡੀ ਰੇਲਵੇ ਟਰੈਕ ਨੇ ਜਿਹੜੇ ਉਹ ਛੱਡ ਚੁੱਕੀਆਂ ਨੇ, ਰੇਲਵੇ ਪਲੇਟਫਾਰਮਾਂ ਦੇ ਉੱਤੇ ਧਰਨੇ ਚੱਲ ਰਹੇ ਸੀ। ਤਾਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ, ਜਿਸ ਬੇਨਤੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲਿਆ ਕਿ ਹੁਣ ਉਹ ਰੇਲਵੇ ਪਲੇਟਫਾਰਮਾਂ ਦੇ ਉੱਤੇ ਵੀ ਨਹੀਂ ਬੈਠਣਗੀਆਂ। ਕੇਂਦਰ ਸਰਕਾਰ ਬਹਾਨਾ ਨਾ ਬਣਾਵੇ ਪੰਜਾਬ 'ਚ ਰੇਲ ਗੱਡੀਆਂ ਚਲਾਉਣ ਦਾ ਕਿ ਕਿਸਾਨ ਰੇਲਵੇ ਪਲੇਟਫਾਰਮਾਂ ਦੇ ਉੱਤੇ ਬੈਠੇ ਆ। 31 ਕਿਸਾਨ ਜਥੇਬੰਦੀਆਂ ਨੇ ਤੈਅ ਕਰ ਲਿਆ ਕਿ ਹੁਣ ਉਹ ਰੇਲਵੇ ਪਲੇਟਫਾਰਮਾਂ ਦੀ ਬਜਾਏ ਰੇਲਵੇ ਸਟੇਸ਼ਨ ਦੇ ਬਾਹਰ ਬੈਠਣਗੀਆਂ, ਰੇਲਵੇ ਪਾਰਕਾਂ ਦੇ ਵਿੱਚ ਧਰਨੇ ਦੇਣਗੀਆਂ ਔਰ ਰੇਲਵੇ ਟਰੈਕ ਬਿਲਕੁਲ ਖਾਲੀ ਛੱਡੇ ਹੋਏ ਨੇ। ਸਿਰਫ ਜਿਹੜੇ ਦੋ ਧਰਨੇ ਚੱਲ ਰਹੇ ਨੇ, ਇੱਕ ਰਾਜਪੁਰਾ ਥਰਮਲ ਦੇ ਗੇਟ ਅੱਗੇ, ਇੱਕ ਬਣਾ ਵਾਲੀ ਜਿਹੜਾ ਮਾਨਸਾ ਗੇਟ ਦੇ ਥਰਮਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ। ਉਹਨਾਂ ਦਾ ਕਹਿਣਾ ਵੀ ਇਹ ਸੀਗਾ ਅੱਜ ਕਿ ਅਸੀਂ ਰੇਲਵੇ ਟਰੈਕ ਤਾਂ ਸਾਰੇ ਖਾਲੀ ਛੱਡੇ ਹੋਏ, ਅਸੀਂ ਗੇਟ ਘੇਰੇ ਹੋਏ ਨੇ ਉਹਨਾਂ ਦੋ ਪ੍ਰਾਈਵੇਟ ਥਰਮਲਾਂ ਦੇ, ਸਰਕਾਰੀ ਥਰਮਲਾਂ ਨੂੰ ਕੋਲ ਆਵੇ ਸਾਨੂੰ ਕੋਈ ਪ੍ਰੋਬਲਮ ਨਹੀਂ। ਕਿਸਾਨ ਜਥੇਬੰਦੀਆਂ ਦਾ ਕਹਿਣਾ ਇਹ ਸੀ ਕਿ ਸਾਡੀ ਸਮੱਸਿਆ ਜਿਹੜੀ ਉਹ ਅੰਬਾਨੀ ਤੇ ਅਡਾਨੀ ਦੇ ਨਾਲ ਹੈ, ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਹੈ। ਸੋ ਇਹ ਮਸਲਾ ਅੱਜ ਚਰਚਾ ਦਾ ਵਿਸ਼ਾ ਬਣਿਆ ਔਰ ਰੜਕਿਆ ਗਿਆ। ਕੱਲ ਨੂੰ ਪੂਰੇ ਦੇਸ਼ ਦੇ ਵਿੱਚ 4 ਘੰਟੇ ਦੇ ਲਈ ਚੱਕਾ ਜਾਮ ਹੋ ਰਿਹਾ, 12 ਵਜੇ ਤੋਂ 4 ਵਜੇ ਤੱਕ ਪੂਰਾ ਦੇਸ਼ ਜਾਮ ਹੋਊਗਾ। 26-27 ਨਵੰਬਰ ਦੀ ਜਿਹੜੀ ਦਿੱਲੀ ਚੱਲੋ ਦੀ ਮੁਹਿੰਮ ਆ, ਉਹਦੀ ਤਿਆਰੀ ਦੇ ਵਜੋਂ ਇੱਕ ਰਿਹਰਸਲ ਦੇ ਰੂਪ ਦੇ ਵਿੱਚ 4 ਘੰਟੇ ਦਾ ਪੂਰਾ ਦੇਸ਼ ਬੰਦ ਆ ਜਿਹੜਾ ਉਹ ਹੋਊਗਾ। ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਾਰੀ ਜਾਣਕਾਰੀ ਦੇਣ ਵਾਸਤੇ ਨਵਕਿਰਨ ਜੀ, ਧੰਨਵਾਦ ਜੀ। ਬਹੁਤ ਬਹੁਤ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਥੋੜੀ ਸਮੱਸਿਆ ਆਈ ਜੀ। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਵੀ ਗੱਲਬਾਤ ਦਾ ਦੌਰ ਚੱਲਦਾ ਰਹੇਗਾ। ਸੁਣਦੇ ਰਹੋ CKSP 600 AM ਸ਼ੇਰੇ ਪੰਜਾਬ ਰੇਡੀਓ। CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਔਰ ਗੱਲਬਾਤ ਕਰ ਰਹੇ ਹਾਂ। ਹੁਣੇ ਕਰਕੇ ਹਟਿਆ ਨਵਕਿਰਨ ਪੱਤੀ ਹੁਣ ਦੇ ਨਾਲ ਭਾਰਤ ਤੋਂ ਪੰਜਾਬ ਅਤੇ ਦਿੱਲੀ ਦਰਬਾਰ ਦੀ ਖਬਰਸਾਰ ਲੈ ਕੇ ਹਟਿਆ। ਹੁਣ ਗੱਲ ਕਰਾਂਗੇ ਕੁਝ ਲੋਕਲ ਮੁੱਦਿਆਂ ਦੇ ਬਾਰੇ ਔਰ ਨਾਲ ਦੇ ਨਾਲ ਜਿਹੜੇ US ਦੇ ਇਲੈਕਸ਼ਨਸ ਦੇ ਰਿਜ਼ਲਟਸ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਕਿਸੇ ਨੂੰ ਵੀ ਅਜੇ ਤੱਕ ਜਿਹੜੀ ਹੈ ਉਹ ਜਿੱਤ ਸਿੱਧੇ ਤੌਰ 'ਤੇ ਨਹੀਂ ਮਿਲ ਸਕੀ। ਬਾਈਡਨ ਦਾ ਜਿਹੜਾ ਜੋ ਬਾਈਡਨ ਦਾ ਕੈਂਪ ਹੈ ਉਹ ਆਪਣੀ ਜਿਹੜੀ ਵਿਕਟਰੀ ਹੈ ਉਹਨੂੰ ਪ੍ਰੋਡਿਕਟ ਕਰ ਰਹੇ ਨੇ, ਉਹਨਾਂ ਦਾ ਕਹਿਣਾ ਕਿ ਜਿੱਤ ਜਿਹੜੀ ਹੈ ਉਹਨਾਂ ਦੀ ਹੈ। ਪਰ ਅਜੇ ਤੱਕ ਜੋ ਹਾਲਾਤ ਦਿਖ ਰਹੇ ਨੇ ਬੜੀ ਨੈਕ ਟੂ ਨੈਕ ਇਸ ਵੇਲੇ ਸਿਚੁਏਸ਼ਨ ਫਸੀ ਹੋਈ ਹੈ। ਕੋਈ ਕਲੀਅਰ ਰਿਜ਼ਲਟ ਜਿਹੜਾ ਇਸ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਉਹ ਸਾਹਮਣੇ ਨਹੀਂ ਆ ਰਿਹਾ। ਸੋ ਕਿਉਂਕਿ ਕੋਈ ਕਲੀਅਰ ਪੈਥ ਅਜੇ ਨਹੀਂ ਦਿਖ ਰਿਹਾ, ਕੋਈ ਸਿੱਧਾ ਰਸਤਾ ਸਾਫ਼ ਨਹੀਂ ਦਿਖ ਰਿਹਾ ਕਿ ਕਿਹਦੇ ਹੱਕ ਦੇ ਵਿੱਚ ਇਹ ਇਲੈਕਸ਼ਨ ਜਾਂਦਾ ਦਿਖਦਾ, ਕਿਉਂਕਿ ਕੱਲ੍ਹ ਤੱਕ ਬੜੀਆਂ ਕਿਆਸਰੀਆਂ ਲੱਗ ਰਹੀਆਂ ਸੀ, ਬਹੁਤ ਸਾਰੇ ਪੋਲਸ ਜਿਹੜੇ ਸੀ ਉਹ ਜੋ ਬਾਈਡਨ ਦੇ ਹੱਕ ਦੇ ਵਿੱਚ ਉਤਰ ਰਹੇ ਸੀ, ਇਹ ਕਹਿ ਰਹੇ ਸੀ ਕਿ ਜੋ ਬਾਈਡਨ ਜਿੱਤ ਜਾਣਗੇ। ਕੱਲ੍ਹ ਸ਼ਾਮੀ ਜਦੋਂ ਹੌਲੀ ਹੌਲੀ ਜਿਹੜੇ ਸਟੇਟਸ ਦੇ ਪੋਲਿੰਗ ਬੰਦ ਹੋਣੀ ਸ਼ੁਰੂ ਹੋਈ ਔਰ ਜਾਣਕਾਰੀਆਂ ਆਉਣੀਆਂ ਸ਼ੁਰੂ ਹੋਈਆਂ, ਜਿਹੜੇ ਇੰਟਰਨੈਸ਼ਨਲ ਮੀਡੀਆ ਸੀ ਚਾਹੇ CNN ਸੀ
ਸਕਾਈ ਨਿਊਜ਼ ਸੀ ਜਾਂ ਹੋਰ ABC ਨਿਊਜ਼ ਸੀ, ਇਹਨਾਂ ਦੇ ਉੱਤੇ ਜਿਹੜੇ ਵੀ ਲੋਕ ਅੱਖਾਂ ਲਾ ਕੇ ਟਿਕਾ ਕੇ ਬੈਠੇ ਸੀ ਕਿ ਜਾ ਕੇ ਰਿਜ਼ਲਟਸ ਅਸੀਂ ਆਪਣੇ ਘਰਾਂ 'ਚ ਸ਼ਾਮ ਦੇ ਵੇਲੇ ਦੇਖਾਂਗੇ, ਪਤਾ ਲੱਗੇਗਾ। ਕੱਲ੍ਹ ਦੇਰ ਰਾਤ ਤੱਕ ਮੈਂ ਵੀ ਇਹ ਰਿਜ਼ਲਟਸ ਦੇ ਉੱਤੇ ਨਿਗਾਹ ਬਣਾਈ ਰੱਖੀ ਕਿ ਕਿਸ ਤਰੀਕੇ ਨਾਲ ਰਿਜ਼ਲਟਸ ਆਉਂਦੇ ਨੇ, ਪਰ ਜਿਸ ਤਰੀਕੇ ਦੀ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸੀ ਸਫੋਲੋਜਿਸਟਸ ਵੱਲੋਂ, ਜਿਹੜੇ ਇਲੈਕਸ਼ਨਸ ਨੂੰ ਬਹੁਤ ਨੇੜਿਓਂ ਹੋ ਕੇ ਦੇਖਦੇ ਆ, ਜਿਹੜੇ ਇਹਨਾਂ ਦੇ ਨਤੀਜਿਆਂ ਬਾਰੇ ਕਈ ਭਵਿੱਖਬਾਣੀਆਂ ਕਰ ਦਿੰਦੇ ਆ, ਔਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਹੁਣ ਜਾਂ ਫਿਰ ਜਿੱਤ ਜਿਹੜੀ ਹੈ ਉਹ ਜੋ ਬਾਈਡਨ ਦੀ ਹੋ ਜਾਏਗੀ, ਸ਼ੁਰੂਆਤੀ ਟਾਈਮ ਦੇ ਵਿੱਚ ਜੋ ਦੱਸਿਆ ਜਾ ਰਿਹਾ ਸੀ, ਉਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਨਹੀਂ ਬਣੇ। ਕਾਫੀ ਲੱਗ ਰਿਹਾ ਸੀ ਕਿ ਸ਼ਾਇਦ ਐਤਕੀ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਹੈ ਉਹ ਇੱਕ ਪਾਸੜ ਹੋ ਸਕਦਾ, ਪਰ ਨਹੀਂ, ਐਸਾ ਹੋਇਆ ਨਹੀਂ। ਸਵੇਰ ਹੁੰਦੇ ਹੁੰਦੇ ਤੱਕ, ਕਿਉਂਕਿ ਰਾਤੀ ਲੇਟ ਨਾਈਟ ਹੀ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਜਿਹੜਾ ਮੈਚ ਹੈ ਇਹ ਫਸ ਗਿਆ ਕਿਸਮ ਦਾ, ਇਹ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਹੈ ਇਹ ਫਸ ਗਿਆ। ਪਰ ਕਿਸ ਤਰੀਕੇ ਨਾਲ ਇਹ ਸਮੀਕਰਨ ਚੇਂਜ ਹੋਏ, ਕੀ ਕਹਾਣੀਆਂ ਹੋਈਆਂ, ਇਹਦੇ ਬਾਰੇ ਵੀ ਬੜੀ ਅਜੀਬੋ ਗਰੀਬ ਸਥਿਤੀ ਬਣੀ ਹੋਈ ਹੈ। ਜੋ ਬਾਈਡਨ ਖੁਦ ਆਪਣੀ ਧਰਮ ਪਤਨੀ ਦੇ ਨਾਲ ਮੀਡੀਆ ਦੇ ਸਾਹਮਣੇ ਆਏ, ਆਪਣੇ ਜਿਹੜੇ ਸਪੋਰਟਰਸ ਨੇ ਉਹਨਾਂ ਦੇ ਸਾਹਮਣੇ ਆ ਕੇ ਉਹਨਾਂ ਨੇ ਉਹਨਾਂ ਨੂੰ ਸਬਰ ਰੱਖਣ ਵਾਸਤੇ ਕਿਹਾ, ਹਰ ਵੋਟ ਉਹਨਾਂ ਨੇ ਕਿਹਾ ਜਿਹੜੀ ਉਹਦੀ ਕਾਊਂਟ ਹੋਣਾ ਜ਼ਰੂਰੀ ਹੈ, ਔਰ ਉਸ ਤੋਂ ਬਾਅਦ ਹੀ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਉਹ ਅਨਾਊਂਸਮੈਂਟ ਕੀਤੀ ਜਾ ਸਕਦੀ ਹੈ। ਪਰ ਉਹਨਾਂ ਦਾ ਜਿਹੜਾ ਕੈਂਪ ਹੈ, ਉਹਨਾਂ ਦੇ ਕੈਂਪ ਵੱਲੋਂ ਉਹਨਾਂ ਦੀ ਵਿਕਟਰੀ ਜਿਹੜੀ ਹੈ ਉਹ ਪ੍ਰੋਡਿਕਟ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਟਰੰਪ ਉਹਨੇ ਵੀ ਖੁਦ ਮੁਖਤਿਆਰ ਹੋ ਕੇ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਜਿੱਤ ਰਹੇ ਹਾਂ। ਇਨਫੈਕਟ ਉਹਨਾਂ ਨੇ ਕਿਹਾ ਕਿ ਅਸੀਂ ਜਿੱਤ ਚੁੱਕੇ ਹਾਂ, ਉਹਨਾਂ ਨੇ ਆਪਣੇ ਵਿਕਟਰੀ ਦਾ ਜਿਹੜਾ ਹਾਸਲ ਕਰ ਲਿਆ ਤਮਗਾ ਆਪਣੇ ਆਪ ਹੀ, ਔਰ ਇਹ ਕਿਹਾ ਕਿ ਇਲੈਕਸ਼ਨ ਅਸੀਂ ਜਿੱਤ ਰਹੇ ਹਾਂ। ਔਰ ਨਾਲ ਦੇ ਨਾਲ ਉਹਨਾਂ ਨੇ ਵੀ ਕਹਿ ਦਿੱਤਾ ਕਿ ਧੋਖਾਧੜੀ ਵੀ ਇਹਦੇ 'ਚ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਬਾਈਡਨ ਦਾ ਜਿਹੜਾ ਕੈਂਪ ਹੈ ਡੈਮੋਕਰੈਟ ਨੇ ਜਿਹੜੇ ਇਹ ਫਰੋਡ ਕਰ ਰਹੇ ਨੇ ਇਹਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਫਰੋਡ ਜਿਹੜਾ ਹੋਣ ਨਹੀਂ ਦਿਆਂਗਾ, ਅਸੀਂ ਜਿੱਤ ਰਹੇ ਹਾਂ ਔਰ ਸਾਡੀ ਜਿੱਤ ਨੂੰ ਇਹ ਖੋ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਮੈਂ ਇਸ ਕਿ ਜੇ ਬਹੁਤੀ ਗੱਲ ਹੋਈ ਤਾਂ ਜਿਹੜਾ ਇਲੈਕਸ਼ਨ ਹੈ, ਪਹਿਲਾਂ ਵੀ ਇਹਨਾਂ ਨੇ ਇਹ ਧਮਕੀ ਦਿੱਤੀ ਸੀ ਔਰ ਹੁਣ ਵੀ ਕਿਹਾ ਕਿ ਮੈਂ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਜਾਵਾਂਗਾ। ਸੁਪਰੀਮ ਕੋਰਟ ਜਿਹੜੀ ਉਹ ਸਭ ਤੋਂ ਵੱਡਾ ਉੱਥੋਂ ਦਾ ਘਰ ਹੈ ਜਿਹੜਾ ਅਪੀਲ ਕਰਨ ਦੇ ਵਾਸਤੇ, ਔਰ ਇਹਦੇ ਵਿੱਚ ਜਾ ਕੇ ਕੀ ਹੋਏਗਾ, ਕੀ ਹੋ ਸਕਦਾ ਕਿ ਕੋਰਟ ਜਿਹੜੀ ਉਹੀ ਫੈਸਲਾ ਕਰੇਗੀ, ਇਹਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਚੱਲ ਕੇ ਗੱਲ ਕਰਾਂਗੇ ਕਿ ਹੋਰ ਕਿਹੜੇ ਸਮੀਕਰਨ ਬਣ ਸਕਦੇ ਨੇ, ਔਰ ਕੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ। ਬਿਲਕੁਲ ਐਸਾ ਹੋਇਆ 20 ਸਾਲ ਪਹਿਲਾਂ ਅੱਜ ਤੋਂ, ਸਾਲ 2000 ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੇ ਸੀ ਜਾਰਜ ਡਬਲਿਊ ਬੁਸ਼ ਦੇ ਅਤੇ ਐਲ ਗੋਰ ਦੇ, ਉਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਮਸਲਾ ਹੈ ਇਹ ਕੋਰਟ ਦੇ ਵਿੱਚ ਚਲਾ ਗਿਆ ਸੀ, ਔਰ ਉਦੋਂ ਕਿੰਨੇ ਦਿਨ ਦੇ ਬਾਅਦ ਕੋਰਟ ਦੇ ਵਿੱਚ ਗਿਆ ਸੀ, ਕਿਸ ਤਰੀਕੇ ਨਾਲ ਲੰਬਾ ਲਟਕਿਆ ਇਹ ਸਾਰਾ ਕੇਸ, ਇਹਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਜਾ ਕੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਏਗੀ। ਪਰ ਜਿਹੜਾ ਇਸ ਵੇਲੇ ਜਿਹੜੀ ਸਭ ਦੀ ਨਿਗਾਹ ਟਿੱਕੀ ਹੋਈ ਹੈ, ਬਹੁਤ ਇੱਕ ਜਿਹੜੀ ਕਾਂਟੇ ਦੀ ਟੱਕਰ ਹੈ, ਬਲਕਿ ਸਿਰ ਦੇ ਨਾਲ ਸਿਰ ਇਹਨਾਂ ਦੇ ਭੇੜੇ ਹੋਏ ਆ, ਬੈਟਲ ਗਰਾਊਂਡ ਜਿਹੜੀ ਹੈ ਉਹ ਕਿਹੜੇ ਕਿਹੜੇ ਐਸੇ ਸਟੇਟਸ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਬੈਟਲ ਗਰਾਊਂਡ ਹੈ, ਔਰ ਕਿਹੜੀਆਂ ਸਟੇਟਸ ਨੇ ਜਿਹੜੀਆਂ ਸਵਿੰਗ ਸਟੇਟਸ ਮੰਨੀਆਂ ਜਾ ਰਹੀਆਂ, ਜਿਨ੍ਹਾਂ 'ਚ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਨਤੀਜੇ ਕਿੱਧਰ ਆਣਗੇ। ਜਿਹੜੀਆਂ ਡੈਮੋਕ੍ਰੈਟ ਸਟੇਟਸ ਨੇ ਜਾਂ ਜਿਹੜੀਆਂ ਰਿਪਬਲਿਕਨ ਸਟੇਟਸ ਨੇ, ਉੱਥੇ ਤਾਂ ਕਾਫੀ ਹੱਦ ਤੱਕ ਜਿਹੜਾ ਉਹ ਸਿੱਧੇ ਤੌਰ 'ਤੇ ਫੈਸਲਾ ਜਿਹੜਾ ਉਹ ਸਾਹਮਣੇ ਆਉਂਦਾ ਦਿਖ ਰਿਹਾ, ਪਰ ਜਿਹੜੇ ਸਟੇਟਸ ਐਸੀਆਂ ਇੱਥੇ ਕਲੋਜ਼ ਫਿਨਿਸ਼ ਵੱਲ ਮੁਕਾਬਲਾ ਪਹੁੰਚ ਰਿਹਾ, ਜਿੱਥੇ ਬਹੁਤ ਨੇੜੇ ਜਿਹੜਾ ਖਤਮ ਹੋ ਰਹੇ ਨੇ ਜਿਹੜੇ ਰਿਜ਼ਲਟਸ ਦੇ ਨਤੀਜੇ ਨੇ, ਉੱਥੇ ਕਿਸ ਪਾਸੇ ਨੂੰ ਇਹ ਸਾਰਾ ਜਿਹੜਾ ਫੈਸਲਾ ਜਾਏਗਾ, ਇਹਦੇ ਬਾਰੇ ਅਜੇ ਵੀ ਜਿਹੜੀਆਂ ਕੋਈ ਜਾਣਕਾਰੀਆਂ ਉਹ ਨਹੀਂ ਮਿਲ ਰਹੀਆਂ। ਅਜੇ ਵੀ ਉਹਦੇ 'ਤੇ ਕਾਫੀ ਜਿਹੜੇ ਸਵਾਲ ਨੇ ਉਹ ਚੁੱਕੇ ਜਾ ਰਹੇ ਨੇ, ਕਿਉਂਕਿ ਅਜੇ ਵੀ ਇਹਦੇ ਬਾਰੇ ਕੋਈ ਕਲੀਅਰ ਜਿਹੜੀ ਜਾਣਕਾਰੀ ਹੈ ਉਹ ਸਾਹਮਣੇ ਨਹੀਂ ਆ ਰਹੀ। ਔਰ ਬੜੀ ਇੱਕ ਹਿਸਟੋਰਿਕ ਜਿਹੀ ਰੇਸ ਹੈ ਜਿਹੜੀ ਇਸ ਵੇਲੇ ਇਹ ਲਟਕੀ ਹੋਈ ਹੈ, ਜਿਹੜੀ ਇਹ ਪਾਵਰ ਦੀ ਰੇਸ ਹੈ, ਔਰ ਇਹਦੇ 'ਚ ਕਿਹੜੇ ਕਿਹੜੇ ਜਿਹੜੇ
ਸੂਬੇ ਨੇ ਜਿਨ੍ਹਾਂ ਦੇ ਵਿੱਚ 49-52 ਦੇ ਮੁਕਾਬਲੇ ਚੱਲ ਰਹੇ ਨੇ, ਜੇ ਗੱਲ ਕਰੀਏ ਬਹੁਤ ਬਰਾਬਰ ਬਰਾਬਰ ਦੇ ਮੁਕਾਬਲੇ ਚੱਲ ਰਹੇ ਨੇ। ਇਹਨਾਂ ਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਜਾ ਕੇ ਜ਼ਿਕਰ ਵੀ ਕੀਤਾ ਜਾਏਗਾ। ਔਰ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਇਲੈਕਟੋਰਲ ਵੋਟਸ ਨੇ ਉਹਨਾਂ ਦੇ ਵਿੱਚ 227 ਜਿਹੜੇ ਵੋਟਾਂ ਨੇ ਉਹ ਜਾਂਦੀਆਂ ਹੱਕ 'ਚ ਦਿਖ ਰਹੀਆਂ ਮਿਸਟਰ ਜੋ ਬਾਈਡਨ ਦੇ, ਔਰ 213 ਜਿਹੜੇ ਹੈ ਇਹ ਡੋਨਲਡ ਟਰੰਪ ਦੇ ਹੱਕ ਵਿੱਚ ਜਾਂਦੀਆਂ ਦਿਖ ਰਹੀਆਂ। ਪਰ ਅਜੇ ਵੀ ਪਾਪੂਲਰ ਵੋਟ ਔਰ ਇਲੈਕਟੋਰਲ ਵੋਟਸ ਦੇ ਜਿਹੜੇ ਫਰਕ ਨੇ ਉਹ ਜਿਹੜੇ ਇਹ ਨਤੀਜੇ ਨੇ ਇਹਨਾਂ ਨੂੰ ਬਦਲ ਸਕਦੇ ਨੇ। ਪਿਛਲੀ ਵਾਰ ਵੀ ਹੈਲਰੀ ਕਲਿੰਟਨ ਦਾ ਜਦੋਂ ਮੁਕਾਬਲਾ ਹੋ ਰਿਹਾ ਸੀ ਉਦੋਂ ਵੀ ਇਹੀ ਲੱਗ ਰਿਹਾ ਸੀ ਕਿ ਹੈਲਰੀ ਕਲਿੰਟਨ ਦੀ ਬਹੁਤ ਹਵਾ ਦਿਖਾਈ ਗਈ ਸੀ ਮੀਡੀਆ ਵੱਲੋਂ, ਇਹ ਕਿਹਾ ਜਾ ਰਿਹਾ ਸੀ ਕਿ ਜਿੱਤ ਜਿਹੜੀ ਹੈ ਹੈਲਰੀ ਕਲਿੰਟਨ ਦੀ ਹੋ ਜਾਣੀ ਹੈ। ਪਰ ਉਦੋਂ ਵੀ ਨਤੀਜੇ ਜਦੋਂ ਆਉਣੇ ਸ਼ੁਰੂ ਹੋਏ ਔਰ ਅਖੀਰ ਦੇ ਵਿੱਚ ਜਦੋਂ ਇਹ ਆਇਆ ਕਿ ਵੋਟਾਂ ਜਿਹੜੀਆਂ ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਪੈ ਗਈਆਂ, ਜਿਹੜੇ ਲੋਕ ਸਮਝ ਰਹੇ ਸੀ ਉਹਨਾਂ ਇਲੈਕਸ਼ਨਸ ਨੂੰ, ਉਹਨਾਂ ਨੂੰ ਲੱਗ ਵੀ ਰਿਹਾ ਸੀ ਇੱਕ ਵਾਰ ਕਿ ਸ਼ਾਇਦ ਜਿਹੜਾ ਨਤੀਜਾ ਹੈ ਇਹ ਕਿਸੇ ਹੱਦ ਤੱਕ ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਚਲਾ ਜਾਏਗਾ, ਪਰ ਉਦੋਂ ਵੀ ਇਲੈਕਟੋਰਲ ਵੋਟਸ ਦੇ ਕਰਕੇ ਮਿਸਟਰ ਡੋਨਲਡ ਟਰੰਪ ਜਿਹੜੇ ਨੇ ਉਹ ਪ੍ਰੈਜੀਡੈਂਟ ਬਣ ਗਏ ਸੀ। ਔਰ ਹੁਣ ਵੀ ਜਿਹੜੀਆਂ ਪ੍ਰੋਜੈਕਸ਼ਨਸ ਆ ਰਹੀਆਂ, ਹੁਣ ਜਿਹੜੀ ਲੇਟੈਸਟ ਪ੍ਰੋਜੈਕਸ਼ਨ ਆਈ ਹੈ ਉਹ 'ਚ ਕਿਹਾ ਗਿਆ ਕਿ ਮੇਨਸ ਦੀਆਂ ਜਿਹੜੀਆਂ 4 ਦੇ ਵਿੱਚੋਂ 3 ਇਲੈਕਟੋਰਲ ਵੋਟਸ ਨੇ ਉਹ ਜੋ ਬਾਈਡਨ ਦੇ ਹੱਕ ਦੇ ਵਿੱਚ ਜਾਂਦੀਆਂ ਦਿਸ ਰਹੀਆਂ ਨੇ। ਸੋ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜਾਰਜੀਆ ਦੇ ਵਿੱਚ ਕੀ ਹੋਏਗਾ, ਨਿਊ ਨੌਰਥ ਕੈਰੋਲਿਨਾ ਦੇ ਵਿੱਚ ਕੀ ਕੁਝ ਹੋਏਗਾ, ਕਿਸ ਤਰੀਕੇ ਦੇ ਨਾਲ ਇੱਥੇ ਪਾਸਾ ਜਿਹੜਾ ਉਹ ਬਦਲ ਸਕਦਾ, ਮਿਸ਼ੀਗਨ ਦੇ ਵਿੱਚ ਕੀ ਹੋਏਗਾ, ਐਰੀਜ਼ੋਨਾ ਦੇ ਵਿੱਚ ਕੀ ਹੋਏਗਾ, ਵਿਸਕੌਨਸਨ ਦੇ ਵਿੱਚ ਕੀ ਕੁਝ ਹੋਏਗਾ, ਇਹਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਚੱਲ ਕੇ ਜਿਹੜੀ ਗੱਲਬਾਤ ਉਹ ਕਰਾਂਗੇ। ਪਰ ਉਸ ਤੋਂ ਪਹਿਲਾਂ ਕਈ ਲੋਕਲ ਨਿਊਜ਼ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ। ਸਰੀ ਦੇ ਮੇਅਰ ਜਿਹੜੇ ਡਗ ਮਕੈਲਮ ਨੇ ਇੱਕ ਵਾਰ ਫਿਰ ਇੱਕ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਨੇ, ਔਰ ਇਹਨਾਂ 'ਤੇ ਜਿਹੜੇ ਕਥਿਤ ਵਿਵਾਦ ਦਾ ਇਹ ਦੋਸ਼ ਲੱਗ ਰਿਹਾ, ਇਹਦੇ ਉੱਤੇ ਹੁਣ ਉਂਗਲੀਆਂ ਹੀ ਉਠਾਈਆਂ ਜਾ ਰਹੀਆਂ ਕਿ ਜਿਹੜੇ ਸਰੀ ਦੇ ਮੇਅਰ ਨੇ ਡਗ ਮਕੈਲਮ, ਇਹਨਾਂ ਵੱਲੋਂ ਸਰੀ ਦੇ ਜਿਹੜੀ ਸਿਟੀ ਆਫ ਸਰੀ ਦੇ ਵੱਲੋਂ ਖਰੀਦੀ ਗਈ ਇੱਕ ਕਾਰ ਹੈ ਉਹ ਚਲਾਈ ਜਾ ਰਹੀ ਸੀ, ਪਰ ਉਹਦੇ ਬਾਵਜੂਦ ਇਹਨਾਂ ਵੱਲੋਂ ਸਾਲਾਨਾ ਜਿਹੜਾ ਕਾਰ ਭੱਤਾ ਸੀ, ਕਾਰ ਅਲਾਉਂਸ ਸੀ, ਉਹ ਵੀ ਹਾਸਲ ਕੀਤਾ ਗਿਆ। ਸੋ ਇਹ ਜਿਹੜਾ ਕਾਰ ਦਾ ਭੱਤਾ ਸੀ ਇਹ $14,580 ਦਾ ਸੀ ਜਿਹੜਾ ਇਹਨਾਂ ਵੱਲੋਂ ਹਾਸਲ ਕਰ ਲਿਆ ਗਿਆ। ਪਰ ਨਾਲ ਦੇ ਨਾਲ ਸਿਟੀ ਵੱਲੋਂ ਓਨਡ ਜਿਹੜੀ 2019 ਮਾਡਲ ਦੀ ਬੁਇਕ ਐਨਵਿਜ਼ਨ SUV ਸੀ ਉਹ ਵੀ ਚਲਾਈ ਜਾਂਦੀ ਸੀ, ਜਿਹਨੂੰ ਸਿਟੀ ਵੱਲੋਂ ਬਿਲਕੁਲ ਬ੍ਰੈਂਡ ਨਿਊ ਖਰੀਦਿਆ ਗਿਆ ਸੀ $46,521 ਦਾ। ਸੋ ਇਸ ਗੱਲ ਨੂੰ ਲੈ ਕੇ ਹੁਣ ਕਾਫੀ ਹੋ ਹੱਲਾ ਜਿਹੜਾ ਉਹ ਮੱਚ ਰਿਹਾ, ਔਰ ਕੱਲ੍ਹ ਅਸੀਂ ਮੇਅਰ ਦੇ ਆਫਿਸ ਦੇ ਵਿੱਚ ਇਸ ਜਾਣਕਾਰੀ ਨੂੰ ਲੈਣ ਵਾਸਤੇ ਕਿ ਮੇਅਰ ਦਾ ਇਹਦੇ ਬਾਰੇ ਕੀ ਪੱਖ ਹੈ, ਅਸੀਂ ਇੱਕ ਈਮੇਲ ਜਿਹੜੀ ਉਹ ਵੀ ਸੁੱਟੀ ਸੀ, ਜਿਹੜੇ ਸਾਡੇ ਰਿਪੋਰਟਰ ਨੇ ਸਰਮੀਤ ਸਿੰਘ ਉਹਨਾਂ ਵੱਲੋਂ ਈਮੇਲ ਵੀ ਸੁੱਟੀ ਗਈ ਸੀ, ਪਰ ਉਹਨਾਂ ਦਾ ਜਵਾਬ ਜਿਹੜਾ ਉਹ ਅਜੇ ਤੱਕ ਸਾਨੂੰ ਨਹੀਂ ਆਇਆ, ਔਰ ਜਿਸ ਤਰੀਕੇ ਨਾਲ ਕੋਈ ਜਵਾਬ ਆਏਗਾ ਅਸੀਂ ਡੈਫੀਨੇਟਲੀ ਜਾਣਕਾਰੀ ਦੇਵਾਂਗੇ। ਪਰ ਇਸ ਮੁੱਦੇ ਨੂੰ ਹੁਣ ਜਿਹੜੇ ਉਹਨਾਂ ਦੇ ਵਿਰੋਧੀ ਲੀਡਰ ਨੇ ਹਾਊਸ ਦੇ ਵਿੱਚ ਬੈਠੇ ਹੋਏ ਇੱਕ ਐਸੇ ਕੌਂਸਲਰ ਨੇ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਨੇ, ਜੈਕ ਹੁੰਡਲ, ਉਹਨਾਂ ਨੇ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਜਿਹੜਾ ਐਥਿਕਸ ਕਮਿਸ਼ਨਰ ਹੈ ਉਹਦੇ ਕੋਲ ਲੈ ਕੇ ਜਾਣਗੇ, ਔਰ ਉਹਨਾਂ ਦੇ ਕੋਲੋਂ ਪਹਿਲਾਂ ਜਾਣਕਾਰੀ ਹਾਸਲ ਕਰਨਗੇ ਕਿ ਆਖਿਰਕਾਰ ਇਹ 'ਚ ਕਾਰਵਾਈ ਕੀ ਬਣ ਸਕਦੀ ਹੈ, ਔਰ ਉਸ ਤੋਂ ਬਾਅਦ ਇਹਦੇ ਖਿਲਾਫ਼ ਜਿਹੜੀ ਸ਼ਿਕਾਇਤ ਹੈ ਉਹ ਕੀਤੀ ਜਾਏਗੀ ਕਿ ਕੀ ਵਾਕਈ ਇਹ ਦੋ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਲੈ ਸਕਦੇ ਨੇ, ਕਿ ਕਾਰ ਵੀ ਚਲਾਉਣ ਜਿਹੜੀ ਸਿਟੀ ਵੱਲੋਂ ਖਰੀਦੀ ਹੋਈ ਹੈ, ਔਰ ਨਾਲ ਦੇ ਨਾਲ ਭੱਤਾ ਜਿਹੜਾ ਕਾਰ ਦਾ ਉਹ ਵੀ ਹਾਸਲ ਕਰਨ। ਸੋ ਇਹਦੇ 'ਚ ਇਹਨਾਂ ਨੇ ਕਿਹਾ ਕਿ ਕਈ ਚੀਜ਼ਾਂ ਐਸੀਆਂ ਜਿਹੜੀਆਂ ਅਜੇ ਵੀ ਟਰਾਂਸਪੇਰੈਂਟ ਨਹੀਂ ਹੈ, ਬੜੀਆਂ ਓਪੇਕ ਨੇ, ਬੜੀਆਂ ਉਹਨਾਂ ਦੇ ਅੱਗੇ ਝਿੱਲੀਆਂ ਜਿਹੜੀਆਂ ਉਹ ਆਈਆਂ ਹੋਈਆਂ। ਸੋ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ, ਸਰੀ ਦੇ ਹੀ ਇੱਕ ਰੈਜੀਡੈਂਟ ਸੀ ਜਿਨ੍ਹਾਂ ਨੇ ਫਰੀਡਮ ਆਫ ਇਨਫੋਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ ਦੇ ਅਧੀਨ ਇਹ ਸਾਰੀ ਜਾਣਕਾਰੀ ਜਿਹੜੀ ਇਹ ਹਾਸਲ ਕੀਤੀ ਸੀ ਕਿ ਜਿਹੜੇ ਮਿਸਟਰ ਮਕੈਲਮ ਨੇ, ਮੇਅਰ ਨੇ, ਇਹਨਾਂ ਦਾ ਵਹੀਕਲ ਅਲਾਉਂਸ ਇਹਨਾਂ ਨੇ ਕਿੰਨਾ ਕੁ ਲਿਆ।
ਸੋ ਔਰ ਇਹਦੇ 'ਚ ਇਹਦੇ ਨਾਲ ਨਾਲ ਇਹਦੇ 'ਚ ਥਰਡ ਪਾਰਟੀ ਦੀ ਇੰਸ਼ੋਰੈਂਸ ਸੀ, ਰਿਪੇਅਰ ਕੋਸਟ ਸੀ, ਐਸ ਯੂ ਵੀ ਦੀ ਲਾਇਬਿਲਿਟੀ ਇੰਸ਼ੋਰੈਂਸ ਸੀ, ਥਰਡ ਪਾਰਟੀ ਦੀ ਫਿਊਲ ਦੇ ਖਰਚੇ ਸੀ, ਹੋਰ ਰਿਪੇਅਰ ਅਤੇ ਮੈਂਟੇਨੈਂਸ ਦੇ ਜਿਹੜੇ ਖਰਚੇ ਨੇ ਉਹ ਵੀ ਜਿਹੜੇ ਇਹਦੇ 'ਚ ਨਾਲ ਹਾਸਲ ਕੀਤੇ ਗਏ ਔਰ ਕਿਸ ਤਰੀਕੇ ਨਾਲ ਹਾਸਲ ਕੀਤੇ ਗਏ, ਇਹਨੂੰ ਲੈ ਕੇ ਹੁਣ ਜਿਹੜਾ ਵਿਵਾਦ ਹੈ ਉਹ ਚੱਲ ਰਿਹਾ। ਔਰ ਜੈਕ ਕੁੰਡਲ ਨੇ ਕਿਹਾ ਕਿ ਅਸੀਂ ਇਹਦੇ ਬਾਰੇ ਕੰਪਲੇਂਟ ਜਿਹੜੀ ਆ ਉਹ ਵੀ ਕਰਾਂਗੇ, ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ, ਕਿਉਂਕਿ ਅੱਜ ਕੱਲ੍ਹ ਖਬਰਾਂ ਜਿਹੜੀਆਂ ਉਹ ਜਾਂ ਕੋਵਿਡ-19 ਨਾਲ ਜ਼ਿਆਦਾ ਜੁੜੀਆਂ ਜਾਂ ਇਲੈਕਸ਼ਨ ਦਾ, ਪਹਿਲਾਂ BC ਇਲੈਕਸ਼ਨ ਹੋ ਕੇ ਹਟੇ ਨੇ, ਹੁਣ ਇਹ ਵਾਲੇ ਇਲੈਕਸ਼ਨ ਚੱਲ ਰਹੇ ਨੇ ਜਿਹੜੇ US ਦੇ ਇਲੈਕਸ਼ਨ ਨੇ, ਔਰ ਇਹਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਨੇ ਉਹ ਦੱਬੀਆਂ ਰਹਿ ਜਾਂਦੀਆਂ। ਪਰ ਗੱਲ ਕਰ ਰਹੇ ਸੀ ਅਸੀਂ ਕੋਵਿਡ-19 ਦੀ, ਸੋ ਕੋਵਿਡ-19 ਦੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਵੀ ਤੇਜ਼ੀ ਆ ਰਹੀ, ਕੱਲ੍ਹ ਵੀ ਕੇਸਿਸ ਬਹੁਤ ਜ਼ਿਆਦਾ ਆਏ ਨੇ ਔਰ ਚਿਲਵੈਕ ਦੇ ਇੱਕ ਡਾਂਸ ਸਕੂਲ ਦੇ ਵਿੱਚ ਵੀ ਆਏ ਨੇ। ਉਸ ਡਾਂਸ ਸਕੂਲ ਦੇ ਜਿਹੜਾ ਡਾਂਸ ਅਕੈਡਮੀ ਹੈ ਉਹਦੇ ਜਿਹੜੇ ਔਰਗਨਾਈਜ਼ਰਸ ਨੇ ਉਹਨਾਂ ਦਾ ਕੀ ਕਹਿਣਾ ਇਸ ਕੰਟੈਕਟ ਟਰੇਸਿੰਗ ਨੂੰ ਲੈ ਕੇ, ਉਹਨਾਂ ਨੇ ਕਈ ਦੋਸ਼ ਲਗਾਏ ਨੇ ਔਰ ਕਿਸ ਤਰ੍ਹਾਂ ਦੇ ਦੋਸ਼ ਨੇ, ਇਹਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਏਗੀ। ਪਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਲੈਕਸ਼ਨ ਜਿਹੜੇ US ਇਲੈਕਸ਼ਨਸ ਦੇ ਨਤੀਜੇ ਨੇ ਉਹਨਾਂ ਨੂੰ ਲੈ ਕੇ ਅੱਜ ਕਾਫੀ ਜਿਹੜੀਆਂ ਇਨਫੋਰਮੇਸ਼ਨਸ ਨੇ ਉਹ ਸਾਡੇ ਡਿਫਰੈਂਟ ਪ੍ਰੋਗਰਾਮਸ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਔਰ ਦੂਜੇ ਪਾਸੇ ਵੈਨਕੂਵਰ ਸਿਟੀ ਕਾਊਂਸਲ ਜਿਹੜੀ ਹੈ ਉਹ ਅੱਜ ਪੋਸੀਬਲੀ ਇਹ ਕੰਸਿਡਰ ਕਰ ਸਕਦੀ ਹੈ ਕਿ ਕੀ ਉਹ 2030 ਦੇ ਜਿਹੜੇ ਵਿੰਟਰ ਓਲੰਪਿਕਸ ਹੋਣੇ ਨੇ ਉਹਦੇ ਵਿੱਚ ਆਪਣੀ ਬਿੱਡ ਦੇਵੇਗੀ, ਉਹਨੂੰ ਲੈਣ ਵਾਸਤੇ ਦੁਬਾਰਾ ਤਿਆਰ ਹੈ। 2030 ਦੇ ਵਿੱਚ, ਅੱਜ ਤੋਂ 10 ਸਾਲ ਬਾਅਦ ਜਿਹੜੇ ਵਿੰਟਰ ਇਲੈਕਸ਼ਨ ਹੋਣੇ ਆ ਉਹਦੀਆਂ ਤਿਆਰੀਆਂ ਦੇ ਵਾਸਤੇ ਕੀ ਕਮਰ ਜਿਹੜੀ ਆ ਉਹ ਕੱਸੀ ਜਾਏਗੀ, ਇਹਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲ ਕਰਾਂਗੇ। ਔਰ ਮੋਡਰ ਹੋਰਨੈਟ ਜਿਹੜਾ ਇੱਕ ਹੋਰਨੈਟ ਹੈ, ਇੱਕ ਕਿਸਮ ਹੈ ਜਿਸ ਤਰ੍ਹਾਂ ਬੀਜ਼ ਹੁੰਦੀਆਂ ਇਸ ਤਰ੍ਹਾਂ ਦੀ, ਮੋਡਰ ਹੋਰਨੈਟ ਹੈ, ਸਾਈਜ਼ ਦੇ ਵਿੱਚ ਬਹੁਤ ਵੱਡਾ ਹੈ, ਭੂੰਡ ਜਿਹਾ ਇੱਕ ਹੁੰਦਾ, ਭਰਿੰਡ ਜਿਹਾ ਜਿਹਨੂੰ ਕਹਿ ਦਿੰਦੇ ਕਈ, ਇਹ ਐਬਟਸਵਰਡ ਦੇ ਵਿੱਚ ਦੇਖਿਆ ਗਿਆ। ਔਰ ਇਹਦੇ ਨੁਕਸਾਨ ਕੀ ਹੋ ਸਕਦੇ ਨੇ ਸਾਡੀ ਖੇਤੀ ਨੂੰ, ਸਾਡੇ ਹੋਰ ਪਰਿਆਵਰਨ ਨੂੰ, ਔਰ ਪਹਿਲਾਂ ਇਹ ਅਮੈਰੀਕਾ ਦੇ ਵਿੱਚ ਕਈ ਜਗ੍ਹਾ 'ਤੇ ਦੇਖਿਆ ਗਿਆ ਸੀ, ਬੀ ਕੀਪਰਸ ਜਿਹੜੇ ਨੇ, ਜਿਹੜੇ ਮੱਖੀਆਂ ਮਧੂਮੱਖੀਆਂ ਪਾਲਣ ਵਾਲੇ ਲੋਕ ਨੇ, ਉਹ ਇਹਦੇ ਤੋਂ ਕਿਉਂ ਚਿੰਤਿਤ ਨੇ ਔਰ ਇਹ ਕਿੱਥੇ ਦੇਖਿਆ ਗਿਆ, ਕਿਵੇਂ ਇਹਨੂੰ ਫੜਿਆ ਗਿਆ, ਇਹਦੇ ਬਾਰੇ ਸਾਰੀ ਜਾਣਕਾਰੀ ਉਹ ਵੀ ਤੁਹਾਨੂੰ ਦਿਆਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਔਰ ਨਾਲ ਦੇ ਨਾਲ ਹੋਰ ਵੀ ਕਈ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਣੇ ਰਹੋ CKSP 600 AM ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਦ ਹਰਜੀਤ ਗਿੱਲ ਸ਼ੋਅ, CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ, ਔਰ ਗੱਲਬਾਤ ਕਰ ਰਹੇ ਹਾਂ ਦ ਹਰਜੀਤ ਗਿੱਲ ਸ਼ੋਅ ਦੇ ਵਿੱਚ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਤਰ੍ਹਾਂ US ਇਲੈਕਸ਼ਨ ਦੀ ਵੀ ਗੱਲ ਛੇੜੀ ਹੈ ਔਰ ਕਾਫੀ ਲੋਕਲ ਇਨਫੋਰਮੇਸ਼ਨ ਵੀ ਤੁਹਾਨੂੰ ਦੇ ਰਹੇ ਹਾਂ। ਜਿਹੜੀ ਹੁਣੇ ਹੁਣੇ ਇੱਕ ਤਾਜ਼ਾ ਇਨਫੋਰਮੇਸ਼ਨ ਆ ਰਹੀ ਹੈ ਕਿ ਜਿਹੜੇ ਜੋ ਬਾਈਡਨ ਨੇ ਉਹਨਾਂ ਨੂੰ ਮਿਸ਼ੀਗਨ, ਨਵੈਡਾ ਅਤੇ ਵਿਸਕੌਨਸਨ ਤੋਂ ਜਿਹੜੀ ਟਰੰਪ ਦੇ ਨਾਲੋਂ ਜ਼ਿਆਦਾ ਜਿਹੜੀ ਹੈ ਬੜਤ ਉਹ ਮਿਲਦੀ ਦਿਖ ਰਹੀ ਹੈ, ਔਰ ਕੀ ਇੱਥੋਂ ਜੇਤੂ ਹੋ ਜਾਣਗੇ ਇਹਦੇ ਬਾਰੇ ਛੇਤੀ ਹੀ ਜਿਹੜੀਆਂ ਇਨਫੋਰਮੇਸ਼ਨਸ ਨੇ ਉਹ ਪਤਾ ਲੱਗ ਜਾਣਗੀਆਂ। ਇਹ ਜਿਹੜੇ ਇਲੈਕਟੋਰਲ ਵੋਟਸ ਦੇ ਨਤੀਜੇ ਨੇ ਉਹ ਇਸ ਵੇਲੇ ਕਾਊਂਟ ਹੋ ਰਹੇ ਨੇ, ਆ ਰਹੇ ਨੇ, ਸਾਹਮਣੇ ਆ ਜਾਣਗੇ, ਛੇਤੀ ਹੀ ਪਤਾ ਲੱਗ ਜਾਏਗਾ। ਪਰ ਕੀ ਇਹ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਨੇ ਇਹ ਇਸੇ ਤਰੀਕੇ ਨਾਲ ਡੋਨਲਡ ਟਰੰਪ ਮੰਨ ਲੈਣਗੇ, ਜਾਂ ਕਿ ਇਹ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਹੈ ਇਹ ਕੋਰਟ ਦੇ ਵਿੱਚ ਜਾਏਗਾ, ਇਹਦੇ ਬਾਰੇ ਵੀ ਚਰਚਾ ਚੱਲੇਗੀ। ਇੱਕ ਇਨਫੋਰਮੇਸ਼ਨ ਦੇ ਦਈਏ ਕਿ ਅੱਜ ਸਵੇਰੇ BC ਹਾਈਡਰੋ ਦੇ ਹਜ਼ਾਰਾਂ ਹੀ ਜਿਹੜੇ ਕਸਟਮਰਸ ਨੇ ਉਹਨਾਂ ਦੀ ਘਰ ਦੀ ਬੱਤੀ ਅੱਜ ਸਵੇਰੇ ਗੁੱਲ ਹੋ ਗਈ ਸੀ। 50,000 ਤੋਂ ਜ਼ਿਆਦਾ ਜਿਹੜੇ BC ਹਾਈਡਰੋ ਦੇ ਕਸਟਮਰਸ ਨੇ ਉਹਨਾਂ ਦੀ ਅੱਜ ਬਿਜਲੀ ਜਿਹੜੀ ਆ ਉਹ ਚਲੀ ਗਈ, ਇੱਕ ਜਾਣਕਾਰੀ ਜਿਹੜੀ BC ਹਾਈਡਰੋ ਵੱਲੋਂ ਆਪਣੀ ਵੈਬਸਾਈਟ ਤੋਂ ਪਾਈ ਗਈ ਹੈ। ਉਹਨਾਂ ਨੇ ਕਿਹਾ ਕਿ ਟਰਾਂਸਮਿਸ਼ਨ ਸਰਕਟ ਫੇਲੀਅਰ ਜਿਹੜਾ ਉਹ ਹੋਇਆ ਸੀ, ਜਿਹਦੇ ਕਰਕੇ ਕਿਟਸਲੈਨੋ ਅਤੇ ਕੈਰੀਡੇਲ ਦੇ ਦਰਮਿਆਨ ਜਿਹੜੇ ਇੱਕ ਬਹੁਤ ਵੱਡਾ ਪੋਰਸ਼ਨ ਹੈ
ਜਿਹਦੇ ਵਿੱਚ ਇਹ ਲਾਈਟ ਗਈ ਹੋਈ ਹੈ ਔਰ ਇਹਦੇ 'ਚ ਜਿਹੜੇ ਹੋਰ ਇੰਪੈਕਟਡ ਏਰੀਆਜ਼ ਨੇ ਈਸਟ ਤੋਂ ਵੈਸਟ ਦੀ ਜੇ ਗੱਲ ਕਰੀਏ ਤਾਂ ਮੇਨ ਅਤੇ ਡਨਬਰ ਸਟਰੀਟਸ ਜਿਹੜੀਆਂ ਇਹਨਾਂ ਦੇ ਏਰੀਆਜ਼ ਵੀ ਇਹਦੇ 'ਚ ਬੜੀ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਏ ਨੇ ਔਰ ਬੀ ਸੀ ਹਾਈਡਰੋ ਨੇ ਹਾਲਾਂਕਿ ਗੱਲ ਕਹੀ ਹੈ ਕਿ ਜਿਹੜੇ ਕਰੂਜ਼ ਨੇ ਮੌਕੇ 'ਤੇ ਪਹੁੰਚੇ ਹੋਏ ਨੇ ਇਨਵੈਸਟੀਗੇਸ਼ਨ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਇਹ ਹੈ ਕਿ ਅਜੇ ਵੀ ਕਈ ਥਾਵਾਂ 'ਤੇ ਜਿਹੜੀ ਬਿਜਲੀ ਹੈ ਬਹਾਲ ਕੀਤੀ ਜਾ ਰਹੀ ਹੈ ਔਰ ਕਈ ਥਾਵਾਂ 'ਤੇ ਅਜੇ ਸਮਾਂ ਜਿਹੜਾ ਉਹ ਲੱਗ ਸਕਦਾ ਪਰ 50,000 ਦੇ ਕਰੀਬ ਜਿਹੜੇ ਬੀ ਸੀ ਹਾਈਡਰੋ ਦੇ ਕਸਟਮਰ ਨੇ ਉਹਨਾਂ ਦੀ ਘਰ ਦੀ ਜਿਹੜੀ ਬਿਜਲੀ ਹੈ ਉਹ ਇਸ ਵੇਲੇ ਗੁੱਲ ਹੋਈ ਹੈ ਸੋ ਆਪਣਾ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਕਿਰਪਾ ਕਰਕੇ ਇਕੱਠਾ ਕਰ ਲਓ ਅਜੇ ਕਿੰਨਾ ਕੁ ਸਮਾਂ ਲੱਗੇਗਾ ਬਿਜਲੀ ਆਉਣ ਦੇ ਵਿੱਚ ਕਈ ਥਾਵਾਂ ਦੇ ਵਿੱਚ ਇਹਦੇ ਬਾਰੇ ਸਿੱਧੀ ਜਾਣਕਾਰੀ ਜਿਹੜੀ ਨਹੀਂ ਪਰ ਇਹ ਜ਼ਰੂਰ ਹੈ ਕਿ ਹਾਂ ਕਈ ਜਗ੍ਹਾ ਦੇ ਉੱਤੇ ਜਿਹੜੀ ਬਿਜਲੀ ਦੀ ਸਪਲਾਈ ਹੈ ਉਹਨੂੰ ਬਹਾਲ ਕੀਤਾ ਜਾ ਰਿਹਾ ਔਰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਅੱਜ COVID-19 ਦੇ ਕੇਸਿਸ ਦੇ ਬਾਰੇ ਗੱਲਬਾਤ ਕਰਾਂਗੇ ਔਰ ਸੂਬਾ ਸਰਕਾਰ ਜਿਹੜੀ ਹੈ ਇਹਨਾਂ ਵੱਲੋਂ ਵੀ ਬਹੁਤ ਧਿਆਨ ਜਿਹੜਾ ਖਾਸ ਤੌਰ 'ਤੇ ਕੇਂਦਰਿਤ ਕੀਤਾ ਜਾ ਰਿਹਾ COVID-19 ਦੇ ਕੇਸਿਸ ਵਧਣ ਤੋਂ ਬਾਅਦ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਲੈ ਕੇ ਆਉਂਦੀ ਜਾਏ ਕਿ ਕਿਸ ਕਿਸਮ ਦੇ ਨਾਲ ਇਹ ਜਿਹੜੇ COVID-19 ਦੇ ਕੇਸ ਨੇ ਇਹਨਾਂ ਦੀ ਰੋਕਥਾਮ ਜਿਹੜੀ ਆ ਹੋ ਸਕੇ ਇਹ ਜਿਹੜਾ ਫੈਲਾਅ ਦਾ ਹੋ ਰਿਹਾ ਇਹਦੀ ਰੋਕਥਾਮ ਜਿਹੜੀ ਹੋ ਸਕੇ ਔਰ ਇਹਦੇ ਵਿੱਚ ਉਪਰਾਲਾ ਜਿਹੜਾ ਸ਼ੇਰੇ ਪੰਜਾਬ ਰੇਡੀਓ ਵੱਲੋਂ ਵੀ ਕੀਤਾ ਜਾ ਰਿਹਾ ਅੱਗੇ ਚੱਲ ਕੇ ਦੱਸਾਂਗੇ ਕਿ ਅਸੀਂ BC ਸਰਕਾਰ ਦੇ ਨਾਲ ਰਲ ਕੇ ਕਿਵੇਂ ਇਹਦੇ ਬਾਰੇ ਅਵੇਅਰਨੈਸ ਜਿਹੜੀ ਉਹ ਦੇ ਰਹੇ ਹਾਂ ਆਪਣੇ ਡਿਫਰੈਂਟ ਪ੍ਰੋਗਰਾਮਸ ਦੇ ਵਿੱਚ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਜਿਹੜੇ ਨੇ ਇਹ ਜਿਹੜਾ ਇੱਕ ਕੈਂਪੇਨ ਸ਼ੇਰੇ ਪੰਜਾਬ AM 600 ਵੱਲੋਂ ਸ਼ੁਰੂ ਕੀਤੀ ਗਈ ਹੈ ਕਿ ਅਸੀਂ ਇਹਨੂੰ ਫੈਲਣ ਤੋਂ ਰੋਕਾਂਗੇ ਜੋ ਕੁਛ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਸੀਂ ਉਹ ਕਰਾਂਗੇ ਔਰ ਅਸੀਂ ਸਾਰੇ ਸਹਿਯੋਗ ਦੇਵਾਂਗੇ ਖਾਸ ਤੌਰ 'ਤੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਾਲ ਜੁੜੇ ਲੋਕ ਨੇ ਜਿਹੜੇ ਅਸੀਂ ਇਹ ਪ੍ਰੋਮਿਸ ਕਰਦੇ ਹਾਂ ਕਿ ਅਸੀਂ COVID-19 ਦੀ ਰੋਕਥਾਮ ਦੇ ਵਾਸਤੇ ਜਿਹੜੇ ਸਰਕਾਰੀ ਆਦੇਸ਼ ਨੇ ਉਹਨਾਂ ਨੂੰ ਅਸੀਂ ਇੰਨ ਬਿੰਨ ਮੰਨਾਂਗੇ ਇਹ ਜਿਹੜਾ ਇੱਕ ਉਪਰਾਲਾ ਸ਼ੇਰੇ ਪੰਜਾਬ AM 600 ਵੱਲੋਂ ਕੀਤਾ ਜਾ ਰਿਹਾ ਇਹਦੇ ਵਿੱਚ ਅਸੀਂ ਤੁਹਾਨੂੰ ਵੀ ਦਰਖਾਸਤ ਕਰਦੇ ਹਾਂ ਕਿ ਤੁਸੀਂ ਵੀ ਇਹਦੇ ਵਿੱਚ ਸ਼ਾਮਿਲ ਹੋ ਰਾਜ ਸਰਕਾਰ ਦੇ ਮੰਚ ਤੋਂ ਵੀ ਕੁਝ ਜਿਹੜੇ ਲੀਡਰਸ ਨੇ ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ ਔਰ ਆ ਕੇ ਆਪਣੀ ਜਿਹੜੀ ਗੱਲਬਾਤ ਹੈ ਉਹ ਰੱਖਣਗੇ ਔਰ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਗਿਆ ਜੀ ਖਬਰਾਂ ਦਾ ਲਾਈਵ ਖਬਰਾਂ ਜਿਹੜੀਆਂ ਪ੍ਰਸਾਰਿਤ ਕੀਤੀਆਂ ਜਾਣਗੀਆਂ ਸਰਮੀਤ ਸਿੰਘ ਜਿਹੜੇ ਸਾਡੇ ਨਿਊਜ਼ ਰਿਪੋਰਟਰ ਨੇ ਉਹ ਇਹਨਾਂ ਲਾਈਵ ਖਬਰਾਂ ਨੂੰ ਤੁਹਾਡੇ ਤੱਕ ਲੈ ਕੇ ਆਉਣਗੇ ਤਾਜ਼ਾ ਤਰੀਨ ਖਬਰਾਂ ਔਰ ਉਸ ਤੋਂ ਬਾਅਦ ਗੱਲਬਾਤ ਦਾ ਦੌਰ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਬਣੇ ਰਹੋ CKSP 600 AM ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਦੇ ਵਿੱਚ CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ ਔਰ ਹੁਣ ਗੱਲ ਕਰਾਂਗੇ US ਦੇ ਇਲੈਕਸ਼ਨਸ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਬਾਰੇ ਹਾਲਾਂਕਿ ਕੁਝ ਵੀ ਕਲੀਅਰ ਨਹੀਂ ਹੋ ਰਿਹਾ ਪਰ ਫਿਰ ਵੀ ਜੋ ਜਾਣਕਾਰੀਆਂ ਆ ਰਹੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ US ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਜਿਹੜੇ 4 ਭਾਰਤੀ ਮੂਲ ਦੇ ਜਿਹੜੇ ਲੋਕ ਨੇ ਉਹ ਸੈੱਟ ਹੋਏ ਨੇ ਇੰਡੀਅਨ ਅਮੈਰੀਕਨ ਜਿਹੜੇ ਲਾਅ ਮੇਕਰਸ ਨੇ ਉਹ ਇਲੈਕਟ ਹੋਏ ਨੇ ਰੀਇਲੈਕਟ ਹੋਏ ਨੇ ਆਈ ਸ਼ੁੱਡ ਸੇ ਔਰ 4 ਡੈਮੋਕ੍ਰੈਟਿਕ ਇੰਡੀਅਨ ਅਮੈਰੀਕਨ ਲਾਅ ਮੇਕਰਸ ਨੇ ਜਿਹੜੇ ਰੀਇਲੈਕਟ ਹੋਏ ਨੇ ਔਰ ਇਹਦੇ 'ਚ ਡਾਕਟਰ ਅਮੀ ਬੇਰਾ ਪ੍ਰਮੀਲਾ ਜੈਪਾਲ ਰੋ ਖੰਨਾ ਅਤੇ ਰਾਜਾ ਕ੍ਰਿਸ਼ਨ ਮੂਰਤੀ ਜਿਹੜੇ ਨੇ ਇਹ ਰੀਇਲੈਕਟ ਹੋਏ ਨੇ US ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਇੰਡੀਅਨ ਅਮੈਰੀਕਨ ਕਮਿਊਨਿਟੀ ਜਿਹੜੀ ਹੈ ਇਹ ਕਾਫੀ ਸਟਰੋਂਗ ਰਹੀ ਹੈ ਇਸ ਗੱਲ ਨੂੰ ਲੈ ਕੇ ਜਿਹੜੀ US ਦੇ ਇਲੈਕਸ਼ਨਸ ਨੇ ਉਹਨਾਂ ਵਿੱਚ ਆਪਣੀ ਜਿਹੜੀ ਛਾਪ ਹੈ ਉਹਨੂੰ ਛੱਡੇ ਔਰ ਐਤਕੀ ਹੁਣ ਜਿਹੜੀਆਂ ਇਹ ਇਲੈਕਸ਼ਨਸ ਹੋ ਰਹੇ ਨੇ ਇਹਨਾਂ ਵਿੱਚ 5 ਜਿਹੜੇ ਨੇ ਇੰਡੀਅਨ ਅਮੈਰੀਕਨ ਜਿਹੜੇ ਨੇ ਉਹ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਆਉਣੇ ਸੀ ਇਹਨਾਂ 'ਚੋਂ 4 ਜਿਹੜੇ ਨੇ ਹੁਣ ਉਹ ਰੀਇਲੈਕਟ ਹੋ ਗਏ ਨੇ ਇਹਨਾਂ ਦੇ ਵਿੱਚ ਡਾਕਟਰ ਐਮੀ ਬੇਰਾ ਪ੍ਰਮੀਲਾ ਜੈਪਾਲ ਰੋ ਖੰਨਾ ਅਤੇ ਰਾਜਾ ਕ੍ਰਿਸ਼ਨ ਮੂਰਤੀ ਜਿਹੜੇ ਨੇ ਉਹ
ਹੋਏ ਨੇ, ਇਸ ਵੇਲੇ ਰੀਇਲੈਕਟ ਹੋਏ ਨੇ। ਔਰ ਗੱਲਬਾਤ ਕਰੀਏ ਜੇ ਯੂ ਐਸ ਇਲੈਕਸ਼ਨ ਦੀ, ਇਲੈਕਸ਼ਨ ਦੀ ਗੱਲਬਾਤ ਦੇ ਨਾਲ ਨਾਲ ਸਾਡੇ ਨਾਲ ਕੁਝ ਕਾਲਰ ਜਿਹੜੇ ਨੇ ਉਹ ਵੀ ਲਾਈਨ 'ਤੇ ਜੁੜੇ ਨੇ, ਉਹਨਾਂ ਦੀ ਗੱਲ ਸੁਣਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਜੀ ਔਨ ਏਅਰ ਹੋ ਤੁਸੀਂ। ਹੈਲੋ ਮਿਸਟਰ ਕੌਸ਼ਲ। ਹਾਏ ਮਿਸਟਰ ਕੌਸ਼ਲ, ਰਵੀ ਕਾਲੋਂ ਜੀ ਬੋਲ ਰਹੇ? ਹਾਂਜੀ ਰਵੀ ਕਾਲੋਂ ਜੀ ਬੋਲ ਰਹੇ। ਰਵੀ ਕਾਲੋਂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਵਾਸਤੇ। ਅਸੀਂ ਦੱਸ ਦਈਏ ਆਪਣੇ ਸਾਰੇ ਲਿਸਨਰਸ ਨੂੰ, ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅੱਜ ਸਾਡੇ ਨਾਲ ਬੀ ਸੀ ਦੀ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਜੁੜਨਗੇ, ਖਾਸ ਤੌਰ 'ਤੇ ਜਿਹੜੇ ਕੋਵਿਡ 19 ਦੇ ਕੇਸ ਵੱਧ ਰਹੇ ਨੇ ਫਰੇਜ਼ਰ ਹੈਲਥ ਦੇ ਇਲਾਕੇ ਦੇ ਵਿੱਚ, ਉਹਨੂੰ ਲੈ ਕੇ। ਔਰ ਕਿਉਂਕਿ ਫਰੇਜ਼ਰ ਹੈਲਥ ਦੇ ਇਲਾਕਾ ਜਿਹੜਾ ਇਹਦੇ 'ਚ ਜਿਹੜੀ ਮੈਜੋਰਟੀ ਹੈ ਸਾਊਥ ਏਸ਼ੀਅਨ ਕਮਿਊਨਿਟੀ ਦੀ ਹੈ, ਲੈਂਗਲੀ ਸਰੀ ਔਰ ਡੈਲਟਾ ਦੇ ਏਰੀਆਜ਼ ਜਿਹੜੇ ਨੇ ਇਹਨਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਹੋਣ ਦੇ ਕਰਕੇ ਜ਼ਿਆਦਾ ਜਿਹੜਾ ਚੰਕ ਹੈ ਉਹ ਨੰਬਰ ਆਫ ਜਿਹੜੇ ਕੋਵਿਡ ਕਸਟਮਰ ਜਿਹੜੇ ਪੇਸ਼ੈਂਟਸ ਆ ਰਹੇ ਨੇ ਉਹ ਇਹਨਾਂ ਏਰੀਆਜ਼ ਦੇ ਵਿੱਚੋਂ ਆ ਰਹੇ ਨੇ, ਹਾਲਾਂਕਿ ਬਾਕੀ ਏਰੀਆਜ਼ ਦੇ ਵਿੱਚੋਂ ਵੀ ਆ ਰਹੇ ਨੇ, ਪਰ ਫਰੇਜ਼ਰ ਹੈਲਥ ਦੇ ਵਿੱਚ ਕੇਸਿਸ ਸਭ ਤੋਂ ਜ਼ਿਆਦਾ। ਔਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ੇਰੇ ਪੰਜਾਬ AM 600 ਜਿਹੜਾ ਅਸੀਂ ਵੀ ਆਪਣੇ ਵੱਲੋਂ ਇਹ ਜਿਹੜਾ ਸਰਕਾਰ ਦੇ ਨਾਲ BC ਦੀ ਗਵਰਨਮੈਂਟ ਦੇ ਨਾਲ ਇਸ ਪਾਰਟਨਰਸ਼ਿਪ ਦੇ ਵਿੱਚ ਆ ਕਿ ਕਿਸ ਤਰੀਕੇ ਨਾਲ ਅਵੇਅਰਨੈਸ ਜਿਹੜੀ ਹੈ ਉਹ ਫੈਲਾਈ ਜਾਏ, ਕਿਉਂਕਿ ਸਾਡੇ ਜਿਹੜੇ ਤਿਉਹਾਰ ਨੇ, ਸਾਡੀਆਂ ਜਿਹੜੀਆਂ ਗੈਦਰਿੰਗਸ ਨੇ ਉਹ ਮੇਨ ਸਟ੍ਰੀਮ ਨਾਲੋਂ ਕਿਤੇ ਨਾ ਕਿਤੇ ਵੱਖਰੀਆਂ ਹੁੰਦੀਆਂ। ਸਾਡੇ 'ਚ ਜ਼ਿਆਦਾ ਜਿਹੜਾ ਇਹ ਸੋਚ ਹੁੰਦੀ ਹੈ ਕਿ ਤਿਉਹਾਰ ਉਦੋਂ ਤੱਕ ਨਹੀਂ ਮਨਾਇਆ ਜਾਂਦਾ ਜਦ ਤੱਕ ਗੈਦਰਿੰਗ ਨਾ ਹੋਵੇ, ਚਾਹੇ ਖੁਸ਼ੀ ਦਾ ਮਾਹੌਲ ਹੋਏ ਚਾਹੇ ਗਮੀ ਦਾ ਮਾਹੌਲ ਹੋਏ, ਅਸੀਂ ਇੱਕ ਦੂਜੇ ਨਾਲ ਇਕੱਠੇ ਰਹਿਣਾ ਜਿਹੜਾ ਉਹ ਪਸੰਦ ਕਰਦੇ ਹਾਂ। ਪਰ ਇਹਦੇ ਵਿੱਚ ਹੁਣ ਹਾਲਾਤ ਅੱਜ ਕੱਲ੍ਹ ਐਸੇ ਬਣੇ ਹੋਏ ਨੇ ਕਿ ਫਿਜ਼ੀਕਲ ਡਿਸਟੈਂਸਿੰਗ ਦੀ ਗੱਲ ਬਾਰ ਬਾਰ ਕਹੀ ਜਾਂਦੀ ਹੈ। ਜਿਹੜੇ ਸਾਡੇ ਸੂਬੇ ਦੇ ਪ੍ਰੋਵਿੰਸ਼ੀਅਲ ਹੈਲਥ ਅਫਸਰ ਨੇ ਡਾਕਟਰ ਬੋਨੀ ਹੈਨਰੀ, ਉਹਨਾਂ ਵੱਲੋਂ ਸਰਕਾਰੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ, ਆਰਡਰਸ ਜਾਰੀ ਕੀਤੇ ਜਾ ਚੁੱਕੇ ਨੇ ਕਿ ਭੀੜ ਜਿਹੜੀ ਆ ਉਹ ਨਾ ਇਕੱਠੀ ਕੀਤੀ ਜਾਏ। ਔਰ ਸਰਕਾਰ ਜਿਹੜੀ ਹੈ ਇਸ ਗੱਲ ਨੂੰ ਲੈ ਕੇ ਬਹੁਤ ਸੀਰੀਅਸ ਹੈ, ਬਹੁਤ ਗੰਭੀਰ ਹੈ। ਜਿਹੜੇ ਪ੍ਰੀਮੀਅਰ ਨੇ ਜੌਨ ਹੌਰਗਨ, ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਐਡਰੀਅਨ ਡਿਕਸ, ਔਰ ਨਾਲ ਦੇ ਨਾਲ ਸਾਡੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੀਡਰਸ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਨੇ, ਔਰ ਖਾਸ ਕਰ ਸਰਕਾਰ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਅੱਗੇ ਹੁਣ ਆ ਰਹੇ ਨੇ। ਔਰ ਸ਼ੇਰੇ ਪੰਜਾਬ ਦੇ ਨਾਲ ਰੇਡੀਓ ਸਟੇਸ਼ਨ ਦੇ ਨਾਲ ਅਸੀਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ, ਔਰ ਅਸੀਂ ਵੀ ਆਪਣੇ ਵੱਲੋਂ ਇਹ ਗੱਲ ਕਹਿੰਦੇ ਹਾਂ ਕਿ ਬਤੌਰ ਸਾਊਥ ਏਸ਼ੀਅਨ ਕਮਿਊਨਿਟੀ ਰੇਡੀਓ ਅਸੀਂ ਚਾਹੁੰਦੇ ਹਾਂ ਕਿ ਸਾਡੇ ਰੇਡੀਓ ਤੋਂ ਵੀ ਇਹ ਗੱਲ ਜਿਹੜੀ ਬਾਰ ਬਾਰ ਪ੍ਰਸਾਰਿਤ ਹੋਵੇ, ਤਾਂ ਕਿ ਤੁਸੀਂ ਸਾਰੇ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੋਵੋ ਕਿ ਅਸੀਂ ਜਿਹੜੇ ਡਾਕਟਰ ਬੋਨੀ ਹੈਨਰੀ ਦੇ ਆਦੇਸ਼ ਨੇ ਉਹਨਾਂ ਦੀ ਇਨ ਬਿਨ ਐਜ਼ ਇਟ ਇਜ਼ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ, ਅਸੀਂ ਉਹਨਾਂ ਨੂੰ ਫੋਲੋ ਕਰਾਂਗੇ, ਔਰ ਅਸੀਂ ਭੀੜ ਭੜੱਕਾ ਜਿਹੜਾ ਉਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਆਪਣੇ ਘਰਾਂ ਦੇ ਵਿੱਚ ਵੀ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਸਿਰਫ ਆਪਣੇ ਫੈਮਿਲੀ ਮੈਂਬਰਸ ਤੱਕ ਹੀ ਸੀਮਿਤ ਰੱਖਾਂਗੇ। ਇਸ ਤਰ੍ਹਾਂ ਦਾ ਜਿਹੜਾ ਇੱਕ ਪਲੈਜ ਹੈ ਉਹ ਸਾਨੂੰ ਸਾਰਿਆਂ ਨੂੰ ਕਰਨ ਦੀ ਲੋੜ ਹੈ। ਔਰ ਅੱਜ ਸਾਡੇ ਨਾਲ ਸਰਕਾਰੀ ਦਰਬਾਰੇ ਜਿਹੜੀ ਗੱਲਬਾਤ ਸ਼ਾਮਿਲ ਹੋਣ ਵਾਸਤੇ ਰਵੀ ਕਾਲੋਂ, ਜਿਹੜੇ ਡੈਲਟਾ ਨੌਰਥ ਦੇ ਜਿੱਤੇ ਹੋਏ MLA ਨੇ, ਉਹ ਸਾਡੇ ਨਾਲ ਸ਼ਾਮਿਲ ਹੋਏ ਨੇ। ਰਵੀ ਕਾਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਸਾਨੂੰ ਇਹ ਦੱਸੋ ਕਿ ਕਿੰਨੀ ਕੁ ਇਹ ਹੁਣ ਜਿਹੜੀ ਸਥਿਤੀ ਹੈ, ਇਹ ਸਿਚੁਏਸ਼ਨ ਹੈ, ਇਹ ਸੀਰੀਅਸ ਹੋ ਚੁੱਕੀ ਹੈ ਖਾਸ ਤੌਰ 'ਤੇ ਫਰੇਜ਼ਰ ਹੈਲਥ ਦੇ ਵਿੱਚ, ਔਰ ਕਿਉਂ ਇੱਥੇ ਕੇਸ ਜਿਹੜੇ ਜ਼ਿਆਦਾ ਆ ਰਹੇ ਆ ਉਹਦੇ ਪਿੱਛੇ ਕੀ ਰੀਜ਼ਨ ਜਿਹੜੇ ਨੇ ਸਮਝ ਆ ਰਹੇ ਨੇ, ਐਕਸਪਰਟਸ ਨਾਲ ਜਿਹੜੀ ਤੁਹਾਡੀ ਗੱਲ ਹੁੰਦੀ ਹੈ, ਜਾਂ ਫਰੇਜ਼ਰ ਹੈਲਥ ਅਥਾਰਟੀ ਦੇ CEO ਨੇ ਡਾਕਟਰ ਵਿਕਟੋਰੀਆ ਲੀ, ਜਾਂ ਪ੍ਰੋਵਿੰਸ਼ੀਅਲ ਹੈਲਥ ਅਫਸਰ ਨੇ, ਉਹਨਾਂ ਨਾਲ ਜਦੋਂ ਤੁਹਾਡੀ ਗੱਲ ਹੁੰਦੀ ਹੈ, ਇੱਥੇ ਕੇਸਿਸ ਜ਼ਿਆਦਾ ਆਉਣ ਦਾ ਕਾਰਨ ਕੀ ਮੰਨਿਆ ਜਾ ਰਿਹਾ? Well, Mr. Kushal, first off, ਸ਼ੇਰੇ ਪੰਜਾਬ ਨੂੰ ਮੈਂ ਬਹੁਤ ਹੀ ਗ੍ਰੇਟਫੁਲ ਹਾਂ ਵੀ ਤੁਸੀਂ ਇਹ ਇੰਨੇ ਜ਼ੋਰ ਨਾਲ ਇਹ ਟੋਪਿਕ ਕਵਰ ਕਰ ਰਹੇ ਹੋ। ਇਹ ਬਹੁਤ ਹੀ ਕ੍ਰਿਟੀਕਲ ਟਾਈਮ ਆ ਸਾਡੀ ਸੋਸਾਇਟੀ ਲਈ, ਸਾਡੀ ਪ੍ਰੋਵਿੰਸ ਲਈ, ਪਰ ਮੋਸਟਲੀ ਸਾਡੀ ਕਮਿਊਨਿਟੀ ਲਈ, ਬਿਕਾਜ਼ ਐਸ ਤੁਸੀਂ ਨੋਟ ਕੀਤਾ, ਕੇਸਿਸ ਸਾਡੇ ਫਰੇਜ਼ਰ ਵੈਲੀ ਵਿੱਚ ਸਿਗਨੀਫਿਕੈਂਟਲੀ ਇੰਕਰੀਜ਼ ਹੋ ਰਿਹਾ। 75% ਜਿੰਨੇ ਕੇਸਿਸ ਹੋ ਰਹੇ ਆ ਸਾਰੇ ਸਾਡੇ ਇਲਾਕੇ 'ਚ ਹੋ ਰਹੇ ਆ, ਤੇ ਸਾਨੂੰ ਪਤਾ ਵੀ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਆ ਉਹਨਾਂ ਨੂੰ ਕੋਵਿਡ ਕੇਸ higher representation. So, ਅਸੀਂ ਤਰਨ ਦਾ
ਤੇ ਬਿਗੇਸਟ ਚੈਲੰਜ ਸਾਡੀ ਕਮਿਊਨਿਟੀ ਦਾ ਇਹ ਵੀ ਮਿਸਟਰ ਕੌਸ਼ਲ, ਅਸੀਂ ਜਿਹੜੀ ਨੋਰਮਲ ਅਸੀਂ ਸੈਲੀਬ੍ਰੇਸ਼ਨ ਕਰਦੇ ਹਾਂ, ਵੈਡਿੰਗ, ਫਿਊਨਰਲਸ, ਜਿਹੋ ਜੀ ਸਾਡੀ ਗੈਦਰਿੰਗਸ ਹੁੰਦੀਆਂ, ਉਹ ਸਾਨੂੰ ਰੀਇਮੈਜਿਨ ਕਰਨੀਆਂ ਪੈਣੀਆਂ. ਰੀਇਮੈਜਿਨ ਤੋਂ ਕੀ ਮਤਲਬ ਤੁਹਾਡਾ, ਕਿ ਉਹਦੇ ਬਾਰੇ ਜ਼ਿਆਦਾ ਸਾਨੂੰ ਸੋਚਣਾ ਪੈਣਾ ਕਿ ਕਿਸ ਤਰੀਕੇ ਦੀ ਗੈਦਰਿੰਗ ਹੋਣੀ ਚਾਹੀਦੀ ਹੈ? ਮੇਰਾ ਪਰਸਨਲ ਐਕਸਪੀਰੀਅੰਸ ਮੈਂ ਸ਼ੇਅਰ ਕਰਦਾ. ਮੇਰੇ ਫਾਦਰ ਦੀ ਡੈਥ ਹੋ ਗਈ ਸੀ ਜਿੱਦਣ ਇਲੈਕਸ਼ਨ ਕਾਲ ਹੋਈ ਸੀ, ਤੇ ਪਹਿਲਾ ਵੀਕ ਬਹੁਤ ਹਾਰਡ ਸੀ, ਤੇ ਸਾਨੂੰ ਕਿਹਾ ਕਿ ਤੁਸੀਂ ਨਾ ਆਓ. ਅਸੀਂ ਚਾਹੁੰਦੇ ਸੀ ਵੀ ਯੂ ਨੋ ਬਿਕੋਜ਼ ਕੋਵਿਡ ਵੀ ਕੋਈ ਗੈਦਰਿੰਗ ਨਾ ਹੋਵੇ, ਪਰ ਸਾਨੂੰ ਫਿਰ ਆਫਟਰ ਫਿਊ ਡੇਜ਼ ਪਤਾ ਲੱਗਾ ਵੀ ਸਾਡੇ ਮੋਮ ਲਈ, ਮਦਰ ਲਈ ਬਹੁਤ ਹਾਰਡ ਸੀ, ਬਿਕੋਜ਼ ਜਿਹੜਾ ਅਫਸੋਸ ਕਰਦਾ, ਜਿਹੜਾ ਲੋਕ ਆਉਂਦੇ ਆ, ਫੈਮਿਲੀ ਆਉਂਦੇ ਆ, ਇਕੱਠੇ ਹੁੰਦੇ ਆ, ਉਹ ਬਹੁਤ ਇੰਪੋਰਟੈਂਟ ਚੀਜ਼ ਹੈ ਸਾਡੀ ਕਮਿਊਨਿਟੀ ਵਿੱਚ. ਸੋ ਸਾਨੂੰ ਕਮਿਊਨਿਟੀ, ਐਜ਼ ਅ ਕਮਿਊਨਿਟੀ ਡਿਸਾਈਡ ਕਰਨਾ ਪੈਣਾ ਵੀ ਜਿਹੜਾ ਹੁਣ ਡਿਫੀਕਲਟ ਟਾਈਮ ਵਿੱਚ ਆ, ਸਾਨੂੰ ਜਦੋਂ ਅਸੀਂ ਈਵਨ ਅਫਸੋਸ ਕਰ ਜਾਂਦੇ ਹਾਂ, ਅਸੀਂ ਸੈਡ ਫੋਨ ਕਾਲ ਕਰਨੀ ਚਾਹੀਦੀ ਹੈ. ਇਹ ਨਹੀਂ ਵੀ ਸਾਰਿਆਂ ਨੂੰ ਘਰ ਜਾਣਾ ਚਾਹੀਦਾ, ਤੇ ਆਲਸੋ ਜਿਹੜੇ ਜਿਨ੍ਹਾਂ ਦਾ ਫੈਮਿਲੀ ਦਾ ਡੈਥ ਹੋਇਆ ਉਹਨਾਂ ਨੂੰ ਵੀ ਅੰਡਰਸਟੈਂਡ ਹੋਣਾ ਚਾਹੀਦਾ ਵੀ ਲੋਕੀ ਆ ਨਹੀਂ ਰਹੇ, ਉਹ ਨਾ ਬਿਕੋਜ਼ ਉਹ ਕੇਅਰ ਕਰਦੇ, ਬਟ ਬਿਕੋਜ਼ ਉਹਨਾਂ ਨੂੰ ਪਤਾ ਵੀ ਸੇਫਟੀ ਸਾਰਿਆਂ ਦੀ ਮੋਸਟ ਇੰਪੋਰਟੈਂਟ ਆ. ਸੋ ਇਹ ਵਨ ਥਿੰਗ ਆਈ ਥਿੰਕ ਬਹੁਤ ਇੰਪੋਰਟੈਂਟ ਆ ਮਿਸਟਰ ਕੌਸ਼ਲ, ਸਾਰਿਆਂ ਨੂੰ ਸੋਚਦਾ, ਨੋਬਡੀ, ਕੋਈ ਨਹੀਂ ਸੋਚਦਾ ਵੀ ਫੈਮਿਲੀ ਵਿੱਚ ਹੋਣੀ ਹੈ, ਕੋਈ ਨਹੀਂ ਪਲਾਨ ਕਰਦਾ, ਪਰ ਜਦੋਂ ਹੁੰਦਾ ਫਿਰ ਬਹੁਤ ਡਿਫੀਕਲਟ ਸਿਚੁਏਸ਼ਨ. ਸੋ ਸਾਰਿਆਂ ਨੂੰ ਸੋਚਣਾ ਪੈਣਾ ਵੀ ਜੇ ਕੋਈ ਸਿਚੁਏਸ਼ਨ ਹੈਗੀ ਆ, ਜੇ ਕੋਈ ਜਾਣਦਾ ਤੁਹਾਡਾ ਫੈਮਿਲੀ ਫਰੈਂਡ ਜਿਹਦੀ ਡੈਥ ਹੋ ਗਈ, ਤੁਸੀਂ ਫੋਨ ਕਾਲ ਕਰੋ, ਪਲੀਜ਼ ਵਿਜ਼ਿਟ ਨਾ ਕਰੋ, ਬਿਕੋਜ਼ ਮੈਨੀ ਸਾਡੇ ਜਿਹੜੇ ਹੁਣ ਹੋ ਰਹੇ ਆ ਡਾਇਰੈਕਟਲੀ ਲਿੰਕਡ ਆ ਟੂ ਵੈਡਿੰਗਸ, ਡਾਇਰੈਕਟਲੀ ਲਿੰਕਡ ਟੂ ਸੈਲੀਬ੍ਰੇਸ਼ਨ ਆਫ ਲਾਈਫ ਐਂਡ ਫਿਊਨਰਲਸ. ਸੋ ਬਹੁਤ ਹੀ ਵੱਡਾ ਕੰਸਰਨ ਆ ਸਾਡਾ. ਪਰ ਮਿਸਟਰ ਕਾਲੋ, ਅਸੀਂ ਦੇਖਿਆ ਕਿ ਖਾਸ ਤੌਰ 'ਤੇ ਜਦੋਂ ਪਿੱਛੇ ਵੀਕਐਂਡ ਲੰਘਿਆ, ਹੈਲੋਵੀਨ ਦਾ ਜਿਹੜਾ ਵੀਕਐਂਡ ਲੰਘਿਆ, ਇਸ ਦੌਰਾਨ ਬਹੁਤ ਸਾਰੀਆਂ ਵੀਡੀਓਜ਼ ਸਰਕੂਲੇਟ ਹੋਈਆਂ ਔਰ ਬਹੁਤ ਸਾਰੇ ਯੰਗਸਟਰਸ ਜਿਹੜੇ ਆ ਉਹ ਕਲੱਬਸ ਦੇ ਵਿੱਚ ਗਏ, ਬਾਰਸ ਦੇ ਵਿੱਚ ਗਏ ਔਰ ਜਾ ਕੇ ਭੀੜ ਭੜੱਕਾ ਹੋਇਆ ਤੁਹਾਡੇ ਸਾਹਮਣੇ, ਤੁਸੀਂ ਵੀ ਦੇਖੀਆਂ ਹੋਣੀਆਂ ਬਹੁਤ ਸਾਰੀਆਂ ਵੀਡੀਓਜ਼. ਕਿਉਂ ਸਰਕਾਰ ਜਿਹੜੀ ਇਹਨਾਂ ਦੇ ਉੱਤੇ ਸਖਤੀ ਨਹੀਂ ਕਰਦੀ, ਜਾਂ ਕਿਉਂ ਅਜੇ ਤੱਕ ਵੀ ਇੱਕ ਲੀਨੀਐਂਸੀ ਵਾਲੀ ਜਿਹੜੀ ਪਾਲਿਸੀ ਹੈ ਉਹ ਜਿਹੜੀ ਹੈ ਅਡੋਪਟ ਕੀਤੀ ਜਾ ਰਹੀ ਹੈ? ਪਰ ਸਾਡਾ ਕੰਸਰਨ ਇਹ ਮਿਸਟਰ ਕੌਸ਼ਲ, ਜਿਹੜੀ ਇਹ ਸਿਚੁਏਸ਼ਨ ਆ, ਇਹ ਸਾਡੇ ਲਈ ਹਾਲੇ ਇੱਕ ਹੋਰ ਸਾਲ ਲਈ ਰਹਿਣੀ ਆ. ਇਹ ਸਿਚੁਏਸ਼ਨ ਸ਼ੋਰਟ ਟਰਮ ਵਿੱਚ ਨਹੀਂ ਜਾ ਰਹੀ ਕਿਤੇ, ਤੇ ਜੇ ਅਸੀਂ ਸਾਰਿਆਂ ਨੂੰ ਕਲੈਂਪ ਡਾਊਨ ਕਰਨ ਲੱਗ ਪਏ, ਡਿਫਿਕਲਟ ਰੂਲਸ ਪਾਉਣਾ, ਸਾਨੂੰ ਪਤਾ ਓਵਰ ਟਾਈਮ ਥੱਕ ਜਾਣਾ ਤੇ ਫਟੀਗ ਹੋ ਜਾਣੀ ਆ. ਸੋ ਸਾਡਾ ਤਰੀਕਾ ਥੋੜਾ ਡਿਫਰੈਂਟ ਆ. ਔਰ ਕੀ ਤੁਸੀਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਇਸ ਵੇਲੇ ਜਿਹੜੇ ਯੰਗਸਟਰਸ ਤੁਹਾਨੂੰ ਸੁਣ ਰਹੇ ਆ, ਜਿਹੜੇ ਬਜ਼ੁਰਗ ਇਸ ਵੇਲੇ ਘਰਾਂ 'ਚ ਬਹਿ ਕੇ ਤੁਹਾਨੂੰ ਸੁਣ ਰਹੇ ਆ, ਜਿਹੜੀਆਂ ਔਰਤਾਂ ਸਾਡੀਆਂ ਭੈਣਾਂ ਮਾਵਾਂ ਘਰਾਂ 'ਚ ਬਹਿ ਕੇ ਸੁਣ ਰਹੀਆਂ, ਵਟ ਮੈਸੇਜ ਵੁੱਡ ਯੂ ਲਾਈਕ ਟੂ ਡਿਲੀਵਰ ਟੂ ਦੈਮ? ਮਿਸਟਰ ਕੌਸ਼ਲ, ਮੇਰਾ ਮੈਸੇਜ ਉਹਨਾਂ ਨੂੰ ਕਲੀਅਰ ਆ ਵੀ ਲੋਕੀ ਕਹਿੰਦੇ ਪਿੱਛੋਂ ਕੋਈ ਬਿਮਾਰ ਨਹੀਂ, ਸਾਡੇ ਫੈਮਿਲੀ ਵਿੱਚ ਕੋਈ ਜਿਹੜਾ ਆਇਆ ਉਹ ਬਿਮਾਰ ਨਹੀਂ ਸੀ, ਉਹ ਚੀਜ਼ ਤੋਂ ਨਹੀਂ ਡਰਨਾ ਚਾਹੀਦਾ. ਸਾਨੂੰ ਐਜ਼ ਅ ਕਮਿਊਨਿਟੀ ਨੂੰ ਡਰਨਾ ਚਾਹੀਦਾ ਵੀ ਜਿਹੜੇ ਲੋਕੀ ਜਿਹੜੇ ਸਿਮਟਮਸ ਨਹੀਂ ਸ਼ੋ ਕਰ ਰਹੇ, ਤੁਹਾਡੇ ਫਰੈਂਡ, ਤੁਹਾਡੇ ਫੈਮਿਲੀ, ਉਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਉਹਨਾਂ ਕੋਲ ਕੋਵਿਡ ਵੀ ਸਿਮਟਮ ਨਹੀਂ ਹੈਗੇ, ਉਹਨਾਂ ਤੋਂ ਸਾਨੂੰ ਫਿਕਰ ਹੋਣਾ ਪੈਣਾ, ਉਹ ਕੰਸਰਨ ਸਾਨੂੰ ਮਾਇੰਡ ਰੱਖਣਾ ਪੈਣਾ. ਇਹ ਨਹੀਂ ਵੀ ਪਰਸਨ ਜਿਹੜਾ ਆ ਰਿਹਾ ਇਹ ਬਿਮਾਰ ਆ ਕਿ ਨਹੀਂ, ਬਿਕੋਜ਼ ਇਹ ਪਰਸਨ ਜਿਹੜਾ ਆ ਰਿਹਾ ਉਹਨਾਂ ਸਿਮਟਮ ਜੇ ਹੈਗਾ ਉਹਨਾਂ ਨੂੰ ਪਤਾ ਨਹੀਂ ਲੱਗਣਾ. ਸੋ ਇਹ ਇਸ਼ੂ ਬਹੁਤ ਸੀਰੀਅਸ ਆ, ਤੇ ਆਪਣੇ ਫੈਮਿਲੀ ਦਾ ਸੋਚੋ, ਆਪਣੇ ਫਰੈਂਡਸ ਦਾ ਸੋਚੋ, ਬਿਕੋਜ਼ ਆਪਣੇ ਗ੍ਰੈਂਡ ਪੇਰੈਂਟਸ ਪੇਰੈਂਟਸ ਦਾ ਸੋਚੋ. ਇਹ ਬਸ ਇਹ ਨਹੀਂ ਵੀ ਜਸਟ ਓਲਡਰ ਪੀਪਲ ਡੈਥ ਹੋ ਰਹੀ ਆ, ਯੈਸ ਓਵਰ ਪਾਪੂਲੇਸ਼ਨ, ਓਲਡਰ ਪਾਪੂਲੇਸ਼ਨ ਅਸੀਂ ਦੇਖਿਆ, ਹੋਸਪਿਟਲਾਈਜੇਸ਼ਨ ਹੋ ਰਹੀ ਆ, ਪਰ ਸਾਨੂੰ ਇਹ ਨਹੀਂ ਪਤਾ ਵੀ ਲੌਂਗ ਟਰਮ ਇਫੈਕਟਸ ਕੀ ਹੈ. ਜਿਹੜੀ ਕੋਵਿਡ ਹੋ ਰਿਹਾ ਉਹ ਕਹਿੰਦੇ ਵੀ ਯੈਸ ਮੈਂ ਠੀਕ ਹਾਂ, ਮੈਂ ਰਿਕਵਰ ਕਰ ਜਾਣਾ, ਪਰ ਸਾਨੂੰ ਪਤਾ ਨਹੀਂ ਵੀ 6 ਮਹੀਨੇ ਵਿੱਚ, ਸਾਲ ਵਿੱਚ ਕੋਈ ਕੀ ਰੈਮੀਫਿਕੇਸ਼ਨ ਹੋਣੀ ਆ. ਸੋ ਸਾਰਿਆਂ ਨੂੰ ਸੀਰੀਅਸ ਟੇਕ ਕਰਨਾ ਪੈਣਾ.
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਵੀ ਕਾਲੋਂ ਜੀ ਸਾਨੂੰ ਸਾਰੀਆਂ ਜਾਣਕਾਰੀਆਂ ਦੇਣ ਵਾਸਤੇ। ਥੈਂਕ ਯੂ ਸੋ ਮਚ ਮਿਸਟਰ ਕੌਸ਼ਲ। ਔਰ ਇਹ ਸਨ ਮਿਸਟਰ ਰਵੀ ਕਾਲੋਂ ਜੋ ਕਿ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਔਰ ਸਾਨੂੰ ਜਾਣਕਾਰੀ ਇਹਨਾਂ ਨੇ ਦਿੱਤੀ ਕਿ ਕਿਸ ਕਿਸਮ ਦੇ ਨਾਲ ਜ਼ਰੂਰੀ ਹੈ ਇਸ ਵੇਲੇ ਕਿ ਅਸੀਂ ਸਾਰੇ ਇਹ ਖਾਸ ਤੌਰ 'ਤੇ ਜਿਹੜੀ ਇਹ ਚੀਜ਼ ਹੈ ਜਿਹੜਾ COVID-19 ਦਾ ਇਸ ਵੇਲੇ ਦੌਰ ਚੱਲ ਰਿਹਾ ਇਹਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਗੈਦਰਿੰਗ ਜਿਹੜੀਆਂ ਚਾਹੇ ਉਹ ਖੁਸ਼ੀ ਦਾ ਮਾਹੌਲ ਹੈ ਚਾਹੇ ਉਹ ਗਮੀ ਦਾ ਮਾਹੌਲ ਹੈ ਇਹਨਾਂ ਨੂੰ ਘੱਟ ਰੱਖੀਏ, ਇਹਨਾਂ ਨੂੰ ਜਿੰਨਾ ਘੱਟ ਰੱਖ ਸਕਦੇ ਹਾਂ ਓਨਾ ਘੱਟ ਰੱਖੀਏ ਕਿਉਂਕਿ ਜ਼ਰੂਰੀ ਹੈ ਇਸ ਵੇਲੇ ਕਿ ਅਸੀਂ ਇਹਦੀ ਰੋਕਥਾਮ ਜਿਹੜੀ ਉਹ ਕਰ ਸਕੀਏ। ਇਹਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਚੱਲ ਕੇ ਵੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਕੀਤੀ ਜਾਏਗੀ ਔਰ ਤੁਹਾਡੀਆਂ ਕੁਝ ਕਾਲਸ ਜਿਹੜੀਆਂ ਉਹ ਵੀ ਲਈਆਂ ਜਾਣਗੀਆਂ। ਜੇਕਰ ਤੁਸੀਂ ਕੋਈ ਕਮੈਂਟ ਜਿਹੜਾ ਉਹ ਕਰਨਾ ਚਾਹੁੰਦੇ ਹੋ ਤੁਸੀਂ 604-204-0600 'ਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਕੁਝ ਕਾਲਰਸ ਜਿਹੜੇ ਉਹ ਜੁੜ ਵੀ ਚੁੱਕੇ ਆ। 387 ਭਗਤ ਰਾਮ ਜੀ ਸਾਡੇ ਨਾਲ ਨੇ। ਜੀ ਭਗਤ ਰਾਮ ਜੀ ਕੀ ਕਹਿਣਾ ਚਾਹੋਗੇ ਔਨ ਏਅਰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਾਰੇ ਮੈਥਡ ਅਡੋਪਟ ਕਰਕੇ ਦੇਖ ਲੈ ਜੀ, ਲੇਕਿਨ ਜਿਹੜੇ ਅਸੀਂ 2000 ਤੁਸੀਂ 2000 ਜਾਂ ਦੂਸਰੀ ਮਦਦ ਤੁਸੀਂ ਹਰ ਇੱਕ ਬੰਦੇ ਨੂੰ ਜਿਹਨੂੰ ਨਹੀਂ ਵੀ ਚਾਹੀਦੀ ਉਹਨੂੰ ਦੇ ਰਹੇ ਹਾਂ ਔਰ ਉਹ ਜਾ ਕੇ ਪਾਰਟੀਆਂ ਕਰਦੇ ਆ ਗਏ ਔਰ ਡਿਸਟਰਬ ਕਰਦੇ ਆ, ਜਦ ਤੱਕ ਉਹਨਾਂ ਨੂੰ ਥੋੜਾ ਇਕਨੋਮਿਕਲੀ ਥੋੜਾ ਟਾਈਟ ਨਹੀਂ ਕੀਤਾ ਜਾ ਸਕਦਾ ਇਹ ਸਭ ਨਹੀਂ ਹੋਗਾ। ਥੈਂਕ ਯੂ ਸੋ ਮਚ ਜੀ। ਦੇਖੋ ਜਿਸ ਤਰ੍ਹਾਂ ਕਾਲਰ ਨੇ ਦੱਸਿਆ ਕਿ ਥੋੜ੍ਹਾ ਜਿਹਾ ਇਹਦੇ 'ਚ ਸਖਤੀ ਜਿਹੜੀ ਆ ਉਹ ਕਰਨ ਦੀ ਜ਼ਰੂਰਤ ਹੈ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਵਾਕਈ ਕੀ ਸਖਤੀ ਕਰਨ ਦੀ ਜ਼ਰੂਰਤ ਹੈ ਜਾਂ ਕਿ ਉਸ ਤਰ੍ਹਾਂ ਵੀ ਇਹਦਾ ਜਿਹੜਾ ਹੱਲ ਆ ਉਹ ਹੋ ਸਕਦਾ? ਇਹਦੇ ਬਾਰੇ ਵੀ ਗੱਲਬਾਤ ਚੱਲੇਗੀ, ਨਾਲ ਦੇ ਨਾਲ US ਦੇ ਜਿਹੜੇ ਇਲੈਕਸ਼ਨ ਦੇ ਰਿਜ਼ਲਟਸ ਚੱਲ ਰਹੇ ਨੇ ਉਹਨਾਂ ਬਾਰੇ ਵੀ ਗੱਲਬਾਤ ਚੱਲੇਗੀ ਕਿ ਇਸ ਵੇਲੇ ਅਮੈਰੀਕਾ ਦੇ ਵਿੱਚ ਕੀ ਕੁਛ ਚੱਲ ਰਿਹਾ, ਲੋਕ ਕੀ ਸੋਚ ਰਹੇ ਨੇ ਕਿ ਉੱਥੇ ਦਾ ਅਗਲਾ ਜਿਹੜਾ ਰਾਸ਼ਟਰਪਤੀ ਹੈ ਉਹ ਕੌਣ ਜਿਹੜਾ ਉਹ ਹੋਣ ਜਾ ਰਿਹਾ, ਕੀ ਐਤਕੀ ਦੇ ਜਿਹੜੇ ਇਲੈਕਸ਼ਨ ਦੇ ਨਤੀਜੇ ਨੇ ਇਹ ਜਾ ਕੇ ਕੋਰਟ ਦੇ ਵਿੱਚ ਹੀ ਪਹੁੰਚਣਗੇ, ਐਤਕੀ ਦਾ ਜਿਹੜਾ ਰਿਜ਼ਲਟ ਹੈ ਇਹ ਸੁਪਰੀਮ ਕੋਰਟ ਆਫ ਅਮੈਰੀਕਾ ਦੇ ਵਿੱਚ ਹੀ ਜਾਏਗਾ। ਇਹਦੇ ਬਾਰੇ ਗੱਲਬਾਤ ਕਰਾਂਗੇ। ਬਣੇ ਰਹੋ ਸਾਡੇ ਨਾਲ, ਜੁੜੇ ਰਹੋ CKSP 600 AM ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਦੇ ਨਾਲ। CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਤੁਸੀਂ ਔਰ ਗੱਲਬਾਤ ਕਰ ਰਹੇ ਸੀ ਅਸੀਂ ਪ੍ਰੋਗਰਾਮ ਦੇ ਵਿੱਚ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਕਿ COVID-19 ਦੇ ਕੇਸ ਕਿਸ ਤਰੀਕੇ ਨਾਲ ਵੱਧ ਰਹੇ ਨੇ ਔਰ ਕਾਲਰਸ ਨੇ ਕਿਹਾ ਕਿ ਸਖਤੀ ਜਿਹੜੀ ਹੈ ਥੋੜ੍ਹੀ ਜਿਹੀ ਹੋਣੀ ਚਾਹੀਦੀ ਹੈ। ਪਰ ਇੱਕ ਹੋਰ ਜਾਣਕਾਰੀ ਦੇ ਦੀ ਹੈ ਕਿ ਹੁਣੇ ਇਨਫੋਰਮੇਸ਼ਨ ਆਈ ਹੈ ਕਿ ਕੈਨੇਡਾ ਦੇ ਵਿੱਚ ਸਵਾਈਨ ਫਲੂ ਦਾ ਇੱਕ ਨਵਾਂ ਸਟ੍ਰੇਨ ਹੈ, ਇੱਕ ਸਪੈਸੀਫਿਕ ਇਹ ਸਟ੍ਰੇਨ ਹੈ ਜਿਹੜਾ ਅਜੇ ਤੱਕ ਕੈਨੇਡਾ ਦੇ ਵਿੱਚ ਡਿਟੈਕਟ ਨਹੀਂ ਸੀ ਹੋਇਆ, ਹੁਣ ਉਹ ਪਹਿਲੀ ਵਾਰੀ ਡਿਟੈਕਟ ਹੋ ਗਿਆ। ਇਹ ਅਲਬਰਟਾ ਦੇ ਵਿੱਚ ਡਿਟੈਕਸ਼ਨ ਇਹਦੀ ਹੋਈ ਹੈ ਔਰ ਇਹ ਖਬਰ ਵੀ ਹੁਣੇ ਆਈ ਹੈ ਔਰ ਜਿਹੜੇ ਅਲਬਰਟਾ ਦੇ ਚੀਫ ਮੈਡੀਕਲ ਹੈਲਥ ਆਫਿਸਰ ਨੇ ਡਾਕਟਰ ਡੀਨਾ ਹਿਨਸ਼ੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵਿਅਕਤੀ ਇਹ ਤੋਂ ਇਨਫੈਕਟ ਹੋਇਆ ਸੀ ਹਾਲਾਂਕਿ ਉਹ ਰਿਕਵਰ ਕਰ ਗਿਆ, ਸੈਂਟਰਲ ਅਲਬਰਟਾ ਦਾ ਰਹਿਣ ਵਾਲਾ ਔਰ ਆਪਣੇ ਆਪ 'ਚ ਇੱਕ ਆਈਸੋਲੇਟਡ ਕੇਸ ਹੈ ਔਰ ਇਹ ਜਿਹੜਾ ਵਾਇਰਸ ਹੈ ਮਿਡ ਅਕਟੂਬਰ ਦੇ ਵਿੱਚ ਡਿਟੈਕਟ ਕੀਤਾ ਗਿਆ ਸੀ ਔਰ ਇਹਦੇ 'ਚ ਵੀ ਇਨਫਲੂਐਂਜ਼ਾ ਵਰਗੇ ਸਿਮਟਮਸ ਹੁੰਦੇ ਆ। ਸੋ ਇੱਕ ਨਵਾਂ ਸਵਾਈਨ ਫਲੂ ਦਾ ਸਪੈਸੀਫਿਕ ਸਟ੍ਰੇਨ ਹੈ ਜਿਹੜਾ ਸੈਂਟਰਲ ਅਲਬਰਟਾ ਦੇ ਵਿੱਚ ਆਪਣੇ ਤਰ੍ਹਾਂ ਦਾ ਪਹਿਲਾ ਕੈਨੇਡਾ ਦਾ ਕੇਸ ਜਿਹੜਾ ਕਿ ਸਾਹਮਣੇ ਆਇਆ। ਔਰ ਦੂਜੇ ਪਾਸੇ ਅਸੀਂ ਗੱਲ ਕਰ ਰਹੇ ਸੀ ਜਿਹੜੇ US ਦੇ ਇਲੈਕਸ਼ਨਸ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਕਿ ਕੀ ਇਸ ਵਾਰ ਦੇ ਇਲੈਕਸ਼ਨ ਜਿਹੜੇ ਨੇ ਇਹ ਜਾ ਕੇ ਕੋਰਟ ਦੇ ਵਿੱਚ ਹੀ ਖਤਮ ਹੋਣਗੇ, ਕੀ ਸੁਪਰੀਮ ਕੋਰਟ ਜਿਹੜੀ ਹੈ ਉਹੀ ਇੱਕ ਕੱਲਮ ਕੱਲਾ ਹੱਲ ਹੈ ਜਿਹੜਾ ਦਾ ਨਿਕਲੇਗਾ? ਸੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2000 ਦੇ ਵਿੱਚ ਜਿਹੜੇ ਇਲੈਕਸ਼ਨਸ ਹੋਏ ਸੀ ਉਹਦੇ ਵਿੱਚ ਵੀ ਐਲ ਗੋਰ ਅਤੇ ਜਾਰਜ ਡਬਲਿਊ ਬੁਸ਼ ਜਿਹੜੇ ਨੇ ਇਹਨਾਂ ਦੇ ਜਿਹੜੇ ਇਲੈਕਸ਼ਨ ਚੱਲ ਰਹੇ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਔਰ ਫਲੋਰੀਡਾ ਦਾ ਜਿਹੜਾ ਰੀਕਾਊਂਟ ਲੈ ਕੇ ਉਹਨੂੰ ਡਿਸਪਿਊਟ ਹੋ ਗਿਆ ਸੀ, ਫਿਰ ਉਹ ਮਸਲਾ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀ ਔਰ 36 ਦਿਨ ਪੂਰੀ ਦੁਨੀਆ ਇੰਤਜ਼ਾਰ ਕਰਦੀ ਰਹੀ ਸੀ ਕਿ ਭਾਈ ਅਮੈਰੀਕਾ ਨੂੰ ਰਨ ਕੌਣ ਕਰੂਗਾ, ਅਮੈਰੀਕਾ ਦਾ ਪ੍ਰੈਜ਼ੀਡੈਂਟ ਕੌਣ ਹੋਊਗਾ ਔਰ ਫਿਰ ਜਾ ਕੇ ਜਾਰਜ ਬੁਸ਼ ਜਿਹੜੇ ਨੇ ਉਹ ਜੇਤੂ ਹੋਏ ਸੀ। ਹੁਣ 20 ਸਾਲ ਬਾਅਦ ਇਤਿਹਾਸ ਜਿਹੜਾ ਇੱਕ ਵਾਰ ਫਿਰ ਦੁਹਰਾਉਂਦਾ ਦਿਖ ਰਿਹਾ
ਜਦੋਂ ਡੋਨਲਡ ਟਰੰਪ ਅਤੇ ਜੋ ਬਾਈਡਨ ਦੀ ਜਿਹੜੀ ਰੇਸ ਲੱਗੀ ਹੋਈ ਹੈ ਔਰ ਦੋਨੇ ਹੀ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਜੇਤੂ ਰਹਾਂਗੇ, ਇੱਕ ਦਾ ਕਹਿਣਾ ਮੈਂ ਜੇਤੂ ਰਹੂੰਗਾ, ਇੱਕ ਦਾ ਕਹਿਣਾ ਕਿ ਮੈਂ ਤਾਂ ਜਿੱਤ ਗਿਆ ਆਲਰੇਡੀ, ਔਰ ਇਹ ਕਹਿ ਜਾ ਰਿਹਾ ਕਿ ਇੱਥੇ ਫਰੋਡ ਇਸ ਵੇਲੇ ਚੱਲ ਰਿਹਾ ਔਰ ਮੈਂ ਇਸ ਕੇਸ ਨੂੰ ਹੁਣ ਕੋਰਟ ਦੇ ਵਿੱਚ ਜਾ ਕੇ ਘਸੀਟੂੰਗਾ। ਪਰ ਕੀ ਤੁਹਾਨੂੰ ਕੀ ਲੱਗਦਾ ਕਿ ਕੀ ਇਹ ਜਿਹੜਾ ਮਸਲਾ ਹੈ ਇਹ ਜਾ ਕੇ ਕੋਰਟ ਦੇ ਵਿੱਚ ਹੀ ਹੁਣ ਜਾ ਕੇ ਇਹਦਾ ਫੈਸਲਾ ਸਾਹਮਣੇ ਆਏਗਾ? ਬਹੁਤ ਸਾਰੇ ਲੋਕ, ਬਹੁਤ ਸਾਰੇ ਸਾਡੇ ਕਾਲਰ ਜਿਹੜੇ ਨੇ ਉਹ ਅਮੈਰੀਕਾ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਔਰ ਉਹਨਾਂ ਦੀ ਵੀ ਅਸੀਂ ਰਾਏ ਲੈਣਾ ਚਾਹੁੰਦੇ ਹਾਂ ਕਿ ਕੀ ਐਸਾ ਹੋ ਸਕਦਾ ਕਿ ਇਸ ਵਾਰ ਦਾ ਜਿਹੜਾ ਇਲੈਕਸ਼ਨ ਹੈ ਇਹ ਕੋਰਟ ਦੇ ਵਿੱਚ ਜਾ ਕੇ, ਇਹ ਜਿਹੜਾ ਰਿਜ਼ਲਟ ਹੈ ਇਹ ਕੋਰਟ ਦੇ ਵਿੱਚ ਜਾ ਕੇ ਖਤਮ ਹੋਏ ਔਰ ਉੱਥੋਂ ਹੀ ਬਾਅਦ 'ਚੋਂ ਪਤਾ ਲੱਗੇ ਕਿ ਭਾਈ ਐਤਕੀ ਇਹਦੀ ਕਮਾਨ ਜਿਹੜੀ ਹੈ ਯੂ ਐੱਸ ਏ ਦੀ ਇਹ ਕਿਹਦੇ ਹੱਥ ਦੇ ਵਿੱਚ ਆਏਗੀ। 604-204-0600 'ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਕੀ ਐਤਕੀ ਦਾ ਇਲੈਕਸ਼ਨ ਜਿਹੜਾ ਇਹ ਰਿਜ਼ਲਟਸ ਨੇ, ਨਤੀਜੇ ਨੇ, ਇਹ ਕੀ ਵਾਕਈ ਜਾ ਕੇ ਕੋਰਟ ਦੇ ਕੋਲੋਂ ਹੀ ਹੁਣ ਇਹਦਾ ਹੱਲ ਜਿਹੜਾ ਉਹ ਸਾਹਮਣੇ ਹੋਏਗਾ। ਔਰ ਨਾਲ ਦੇ ਨਾਲ ਇਹ ਵੀ ਜਾਣਨਾ ਚਾਹਾਂਗੇ ਕਿ ਕੀ ਐਤਕੀ ਦੰਗੇ ਤਾਂ ਨਹੀਂ ਕਿਤੇ ਭਟਕ ਜਾਣਗੇ, ਕਿਤੇ ਐਸਾ ਤਾਂ ਨਹੀਂ ਹੋਏਗਾ ਕਿ ਕਿਸੇ ਕਿਸਮ ਦੀ ਸਿਵਲ ਵਾਰ ਜਿਹੜੀ ਆ ਉਹ ਅੰਦਰ ਖਾਤਿਓਂ ਲੱਗ ਜਾਏ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਖਾਸ ਤੌਰ 'ਤੇ ਜਿਹੜੇ ਡੋਨਲਡ ਟਰੰਪ ਦੇ ਬਹੁਤ ਸਾਰੇ ਜਿਹੜੇ ਸਮਰਥਕ ਨੇ ਉਹ ਆਟੋਮੈਟਿਕ ਰਾਈਫਲਸ ਲੈ ਕੇ ਵੀ ਘੁੰਮ ਰਹੇ ਨੇ ਕਈ ਥਾਵਾਂ 'ਤੇ। ਸੋ ਇਹ ਵੀ ਇੱਕ ਖਦਸ਼ਾ ਜਿਹੜਾ ਉਹ ਜਤਾਇਆ ਜਾ ਰਿਹਾ, ਕਿਉਂਕਿ ਵਾਰ ਵਾਰ ਇਹ ਵੀ ਕਿਹਾ ਜਾ ਰਿਹਾ ਖੁਦ ਡੋਨਲਡ ਟਰੰਪ ਵੱਲੋਂ ਵੀ ਕਿ ਇਹਦੇ ਨਾਲ ਕਾਫੀ ਜਿਹੜੀ ਅਸਥਿਰਤਾ ਉਹ ਮਾਹੌਲ ਦੇ ਵਿੱਚ ਆ ਸਕਦੀ ਹੈ। ਪਰ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਕੀ ਹੁਣ ਇਲੈਕਸ਼ਨ ਜਿਹੜੇ ਜਾ ਕੇ ਕੋਰਟ ਦੇ ਵਿੱਚ ਹੋਣਗੇ, ਇਹਦੇ ਪਿੱਛੇ ਕਈ ਜਿਹੜੇ ਰੀਜ਼ਨ ਨੇ ਉਹ ਮੰਨੇ ਜਾ ਰਹੇ ਨੇ, ਕਈ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਦਾ ਇੱਕ ਰੀਜ਼ਨ ਇਹ ਵੀ ਹੈ, ਹਾਲਾਂਕਿ ਸਿੱਧੇ ਤੌਰ 'ਤੇ ਇਹ ਨਹੀਂ ਗੱਲ ਮੰਨੀ ਜਾ ਸਕਦੀ, ਪਰ ਇੱਕ ਰੀਜ਼ਨ ਜਿਹੜਾ ਦਿੱਤਾ ਜਾ ਰਿਹਾ ਵੀ ਹੈ ਕਿ ਕੁਝ ਜਿਹੜੇ ਜੱਜਾਂ ਦੀ ਨਿਯੁਕਤੀ ਉਹ ਕੀਤੀ ਗਈ ਸੀ ਇਸ ਟਰਮ ਦੇ ਵਿੱਚ ਇਸ ਪਾਰਟੀ ਵੱਲੋਂ, ਔਰ ਡੋਨਲਡ ਟਰੰਪ ਜਿਹੜੇ ਨੇ ਸ਼ਾਇਦ ਕਿਤੇ ਨਾ ਕਿਤੇ ਸ਼ਾਇਦ ਉਹ ਇਹ ਸੋਚਦੇ ਹੋਣ ਕਿ ਇਹ ਉਹਨਾਂ ਦੇ ਪੱਖ ਦੇ ਵਿੱਚ ਗੱਲ ਜਿਹੜੀ ਆ ਉਹ ਪੂਰੀ ਜਾਏਗੀ। ਹੋ ਸਕਦਾ ਕਿ ਉਹਨਾਂ ਦੇ ਪੱਖ ਦੇ ਵਿੱਚ ਇਹ ਗੱਲ ਪੂਰੀ ਜਾਏ ਔਰ ਇਹ ਸ਼ਾਇਦ ਹੋ ਜਾਏ ਕਿ ਲੋਕ ਜਿਹੜੇ ਨੇ ਜਿਹੜੇ ਉਹ ਜਿਹੜੇ ਜੱਜ ਨੇ ਉਹ ਸ਼ਾਇਦ ਇਹਨਾਂ ਦੇ ਹੱਕ ਦੇ ਵਿੱਚ ਕੇਸ ਨੂੰ ਭੁਗਤਾ ਦੇਣ। ਪਰ ਬਹੁਤ ਵੱਡਾ ਮੁਲਕ ਹੈ ਔਰ ਦੁਨੀਆ ਇਸ ਵੇਲੇ ਦੇਖ ਰਹੀ ਹੈ ਕਿ ਲੋਕਤੰਤਰ ਦਾ ਇੱਥੇ ਜਿਹੜਾ ਨਤੀਜਾ ਉਹ ਕੀ ਆਏਗਾ, ਕਿਉਂਕਿ ਜਿਹੜੇ ਇਲੈਕਸ਼ਨ ਨੇ ਉਹ ਲੋਕਤੰਤਰਿਕ ਤਰੀਕੇ ਦੇ ਨਾਲ ਹੋਏ ਨੇ। ਸੋ ਕੀ ਨਤੀਜਾ ਆਏਗਾ, ਬੈਟਲ ਗਰਾਊਂਡ ਜਿਹੜਾ ਉਹਦੇ ਜਿਹੜੇ ਬੈਟਲ ਗਰਾਊਂਡ ਸਟੇਟਸ ਨੇ ਉਹਦੇ ਵਿੱਚ ਨਤੀਜਿਆਂ ਦਾ ਇੰਤਜ਼ਾਰ ਲੋਕ ਕਰ ਰਹੇ ਨੇ ਔਰ ਤਿੰਨ ਸਟੇਟਸ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਅਜੇ ਕਾਫੀ ਦਾਰੋਮਦਾਰ ਜਿਹੜਾ ਟਿਕਿਆ ਹੋਇਆ। ਔਰ ਤੁਹਾਡਾ ਇਹਦੇ ਬਾਰੇ ਕੋਈ ਵਿਚਾਰ ਹੋਏ, ਤੁਸੀਂ ਆਪਣੇ ਕੋਈ ਕਮੈਂਟ ਦੇਣੇ ਚਾਹੋ ਤਾਂ 604-204-0600 'ਤੇ ਤੁਸੀਂ ਇਹਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਹੋ। ਔਰ ਮੁਕਾਬਲਾ ਇਸ ਵੇਲੇ ਕਲੋਜ਼ ਫਿਨਿਸ਼ ਵੱਲ ਵੱਧਦਾ ਦਿਖ ਰਿਹਾ, ਲੋਕ ਬੇਸਬਰੀ ਨਾਲ ਬੈਟਲ ਗਰਾਊਂਡ ਜਿਹੜੇ ਸਟੇਟਸ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ। ਖਾਸ ਤੌਰ 'ਤੇ ਅਮੈਰੀਕਨ ਦਾ ਜਿਹੜਾ ਮੀਡੀਆ ਉਹ ਫਲੋਰੀਡਾ, ਟੈਕਸਾਸ ਸਮੇਤ ਕਈ ਹੋਰ ਜਿਹੜੇ ਸਟੇਟਸ ਨੇ ਉੱਥੇ ਰਿਪਬਲਿਕਨ ਦੀ ਜਿੱਤ ਦਾ ਅਨੁਮਾਨ ਲਾ ਕੇ ਬੈਠਾ। ਇਹਨਾਂ ਵਿੱਚ ਇੰਡੀਆਨਾ, ਕੈਂਟਕੀ, ਓਹਾਇਓ ਜਿਹੜੇ ਉਹ ਆਲਰੇਡੀ ਸ਼ਾਮਲ ਨੇ। ਔਰ ਇਹ ਸਾਰੀਆਂ ਸਟੇਟਸ ਦੇ ਵਿੱਚ 2019 ਦੇ ਵਿੱਚ ਡੋਨਲਡ ਟਰੰਪ ਨੇ ਜਿੱਤ ਹਾਸਲ ਕੀਤੀ ਸੀ। ਬਾਈਡਨ ਦੀ ਗੱਲ ਕਰੀਏ, ਉਹਨਾਂ ਨੇ 20 ਸਟੇਟਸ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਉਹਨਾਂ ਦਾ ਜਿਹੜਾ ਘਰੇਲੂ ਜਿਹੜਾ ਸਟੇਟ ਹੈ ਡੈਲਾਵੇਅਰ, ਉਸ ਤੋਂ ਇਲਾਵਾ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਡੀਸੀ ਵਰਗੇ ਵੱਡੇ ਜਿਹੜੇ ਸਟੇਟ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਜਿਹੜੇ ਸਾਬਕਾ ਉਪਰਾਸ਼ਟਰਪਤੀ ਨੇ ਬਾਈਡਨ ਟਰੰਪ, ਇਹਨਾਂ ਨੇ ਸਾਲ 2016 ਦੇ ਵਿੱਚ ਜਿਹੜੇ ਐਰੀਜ਼ੋਨਾ ਸਟੇਟ ਸੀ ਇਹਦੇ ਵਿੱਚੋਂ ਜਿੱਤ ਹਾਸਲ ਕੀਤੀ ਸੀ। ਨੈਬਰਾਸਕਾ ਦੇ ਵਿੱਚ ਇਲੈਕਟੋਰਲ ਵੋਟ ਜਿਹੜੇ ਦੋਨਾਂ ਦੇ ਵਿੱਚ ਵੰਡ ਗਏ ਨੇ, ਇੱਥੇ 4 ਟਰੰਪ ਦੇ ਖਾਤੇ 'ਚ ਆਏ ਨੇ ਜਦਕਿ 1 ਜਿਹੜਾ ਬਾਈਡਨ ਦੇ ਖਾਤੇ 'ਚ ਆਇਆ। ਮੇਨ ਦੇ ਵਿੱਚ ਬਾਈਡਨ ਦੇ ਹੱਕ ਦੇ ਵਿੱਚ ਜਿਹੜਾ ਉਹ ਇਲੈਕਟੋਰਲ ਵੋਟਸ ਜਿਹੜੀਆਂ
ਉਹ ਆਈਆਂ ਨੇ। ਤਾਜ਼ਾ ਰਿਪੋਰਟ ਜਦ ਤੱਕ ਮਿਲੀ ਹੈ 538 ਦੇ ਵਿੱਚੋਂ ਬਾਈਡਨ ਨੂੰ 238, ਟਰੰਪ ਨੂੰ 213 ਇਲੈਕਟੋਰਲ ਕਾਲਜ ਸੀਟਸ ਦੇ ਉੱਤੇ ਜਿੱਤ ਜਿਹੜੀ ਮਿਲ ਚੁੱਕੀ ਹੈ, ਪਰ ਅਜੇ ਵੀ ਘੱਟੋ ਘੱਟ 270 ਇਲੈਕਟੋਰਲ ਕਾਲਜ ਸੀਟਸ ਨੇ ਜਿਨ੍ਹਾਂ ਦੇ ਉੱਤੇ ਜਿੱਤ ਜਿਹੜੀ ਹੈ ਉਹ ਹਾਸਲ ਕਰਨੀ ਜ਼ਰੂਰੀ ਹੈ। ਪਰ ਜਿਹੜਾ ਹੁਣ ਤੱਕ ਦੀ ਜਾਣਕਾਰੀ ਆਈ ਉਹਦੇ 'ਚ ਇਹ ਆਈ ਮਿਸ਼ੀਗਨ, ਨਵੈਡਾ ਅਤੇ ਵਿਸਕੌਨਸਿਨਸ ਦੇ ਵਿੱਚ ਟਰੰਪ ਤੋਂ ਜ਼ਿਆਦਾ ਬੜਤ ਜਿਹੜੀ ਹੈ ਉਹ ਬਾਈਡਨ ਨੂੰ ਇਸ ਵੇਲੇ ਮਿਲ ਰਹੀ ਹੈ। ਅਜੇ ਵੀ ਇਹ ਨਿਸ਼ਚਿਤ ਨਹੀਂ ਹੈ ਕਿ ਜਿਹੜਾ ਰਾਸ਼ਟਰਪਤੀ ਆ ਉਹ ਕੌਣ ਬਣੇਗਾ। 6 ਪ੍ਰਮੁੱਖ ਜਿਹੜੇ ਸਟੇਟਸ ਨੇ ਉਹਦੇ 'ਚ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ, ਕਾਂਟੇ ਦੀ ਟੱਕਰ ਜਿਹੜੀ ਹੈ ਉਹ ਚੱਲ ਰਹੀ ਹੈ। ਹਾਲਾਂਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਇੱਕ ਦਰਕਿਨਾਰ ਕਰਦੇ ਹੋਏ ਆਪਣੀ ਜਿੱਤ ਦਾ ਐਲਾਨ ਜਿਹੜਾ ਉਹ ਟਰੰਪ ਨੇ ਪਹਿਲਾਂ ਹੀ ਕਰਤਾ, ਇਹ ਵੀ ਧਮਕੀ ਦੇ ਦਿੱਤੀ ਕਿ ਕਾਊਂਟਿੰਗ ਨੂੰ ਰੋਕਣ ਵਾਸਤੇ ਉਹ ਸੁਪਰੀਮ ਕੋਰਟ ਜਾ ਸਕਦੇ ਨੇ। ਹਾਲਾਂਕਿ ਕਾਊਂਟਿੰਗ ਜਿਹੜੀ ਅਜੇ ਵੀ ਚੱਲ ਰਹੀ ਹੈ। ਟਰੰਪ ਨੇ ਜੇ ਵਾਈਟ ਹਾਊਸ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਚੋਣਾਂ ਜਿਹੜੀਆਂ ਜਿੱਤ ਗਏ ਹਾਂ, ਔਰ ਇਹਦੇ ਜਵਾਬ ਦੇ ਵਿੱਚ ਬਾਈਡਨ ਨੇ ਹਾਲਾਂਕਿ ਟਰੰਪ ਦੇ ਜਿਹੜੇ ਇਸ ਦਾਅਵਾ ਉਹਨੂੰ ਗਲਤ ਕਿਹਾ, ਉਹਨੂੰ ਇੱਕ ਐਸਾ ਹੀ ਗੱਲ ਕਹੀ ਹੈ ਕਿ ਇੱਕ ਐਮਬੈਰਸਮੈਂਟ ਵਾਲੀ ਗੱਲ ਹੈ ਜਿਹੜੀ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ। ਉਹਨੇ ਕਿਹਾ ਕਿ ਇਹ ਅਮੈਰੀਕਾ ਦੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੀ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਨੂੰ ਖੋਹਣ ਦਾ ਇੱਕ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਜਿਹੜੀ ਕਾਊਂਟਿੰਗ ਹੈ ਉਹ ਨਹੀਂ ਰੁਕੇਗੀ, ਇਹ ਇਸੇ ਤਰੀਕੇ ਨਾਲ ਜਾਰੀ ਰਹੇਗੀ, ਔਰ ਇੱਕ ਇੱਕ ਵੋਟ ਹੈ ਜਿਹੜੀ ਉਹ ਕਾਊਂਟ ਕੀਤੀ ਜਾਏਗੀ। ਉਹਨੇ ਕਿਹਾ ਕਿ ਜੇ ਰਾਸ਼ਟਰਪਤੀ ਵੋਟਾਂ ਦੀ ਗਿਣਤੀ ਨੂੰ ਰੋਕਣ ਦਾ ਕੋਸ਼ਿਸ਼ ਕਰਨਗੇ ਤਾਂ ਅਸੀਂ ਕਾਨੂੰਨ ਦਾ ਸਹਾਰਾ ਲਾਂਗੇ। ਸੋ ਜਦੋਂ ਕਾਨੂੰਨ ਦੇ ਸਹਾਰਾ ਲੈਣ ਦੀ ਗੱਲ ਆਉਂਦੀ ਹੈ ਉਦੋਂ ਫਿਰ ਵਾਰ ਵਾਰ ਚਰਚਾ ਇਸੇ ਗੱਲ ਦੀ ਤੁਰਦੀ ਹੈ ਕਿ ਕੀ ਇਹ ਜਿਹੜਾ ਇਲੈਕਸ਼ਨ ਹੈ ਜਾ ਕੇ, ਇਹ ਤਾਂ ਨਹੀਂ ਐਸਾ ਤਾਂ ਨਹੀਂ ਹੋਏਗਾ ਕਿ ਜਾ ਕੇ ਕੋਰਟ ਦੇ ਵਿੱਚ ਖਤਮ ਹੋਏਗਾ, ਕਾਨੂੰਨ ਜਿਹੜਾ ਉਹਦਾ ਸਹਾਰਾ ਲੈਣਾ ਪਏਗਾ। 24 ਘੰਟੇ ਜਿਹੜੇ ਨੇ ਉਹ ਹੋ ਚੁੱਕੇ ਨੇ ਉੱਥੇ ਚੋਣਾਂ ਹੋਈਆਂ ਨੂੰ, 24 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਅਜੇ ਵੀ ਚੱਲ ਰਿਹਾ ਕਿ ਕੀ ਹੋਏਗਾ। ਡੋਨਲਡ ਟਰੰਪ ਨੇ ਹਜੇ ਤੱਕ 21 ਸਟੇਟਸ ਹੈ ਜਿਨ੍ਹਾਂ ਦੇ ਵਿੱਚ ਆਪਣੀ ਪਕੜ ਬਣਾਈ ਹੋਈ ਹੈ, ਇਹਦੇ 'ਚ ਟੈਕਸਸ ਔਰ ਜਿੱਤ ਵਾਸਤੇ ਉਹਨਾਂ ਨੂੰ ਫਲੋਰੀਡਾ ਜਿਹੜਾ ਸਟੇਟ ਹੈ ਉਹ ਵੀ ਸ਼ਾਮਲ ਹੈ। ਟਰੰਪ ਨੇ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਉੱਤੇ ਚੋਣਾਂ ਦੇ ਵਿੱਚ ਧਾਂਦਲੀ ਕਰਨ ਦਾ ਦੋਸ਼ ਵੀ ਲਾਇਆ। ਉਹਨਾਂ ਨੇ ਲਿਖਿਆ ਕਿ ਪੈਨਸਲਵੇਨੀਆ, ਵਿਸਕੌਨਸਿਨ ਅਤੇ ਮਿਸ਼ੀਗਨ ਦੇ ਵਿੱਚ ਜਿਹੜੀਆਂ ਵੋਟਸ ਨੇ ਉਹ ਬਾਈਡਨ ਨੂੰ ਜਾ ਰਹੇ ਨੇ, ਸਾਡੇ ਦੇਸ਼ ਵਾਸਤੇ ਬੁਰਾ ਹੈ, ਇਹ ਇਹਨਾਂ ਦਾ ਕਹਿਣਾ। ਪਰ ਕਈ ਜਿਹੜੇ ਸਟੇਟਸ ਨੇ ਉਹਨਾਂ 'ਚ ਰੇਸ ਅਜੇ ਵੀ ਜਿਹੜੀ ਹੈ ਬਰਕਰਾਰ ਹੈ, ਚੱਲ ਰਹੀ ਹੈ। ਮਿਸ਼ੀਗਨ ਦੇ ਇਲੈਕਸ਼ਨ ਚੀਫ ਨੇ ਉਹਨਾਂ ਨੇ ਕਿਹਾ ਕਿ ਅਜੇ ਵੀ 100,000 ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਰਹਿੰਦੀ ਹੈ। ਵਿਸਕੌਨਸਿਨ ਦੇ ਵਿੱਚ ਵੀ ਵੋਟਾਂ ਦੀ ਗਿਣਤੀ ਰਹਿੰਦੀ ਹੈ, ਇੱਥੇ ਵੀ ਜਿਹੜਾ ਉਹਨਾਂ ਨੂੰ ਗਿਣਤੀ ਹਾਲਾਂਕਿ ਹੋ ਗਈ ਹੈ ਪਰ ਉਹਨਾਂ ਨੂੰ ਟੈਲੀ ਕੀਤਾ ਜਾ ਰਿਹਾ ਤਾਂ ਕਿ ਕੋਈ ਗੜਬੜ ਜਿਹੜੀ ਹੈ ਅਕਾਊਂਟਿੰਗ ਦੇ ਵਿੱਚ ਨਾ ਹੋਵੇ। ਜਾਰਜੀਆ ਦੇ ਵਿੱਚ 200,000 ਵੋਟਾਂ ਦੀ ਗਿਣਤੀ ਅਜੇ ਵੀ ਬਾਕੀ ਹੈ। ਪੂਰੇ ਅਮੈਰੀਕਾ ਦੇ ਵਿੱਚ ਕਈ ਲੱਖ ਵੋਟਸ ਨੇ ਜਿਹੜੀਆਂ ਅਜੇ ਜਿਨ੍ਹਾਂ ਦੀ ਗਿਣਤੀ ਹੋਣੀ ਰਹਿੰਦੀ ਹੈ। ਅਮੈਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਜਿੱਤਣ ਵਾਸਤੇ ਸਵਿੰਗ ਸਟੇਟਸ ਨੂੰ ਜਿੱਤਣਾ ਕਾਫੀ ਜ਼ਰੂਰੀ ਹੋਏਗਾ, ਔਰ ਦੋਨੇ ਜਿਹੜੇ ਲੀਡਰ ਨੇ ਇਹਨਾਂ ਦੇ ਵਾਸਤੇ ਇਹ ਜ਼ਰੂਰੀ ਮੰਨਿਆ ਜਾ ਰਿਹਾ। ਬਾਈਡਨ ਦਾ ਪਾਪੂਲਰ ਵੋਟ ਬੈਂਕ ਜਿਹੜਾ ਉਹ ਵੱਧਦਾ ਜਾ ਰਿਹਾ। ਡੈਮੋਕਰੈਟਸ ਨੂੰ ਹੁਣ ਤੱਕ ਡੋਨਲਡ ਟਰੰਪ ਦੀ ਜੇ ਐਵਰੇਜ ਦੇਖੀਏ ਉਹਨਾਂ ਦੇ ਕੰਪੈਰੇਟਿਵਲੀ ਤਾਂ ਨੈਸ਼ਨਲ ਲੈਵਲ ਦੇ ਉੱਤੇ 25,00,000 ਤੋਂ ਜ਼ਿਆਦਾ ਵੋਟ ਮਿਲੇ ਨੇ, 25,00,000 ਜ਼ਿਆਦਾ ਵੋਟ ਮਿਲੇ ਨੇ। ਜੋ ਵੋਟ ਸ਼ੇਅਰ ਜਿਹੜਾ ਬਾਈਡਨ ਦੇ ਆ ਉਹਦੇ ਵਿੱਚ ਅੱਜ ਤੱਕ ਦਾ ਹਿੱਸਾ ਉਹਨਾਂ ਦਾ 50% ਹੈ, ਜਦਕਿ ਟਰੰਪ ਦਾ ਜਿਹੜਾ ਹਿੱਸਾ ਉਹ 48% ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਈਡਨ ਦੀ ਜਿਹੜੀ ਜਿੱਤ ਹੈ ਉਹ ਸੁਨਿਸ਼ਚਿਤ ਹੋ ਗਈ ਹੈ। ਅਜੇ ਵੀ ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖੋ, ਔਰ ਖਾਸ ਤੌਰ 'ਤੇ ਇਕੱਲੇ ਅਸੀਂ ਅਮੈਰੀਕਾ ਦੀ ਜੇ ਗੱਲ ਨਾ ਕਰੀਏ, ਕੈਨੇਡਾ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਸਮਰਥਕ ਨੇ, ਜਿਹੜੇ ਡੋਨਲਡ ਟਰੰਪ ਦੇ ਸਮਰਥਕ ਨੇ ਜਾਂ ਜੋ ਬਾਈਡਨ ਦੇ ਸਮਰਥਕ ਨੇ, ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਾਰ ਵਾਰ ਇਹ ਨਤੀਜਿਆਂ ਨੂੰ ਲੈ ਕੇ ਜਿਹੜੀਆਂ ਵੀ ਅਪਡੇਟਸ ਨੇ ਉਹ ਦਿੱਤੀਆਂ ਜਾ ਰਹੀਆਂ। ਉਹ ਅਪਡੇਟਸ ਦੇ ਕੇ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਕਿ ਭਾਈ ਐਤਕੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਕੌਣ ਜਿੱਤੇਗਾ, ਐਤਕੀ ਦੀਆਂ ਚੋਣਾਂ ਜਿੱਤਣ ਦੀ ਜਿਹੜੀ ਗੱਲਬਾਤ ਹੈ
ਉਹ ਦੋਨੇ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਆਪਣੇ ਵੱਲੋਂ ਕਰ ਰਹੇ ਨੇ। ਔਰ ਜਾਰਜੀਆ ਦੇ ਜਿਹੜੇ ਸਟੇਟ ਆਫ ਸੈਕਟਰੀ ਆਫ ਸਟੇਟ ਨੇ ਬ੍ਰੈਡ ਰੋਫਨਸਬਰਗਰ, ਉਹਨਾਂ ਨੇ ਵੀ ਕਿਹਾ ਕਿ 200,000 ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਅਜੇ ਕੀਤੀ ਜਾਣੀ ਹੈ। ਇਹਨਾਂ ਨੇ ਜਿਹੜੀ ਜਾਰਜੀਆ ਦੇ ਸੈਕਟਰੀ ਆਫ ਚੀਫ ਨੇ ਬ੍ਰੈਡ ਰੋਫਨਸਬਰਗਰ, ਇਹਨਾਂ ਨੇ ਕਿਹਾ ਕਿ 200,000 ਜਿਹੜੀਆਂ ਵੋਟਸ ਨੇ ਐਬਸੈਂਟੀ ਬੈਲਟਸ ਉਹ ਕਾਊਂਟ ਕੀਤੀਆਂ ਜਾਣੀਆਂ। ਅਰਲੀ ਵੋਟਸ 40,000 ਤੋਂ 50,000 ਨੇ ਉਹ ਵੀ ਅਜੇ ਕਾਊਂਟ ਕੀਤੀਆਂ ਜਾਣੀਆਂ। ਔਰ ਹਰ ਲੀਗਲ ਵੋਟ ਹੈ ਜਿਹੜੀ ਇਹਨਾਂ ਨੇ ਕਿਹਾ ਕਾਊਂਟ ਹੋਏਗੀ। ਜਾਰਜੀਆ ਦੇ ਵਿੱਚ ਕੁੱਲ 16 ਇਲੈਕਟੋਰਲ ਜਿਹੜੇ ਵੋਟਸ ਵੋਟ ਕਾਲਜ ਨੇ ਕਾਲਜ ਵੋਟਸ ਨੇ, ਔਰ ਇੱਥੇ ਵੀ ਦੋਨਾਂ ਦੇ ਵਿੱਚ ਬਰਾਬਰ ਦੀ ਟੱਕਰ ਹੈ ਉਹ ਚੱਲ ਰਹੀ ਹੈ। ਕੀ ਕੁਝ ਕਿਹਾ ਜਿਹੜੇ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੇ ਉਹਦੀ ਗੱਲ ਸੁਣਦੇ ਹਾਂ। Well, I want everyone to know the sound of my voice that every legal vote in Georgia will count. And right now we have about 200,000 ballots that left to be counted. With the absentee ballot process, we counties worked on scanning those as many as they could. And then there are also about 40,000 to 50,000 early votes that need to be counted. Every legal vote will be counted. So inhone kiya ek press conference ke duran ke bhai ye votes jehdiyan har legal vote hai oh vi count hoegi. ਪਰ ਦੂਸਰੇ ਪਾਸੇ ਜਿਹੜੇ ਦੋਨੋਂ ਲੀਡਰ ਨੇ ਇਹਨਾਂ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਟਰੰਪ ਔਰ ਬਾਈਡਨ ਦੋਨਾਂ ਦੀ ਕੈਂਪੇਨ ਟੀਮ ਹੈ ਜਿਹੜੀ ਉਹ ਜਿੱਤ ਦੇ ਦਾਅਵੇ ਕਰ ਰਹੀ ਹੈ। ਟਰੰਪ ਦੇ ਜਿਹੜੇ ਕੈਂਪੇਨ ਮੈਨੇਜਰ ਨੇ ਬਿਲ ਸਟੇਪਿਨ, ਇਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੈਮੋਕਰੈਟਸ ਬੈਲਟਸ ਦੀ ਗਿਣਤੀ 'ਤੇ ਜ਼ੋਰ ਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ, ਅਸੀਂ ਦੇਖ ਰਹੇ ਹਾਂ ਕਿ ਸਾਰੀਆਂ ਜਿਹੜੀਆਂ ਲੀਗਲ ਵੋਟਸ ਨੇ ਉਹਨਾਂ ਦੀ ਗਿਣਤੀ ਹੁੰਦੀ ਹੈ ਤਾਂ ਅਸੀਂ ਜਿੱਤ ਜਾਵਾਂਗੇ। ਸੋ ਵਾਰ ਵਾਰ ਉਹ ਗੱਲ ਕਰ ਰਹੇ ਨੇ ਕਿ ਜਿਹੜੀਆਂ ਲੀਗਲ ਵੋਟਸ ਨੇ ਜਿਹੜੀਆਂ ਵੈਲਿਡ ਵੋਟਸ ਨੇ, ਔਰ ਇਹਦੇ 'ਚ ਇਹ ਖਦਸ਼ਾ ਪਹਿਲਾਂ ਵੀ ਜਤਾਇਆ ਗਿਆ ਸੀ ਕਿ ਧਾਂਦਲੀ ਜਿਹੜੀ ਹੈ ਚੋਣਾਂ ਦੇ ਵਿੱਚ ਹੋ ਸਕਦੀ ਹੈ। ਵਾਰ ਵਾਰ ਜਿਹੜੇ ਸ਼ਬਦ ਨੇ ਕਹੇ ਗਏ ਨੇ ਕਿ ਜੇ ਜਿੱਤ ਗਏ ਤਾਂ ਸ਼ਾਇਦ ਇਹ ਗੱਲ ਨਹੀਂ ਕੀਤੀ ਜਾਏਗੀ ਕਿ ਧਾਂਦਲੀ ਕੋਈ ਹੋਈ ਹੈ, ਪਰ ਜੇਕਰ ਹਾਰ ਹੋ ਜਾਂਦੀ ਹੈ ਕਿਸੇ ਦੀ ਵੀ ਤਾਂ ਸ਼ਾਇਦ ਇਹ ਜਿਹੜੀ ਗੱਲ ਹੈ ਉਹ ਕੀਤੀ ਜਾਏਗੀ ਕਿ ਭਾਈ ਦੇਖੋ ਧਾਂਦਲੀ ਹੋ ਗਈ ਔਰ ਵੋਟਾਂ ਪਤਾ ਨਹੀਂ ਕਿਸ ਤਰੀਕੇ ਨਾਲ ਪੈ ਗਈਆਂ ਔਰ ਹਾਰ ਜਿਹੜੀ ਆ ਉਹ ਹੋ ਗਈ ਹੈ। ਸੋ ਇਹ ਵੀ ਇੱਕ ਬੜਾ ਇੰਟਰਸਟਿੰਗ ਇਸ ਐਡੇ ਵੱਡੇ ਮੁਲਕ ਦੇ ਵਿੱਚ ਜਿੱਥੇ ਕਿ ਕਿਉਂਕਿ ਅਕਸਰ ਇੰਡੀਆ ਦੇ ਵਿੱਚ ਕਿਹਾ ਜਾਂਦਾ ਸੀ ਕਿ ਵੋਟਾਂ ਦੇ ਵਿੱਚ ਹੇਰਾਫੇਰੀ ਹੋ ਜਾਂਦੀ ਆ, ਔਰ ਜਿਹੜੇ ਡਿਵੈਲਪ ਕੰਟਰੀਜ਼ ਨੇ ਇਹਨਾਂ ਦੇ ਕੋਲ ਬਹੁਤ ਐਸੇ ਤਰੀਕੇ ਨੇ ਜਿਹਦੇ ਵਿੱਚ ਕਿ ਇਹ ਪਤਾ ਲਗਾ ਲੈਂਦੇ ਨੇ ਕਿ ਵੋਟਾਂ ਕੀ ਜਾਅਲੀ ਪਈਆਂ ਨੇ ਜਾਂ ਨਹੀਂ ਪਈਆਂ, ਜਾਅਲੀ ਵੋਟਾਂ ਭੁਗਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਪਰ ਹੁਣ ਜਦੋਂ ਇਹ ਵਾਰ ਵਾਰ ਦੋਨੇ ਲੀਡਰਸ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਜਿਹੜੀਆਂ ਵੈਲਿਡ ਵੋਟਸ ਨੇ ਉਹਨਾਂ ਦੀ ਹੀ ਗਿਣਤੀ ਜਿਹੜੀ ਮੰਨੀ ਜਾਏਗੀ ਔਰ ਬਾਕੀ ਜਿਹੜੀਆਂ ਵੋਟਸ ਨੇ, ਸੋ ਕਿਸ ਕਿਸਮ ਨਾਲ ਜਿਹੜੀਆਂ ਵੋਟਸ ਨੇ ਉਹ ਜੇ ਧਾਂਦਲੀ ਦੀ ਗੱਲ ਕਹੀ ਜਾ ਰਹੀ ਹੈ ਕਿਸ ਕਿਸਮ ਨਾਲ ਧਾਂਦਲੀ ਹੋਈ ਹੋਏਗੀ, ਇਹਦਾ ਜਵਾਬ ਅਜੇ ਤੱਕ ਜਿਹੜਾ ਉਹ ਨਹੀਂ ਦਿੱਤਾ ਗਿਆ। ਪਰ ਦੋਨਾਂ ਵੱਲੋਂ ਆਪਣੀ ਜਿੱਤ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਕਹੀ ਜਾ ਰਹੀ ਹੈ। ਉਹਨਾਂ ਨੇ ਆਪਣੀ ਕੈਂਪੇਨ ਦੇ ਅੰਕੜਿਆਂ ਅਤੇ ਹਿਸਾਬ ਦੇ ਨਾਲ, ਜਿਹੜੇ ਡੋਨਲਡ ਟਰੰਪ ਦੀ ਕੈਂਪੇਨ ਦੇ ਮੈਨੇਜਰ ਨੇ ਉਹਨਾਂ ਨੇ ਆਪਣੇ ਕੈਂਪੇਨ ਦੇ ਅੰਕੜਿਆਂ ਦੇ ਹਿਸਾਬ ਨਾਲ ਕਿਹਾ ਕਿ ਟਰੰਪ ਐਰੀਜ਼ੋਨਾ ਦੇ ਵਿੱਚ 30,000 ਵੋਟਸ, ਪੈਨਸਿਲਵੇਨੀਆ ਦੇ ਵਿੱਚ 40,000 ਅਤੇ ਨਵੈਡਾ ਦੇ ਵਿੱਚ 55,000 ਵੋਟਾਂ ਤੋਂ ਜਿੱਤੇ ਨੇ। ਉਹਨਾਂ ਨੇ ਕਿਹਾ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਇਹ ਜਿਹੜੀ ਜਿੱਤ ਹੈ ਉਹਦੇ ਤੋਂ ਅੱਗੇ ਜਾ ਰਹੇ ਹਾਂ। ਔਰ ਦੂਜੇ ਪਾਸੇ ਜਿਹੜੀ ਟੀਮ ਬਾਈਡਨ ਹੈ ਉਹਨਾਂ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਬਾਈਡਨ ਦੇ ਜਿਹੜੇ ਕੈਂਪੇਨ ਮੈਨੇਜਰ ਨੇ ਜੇਨ ਓਮੈਲੀ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਜਿਹੜੇ ਸਾਬਕਾ ਵਾਈਸ ਪ੍ਰੈਜੀਡੈਂਟ ਨੇ ਵਾਈਟ ਹਾਊਸ ਵੱਲ ਵੱਧ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਲੋਕ ਮਿਸ਼ਨ ਦੇ ਵਿੱਚ ਜਿਹੜੀ ਜਿੱਤ ਹੈ ਉਹਦੇ ਵੱਲ ਵੱਧ ਰਹੇ ਹਾਂ ਅਤੇ 2016 ਦੇ ਵਿੱਚ ਟਰੰਪ ਤੋਂ ਵੱਡੀ ਇਹ ਜਿੱਤ ਹੋਏਗੀ। ਇਸੇ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਵਿਸਕੌਨਸਨ ਅਤੇ ਪੈਨਸਿਲਵੇਨੀਆ ਜਿਹੜੀ ਹੈ ਉੱਥੇ ਵੀ ਸਾਨੂੰ ਇਸੇ ਤਰੀਕੇ ਨਾਲ ਜਿੱਤ ਜਿਹੜੀ ਆ ਉਹ ਮਿਲੇਗੀ। ਮਿਸ਼ੀਗਨ ਦੇ ਵਿੱਚ ਬਾਈਡਨ ਜਿਹੜੇ ਉਹ ਅੱਗੇ ਚੱਲ ਰਹੇ ਨੇ ਔਰ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਉਹ ਚੱਲਦੀ ਰਹੇਗੀ। ਤੁਹਾਡੇ ਕੋਈ ਵਿਚਾਰ ਹੁਣ 6042040600 'ਤੇ ਤੁਸੀਂ ਵਿਚਾਰ ਦੇ ਸਕਦੇ ਹੋ। ਸਾਡੇ ਨਾਲ ਕੁਝ ਕਾਲਰ ਜੁੜੇ ਨੇ, 111 ਨੰਬਰ ਹੈ ਲਾਸਟ, ਔਨ ਏਅਰ 111 ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਦੋਵੇਂ ਬੰਦੇ ਜਿਹੜੇ ਅਮੈਰੀਕਾ ਦੀ ਪ੍ਰੈਜ਼ੀਡੈਂਟ ਜੋਬ ਤੇ, ਇੱਕ ਤਾਂ ਟਰੰਪ ਉਹਦੇ ਨਾਲ ਦਾ ਜੋ ਬਾਇਡਨ ਆ, ਜਿਹੜਾ ਕਿ ਇੱਕ ਇਹ ਸਵਾਲ ਉੱਠਿਆ ਜਾਂਦਾ ਜੇ ਆਹ ਗੱਲ ਹੋਵੇ ਤਾਂ ਕੋਰਟ ਚ ਜਾਵਾਂਗੇ, ਜੇ ਏਦਾਂ ਨਾ ਹੋਈ ਤਾਂ ਫਿਰ ਜੇਤੂ ਮੰਨਿਆ ਜਾਊਗਾ। ਮੈਂ ਇੱਕੋ ਹੀ ਗੱਲ ਕਰਦਾ, ਨਾ ਕਿਸੇ ਦੇ ਹੱਕ ਚ ਨਾ ਅਗੇਂਸਟ। ਵੋਟ ਪਾਉਣ ਵਾਲਿਆਂ ਦੀ ਤੇ ਵੋਟ ਲੀਗਲ ਦੀ ਤੇ ਫਿਰ ਕੋਈ ਵੈਲਜੀ ਨਾ ਹੋਈ। ਜੇ ਤੁਸੀਂ ਸੋਰੀ ਜੇ ਤੁਸੀਂ ਆਪਣੇ ਮਨ ਦੀ ਮਰਜ਼ੀ ਕਰਨੀ ਆ, ਵੋਟਾਂ ਤੇ ਟਰੱਸਟ ਨੀ, ਵੋਟਾਂ ਪਾਉਣ ਵਾਲਿਆਂ ਤੇ ਟਰੱਸਟ ਨੀ, ਜਾਂ ਤੇ ਜਿਹੜਾ ਓਬਜੈਕਸ਼ਨ ਕਰੇ ਉਹ ਕਹੇ ਤੇ ਜੋ ਵੋਟਾਂ ਦਾ ਖਰਚਾ ਹੋਊਗਾ ਉਹ ਸਾਰਾ ਮੈਂ ਦਊਂਗਾ, ਤੇ ਮੈਂ 100% ਸ਼ੋਰ ਹਾਂ, ਜੂਰੀ ਦੀ ਤਰ੍ਹਾਂ ਉਹਨੂੰ ਪਰੂਫ ਦੇਣਾ ਚਾਹੀਦਾ ਕਿ ਮੇਰੇ ਕੋਲ ਆਹ ਪਰੂਫ ਵਾ। ਹੁਣ ਬਾਕੀ ਕਹਿਣ ਨੂੰ ਤੇ ਮੈਂ ਕਹਿ ਦੇਣਾ ਕਿਸੇ ਵੀ ਬੰਦੇ ਨੂੰ ਕਿ ਤੂੰ ਸਹੀ ਮਿਹਨਤ ਚ, ਜਿੱਦਾਂ ਦੇਖੋ ਹਰ ਗੱਲ ਦਾ ਪੁਆਇੰਟ ਫੜੋ, ਜਿਹੜੀ ਜੋ ਬਾਇਡਨ ਹੈਗੀ ਆ ਬੈਸਟ ਪ੍ਰੈਜ਼ੀਡੈਂਟ ਲੇਡੀ, ਇਹਨਾਂ ਟਰੰਪ ਨੇ ਉਹਨੂੰ ਵੀ ਕਿਹਾ ਸੀ ਕਿ ਇਹ ਅਮੈਰੀਕਾ ਦੀ ਹੈ ਨਹੀਂ ਜੰਮੀ ਹੋਈ, ਤੇ ਹੋਰ ਵੀ ਜੇ ਪੁੱਛੀਏ ਮੇਰਾ ਹੱਕ ਨਹੀਂ, ਪਰ ਟਰੰਪ ਦੇ ਵਿੱਚ ਲੀਗਲੀ ਕਈ ਮਨ ਦੀ ਮਤ ਦੀਆਂ ਆਪਣੇ ਜ਼ੋਰ ਦੀਆਂ ਗੱਲਾਂ ਆ ਜਿਹੜੀਆਂ ਕਿ ਹੈ ਨਹੀਂ। ਇੱਥੋਂ ਫੜੋ ਕਿ ਹੁਣ ਇੱਕ ਬੰਦਾ ਉਹਨੂੰ ਕੋਈ ਪੁੱਛ ਕਹਿੰਦੀ ਹੋ ਰਿਹਾ ਗੱਲ ਸੁਣ ਤੇ ਓਦਾਂ ਹੀ ਨੱਠ ਜਾਵੇ ਉਹਨੂੰ ਕੋਈ ਸ਼ੱਕ ਵਾ, ਇਸੇ ਤਰ੍ਹਾਂ ਜਿਹੜਾ ਕਿ ਟਰੰਪ ਆ, ਟਰੰਪ ਉਹਨੂੰ ਪਹਿਲਾਂ ਵੀ ਪੁੱਛਿਆ ਕਿ ਜੇ ਤੂੰ ਹਰ ਗਿਆ ਤੇ ਮੈਂ ਕਹਿੰਦਾ ਵਾਈਟ ਹਾਊਸ ਚੋਂ ਬਾਹਰ ਨੀ ਨਿਕਲਣਾ। ਮੈਂ ਚਲੋ ਉਹਨੂੰ ਨਿੰਦਦਾ ਨੀ, ਨਾ ਹੀ ਉਹ ਮੇਰਾ ਵੈਰੀ ਆ, ਨਾ ਹੀ ਉਹ ਮੇਰਾ ਸੱਜਣ ਆ, ਆਮ ਲੋਕਾਂ ਦੀ ਤਰ੍ਹਾਂ ਮੈਂ ਉਹਦੀ ਰਿਸਪੈਕਟ ਕਰਦਾ ਪ੍ਰੈਜ਼ੀਡੈਂਟ ਅਮੈਰੀਕਾ ਦਾ, ਕਰਨੀ ਚਾਹੀਦੀ ਆ। ਪਰ ਤੁਸੀਂ ਉਦਾਂ ਹੀ ਦੇਖੋ ਕਿ ਆਪਣੇ ਆਪ ਤੁਹਾਡੀਆਂ ਮਿਸਟੇਕਾਂ ਕਿੰਨੀਆਂ, ਜੇ ਤੁਹਾਨੂੰ ਕੋਈ ਸਹੀ ਸਵਾਲ ਪੁੱਛਦਾ ਤੁਸੀਂ ਬੜਾ ਵਧੀਆ ਉਹਦਾ ਜਵਾਬ ਦੇ ਰਹੇ ਹੋ। ਜੇ ਫਰਜ ਕੀਤਾ 10 ਬੰਦੇ ਜਾਂ 8 ਬੰਦੇ ਜੂਰੀ ਦੇ ਵਿੱਚ ਆ, ਉਹਦੇ ਚੋਂ ਸਾਰੇ ਮੰਨਦੇ ਆ, ਇੱਕ ਬੰਦਾ ਕਹਿੰਦਾ ਮੈਂ ਨੀ ਮੰਨਦਾ, ਤੇ ਉਹਨੂੰ ਇਹ ਦੱਸਣਾ ਪਊਗਾ ਵੀ ਮੇਰੇ ਕੋਲ ਆਹ ਪਰੂਫ ਆ। ਤੇ ਬਾਕੀ ਮੈਂ ਬਾਹਲੀਆਂ ਗੱਲਾਂ ਨਹੀਂ ਕਰਨਾ ਮੰਗਦਾ, ਜਿੰਨੇ ਵੀ ਕਾਲਰ ਮੇਰੇ ਬਿਹਾਇੰਡ ਜਾਂ ਅੱਗੇ ਆ ਸਾਰੇ ਸਿਆਣੇ ਆ ਕਿ ਹੁਣ ਦੇਖੋ ਐਡਾ ਵੱਡਾ ਮੁਲਕ ਵਾ, ਜੇ ਕਿਤੇ ਪਹਿਲਾਂ ਹੀ ਜੱਬ ਚੱਲਿਆ ਸੀ ਐਵੇਂ ਚਾਈਨਾ ਨੂੰ ਅਲਾਮੇ ਦੇਈ ਜਾਂਦਾ ਸੀ, ਆਪਣੀ ਕੰਟਰੀ ਸੰਭਾਲਦਾ ਚਾਈਨਾ, ਆਪਣੀ ਕੰਟਰੀ ਨੂੰ ਸੰਭਾਲਦਾ, ਤੇ ਉਹੋ ਹੀ ਹੁਣ ਜਿਹੜਾ ਗੱਲਬਾਤ ਵਾ ਇਹਦੇ ਅਗੇਂਸਟ ਉਹ ਇੱਕ ਸਿਗਨਲ ਉੱਠ ਰਿਹਾ ਆ। ਉਦੋਂ ਕਿ ਹਰ ਘਰ ਦੇ ਵਿੱਚ ਹਰ ਬੰਦੇ ਨੂੰ ਗਲਬ ਤੇ ਮਾਸਕ ਦੇ ਪੁੱਛਦਾ, ਇਹ ਤਾਂ ਐਵੇਂ ਫੇਕ ਨਿਊਜ਼ ਆ, ਏਦਾਂ ਆ ਏਦਾਂ ਆ, ਠੀਕ ਆ, ਪਰ ਜਿੱਦਾਂ ਨਾ ਉਹ ਕਹਿੰਦੇ ਆ ਕਿ ਜੱਟ ਦਾ ਸਤੀ ਵੀ ਸੌ, ਬੜਾ ਕੰਮ ਮੇਰੇ ਖਿਆਲ ਚ ਏਦਾਂ ਕਰਦਾ, ਏਦਾਂ ਠੀਕ ਨੀ। ਜਿਹੜੀਆਂ ਵੋਟਾਂ ਪੈਂਦੀਆਂ ਪੈ ਲੈਣ ਦਿਓ, ਗਿਣ ਲੈਣ ਦਿਓ, ਜਿਹੜਾ ਵਧੂਗਾ ਜਿੱਤ ਜਾਊਗਾ। ਜੇ ਤੁਸੀਂ ਹਾਂਜੀ ਜੇ ਤੁਸੀਂ ਐਵੀ ਓਬਜੈਕਸ਼ਨ ਕਰੀ ਜਾਣੇ, ਤੁਹਾਡੇ ਕੋਲ ਪਰੂਫ ਹੀ ਕੁਛ ਨੀ, ਤੇ ਫਿਰ ਤੁਸੀਂ ਮੇਰੇ ਖਿਆਲ ਦੇ ਵਿੱਚ ਆਈ ਐਮ ਰੀਲੀ ਸੋਰੀ, ਫਿਰ ਤੁਸੀਂ ਟੋਟਲੀ ਗਲਤ ਹੋ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਵਾਕਈ ਇਹਨਾਂ ਨੇ ਗੱਲ ਸਹੀ ਕਹੀ ਕਿ ਕਿਸੇ 'ਤੇ ਜਿਹੜਾ ਇਲਜ਼ਾਮ ਇੱਦਾਂ ਦੇ ਲਗਾ ਦੇਣੇ ਕਿ ਭਾਈ ਵੋਟਾਂ ਧਾਂਦਲੀ ਨਾਲ ਪੈ ਰਹੀਆਂ ਜਾਂ ਗਲਤ ਤਰੀਕੇ ਨਾਲ ਪੈ ਰਹੀਆਂ, ਜਾਂ ਤਾਂ ਇਹਦੇ ਪਰੂਫ ਦਿੱਤੇ ਜਾਣ। ਪਰ ਦੂਸਰੇ ਪਾਸੇ ਦੇਖਿਆ ਜਾਏ ਕਿ ਸਿਆਸਤ ਹੁਣ ਬਾਣੀ ਇੱਦਾਂ ਦੀ ਗਈ ਹੈ,
ਸਿਆਸਤ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਇਲਜ਼ਾਮ ਜਾਂ ਦੋਸ਼ ਇੱਦਾਂ ਦੇ ਲਾਏ ਜਾਂਦੇ ਆ ਉਹ ਬਹੁਤ ਵਾਰੀ ਐਸਾ ਦੇਖਣ 'ਚ ਆਇਆ ਜ਼ਿਆਦਾਤਰ ਕਿ ਉਹ ਬੇਬੁਨਿਆਦ ਹੁੰਦੇ ਆ ਔਰ ਅਖੀਰ ਦੇ ਵਿੱਚ ਹੁੰਦਾ ਇਹ ਵੀ ਹੈ ਕਿ ਇਹਨਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਪੁੱਛਿਆ ਵੀ ਜਾਂਦਾ ਅਤੇ ਇਹਨਾਂ ਵੱਲੋਂ ਕੋਈ ਜਵਾਬ ਵੀ ਨਹੀਂ ਜਿਹੜੇ ਦਿੱਤੇ ਜਾਂਦੇ ਕਿਹਾ ਜਾਂਦਾ ਕਿ ਉਸ ਵੇਲੇ ਸਾਡੇ ਕੋਲ ਜਾਣਕਾਰੀ ਆਈ ਸੀ ਔਰ ਉਹਦੇ ਮੁਤਾਬਕ ਅਸੀਂ ਤਾਂ ਇਸ ਕਰਕੇ ਲੋਕਾਂ ਦੇ ਸਾਹਮਣੇ ਗੱਲ ਲੈ ਕੇ ਆਇਆ ਸੀ ਤਾਂ ਕਿ ਪਤਾ ਲੱਗ ਜੇ ਪਰ ਗੱਲ ਬਿਲਕੁਲ ਸਹੀ ਹੈ ਜਿਸ ਤਰ੍ਹਾਂ ਇਹ ਕਾਲਰ ਨੇ ਕਿਹਾ ਲੋਕ ਜਿਹੜੇ ਬਹੁਤ ਸਿਆਣੇ ਨੇ ਵੋਟਰ ਬਹੁਤ ਸਿਆਣਾ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਕਿਹੜਾ ਜਿਹੜਾ ਲੀਡਰ ਹੈ ਉਹ ਕਿੱਦਾਂ ਦੀ ਗੱਲ ਕਰ ਰਿਹਾ ਔਰ ਕਿਹੜਾ ਲੀਡਰ ਹੈ ਉਹ ਕਿੱਦਾਂ ਦੀ ਗੱਲ ਕਰ ਰਿਹਾ ਪਰ ਦੇਖਿਆ ਜਾਏ ਤਾਂ ਦੋਹੇ ਲੀਡਰ ਇਸ ਵੇਲੇ ਜਿਸ ਤਰੀਕੇ ਦੀ ਬਿਆਨਬਾਜ਼ੀ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕੈਂਪੇਨ ਕੀਤੀ ਜਿਸ ਤਰੀਕੇ ਨਾਲ ਇਹਨਾਂ ਦੀਆਂ ਡਿਬੇਟਸ ਹੋਈਆਂ ਅਮੈਰੀਕਾ ਦੇ ਲੋਕ ਕੋਈ ਜ਼ਿਆਦਾ ਬਹੁਤੇ ਖੁਸ਼ ਕਿਸੇ ਤੋਂ ਵੀ ਲੱਗ ਨਹੀਂ ਰਹੇ ਜ਼ਿਆਦਾ ਕੋਈ ਖੁਸ਼ ਨਹੀਂ ਲੱਗ ਰਹੇ ਔਰ ਕਿਉਂਕਿ ਪਹਿਲਾਂ ਜਿਹੜੀਆਂ ਮੀਡੀਆ ਨੇ ਵੀ ਉੱਥੇ ਦੇ ਨੇ ਇਹ ਗੱਲਾਂ ਕਹੀਆਂ ਸੀ ਖਾਸ ਤੌਰ 'ਤੇ ਹੈਲਰੀ ਕਲਿੰਟਨ ਵੇਲੇ ਵੀ ਖਾਸ ਤੌਰ 'ਤੇ CNN ਔਰ ਹੋਰ ਜਿਹੜੇ ਮੀਡੀਆ ਸੀ ਵੱਡੇ ਇਹਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਜਿੱਤ ਜਿਹੜੀ ਹੈ ਉਹ ਹੈਲਰੀ ਕਲਿੰਟਨ ਦੀ ਹੋ ਜਾਏਗੀ ਔਰ ਐਤਕੀ ਵੀ ਜਿਹੜੇ ਪੋਲਸ ਨੇ ਉਹਨਾਂ ਦੇ ਵਿੱਚ ਜਿੱਤ ਜਿਹੜੀ ਆ ਜੋ ਬਾਈਡਨ ਦੀ ਹੀ ਦਿਖਾਈ ਗਈ ਹੈ ਪਰ ਇਸ ਵੇਲੇ ਆ ਕੇ ਲੋਕ ਜਿਹੜੇ ਨੇ ਉਹ ਕਨਫਿਊਜ਼ਨ 'ਚ ਆ ਗਏ ਕਿ ਜਿਹੜੀਆਂ ਕੈਲਕੂਲੇਸ਼ਨਸ ਨੇ ਉਹ ਗਲਤ ਕਿੱਥੇ ਹੋ ਗਈਆਂ ਆਖਿਰਕਾਰ ਕਿਹੜਾ ਐਸਾ ਕਿਹੜੀਆਂ ਐਸੀਆਂ ਥਾਵਾਂ ਜਿਹੜੀਆਂ ਗਲਤ ਸਾਹਮਣੇ ਆਈਆਂ ਜਿਹਦੇ ਤੋਂ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇਹ ਤਾਂ ਪਤਾ ਲੱਗ ਜੂਗਾ ਕਿ ਇਲੈਕਸ਼ਨ ਜਿਹੜਾ ਇੱਕ ਦਿਨ ਦੇ ਵਿੱਚ ਹੀ ਪਤਾ ਲੱਗ ਜੂਗਾ ਪਰ ਹੁਣ ਇਹ ਲੱਗ ਰਿਹਾ ਕਿ ਪਤਾ ਨਹੀਂ ਕਿੰਨੇ ਕੁ ਦਿਨ ਲੱਗ ਸਕਦੇ ਆ ਕਿ ਕਿੰਨਾ ਕੁ ਟਾਈਮ ਲੱਗੂਗਾ ਕਿਉਂਕਿ ਜਿਸ ਹਿਸਾਬ ਨਾਲ ਹਜੇ ਬਹੁਤ ਸਾਰੀਆਂ ਵੋਟਾਂ ਗਿਣਨੀਆਂ ਰਹਿੰਦੀਆਂ ਉਹਨਾਂ ਦੇ ਵਿੱਚ ਕਿਹਦੇ ਜਿਹੜਾ ਊਂਠ ਹੈ ਕਿਹੜੀ ਕਰਵਟ ਬੈਠੇਗਾ ਇਹਦੇ ਬਾਰੇ ਅੱਜ ਤੱਕ ਕੁਛ ਕਿਹਾ ਹੀ ਨਹੀਂ ਜਾ ਸਕਦਾ ਪਰ ਇਹ ਜ਼ਰੂਰ ਹੈ ਕਿ ਸ਼ੇਰੇ ਪੰਜਾਬ AM 600 'ਤੇ ਅਸੀਂ ਜਿਹੜੀਆਂ ਇਹ ਪਲ ਪਲ ਦੀਆਂ ਜਾਣਕਾਰੀਆਂ ਉਹ ਸਾਡੇ ਡਿਫਰੈਂਟ ਪ੍ਰੋਗਰਾਮਸ ਨੇ ਜਿਹੜੇ ਉਹਨਾਂ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਔਰ ਤੁਹਾਡੇ ਕੋਈ ਓਪੀਨੀਅਨਸ ਹੋਣ ਤੁਸੀਂ ਡੈਫੀਨੇਟਲੀ ਉਹਨਾਂ ਪ੍ਰੋਗਰਾਮਸ ਦੇ ਵਿੱਚ ਕਾਲ ਕਰਕੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਏ ਤੁਸੀਂ ਸ਼ੇਅਰ ਕਰ ਸਕਦੇ ਹੋ ਪ੍ਰੋਗਰਾਮਸ ਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਹੋ ਅਗਲਾ ਪ੍ਰੋਗਰਾਮ ਨਿੰਮੀ ਦੌਲਾ ਸ਼ੋਅ ਲੈ ਕੇ ਹਾਜ਼ਰ ਹੋਣਗੇ ਅੱਜ ਸਾਡੇ ਖਾਸ ਮਹਿਮਾਨ ਜਿਹੜੇ ਨੇ ਸਾਡੀ ਹੀ ਟੀਮ ਦੇ ਮੈਂਬਰ ਨੇ ਰਿਸ਼ਾ ਸ਼ਰਮਾ ਜੀ ਬੜਾ ਵਧੀਆ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਉਣਗੇ ਔਰ ਲਾਈਵ ਜਿਹੜੀ ਖਬਰਾਂ ਨੇ ਉਹ ਵੀ ਪ੍ਰਸਾਰਿਤ ਕੀਤੀਆਂ ਜਾਣਗੀਆਂ ਸਰਮੀਤ ਸਿੰਘ ਉਹਨਾਂ ਦੀ ਆਵਾਜ਼ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਨਿੰਮੀ ਦੌਲਾ ਸ਼ੋਅ ਹੈ ਉਹ ਸ਼ੁਰੂ ਹੋਏਗਾ ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ